ਯਾਰ ਦੋਸਤੋ ਇੱਕ ਪ੍ਰੋਬਲਮ ਹੋ ਗਈ ਹੈ ਲੈਪਟਾਪ ਮੇਰਾ ਐਕਚੁਅਲੀ ਕਰੈਸ਼ ਹੋ ਗਿਆ ਮੈਂ ਪੀਪੀਟੀ ਬਣਾ ਰਿਆ ਸੀਗਾ ਮੈਂ ਹੁਣ ਤੁਹਾਡੇ ਕੋਲ ਪੁੱਛਣਾ ਚਾਹ ਰਿਹਾ ਮੈਂ ਹਿੰਦੀ ਵਾਲੀ ਮੇਰੇ ਕੋਲ ਪੀਪੀਟੀ ਪਈ ਹੋਈ ਹੈ ਸਵੇਰੇ ਆਪਾਂ ਕੀਤੀ ਸੀਗੀ ਮੈਂ ਕਲਾਸ ਲਈ ਸੀਗੀ ਤਾਂ ਮੋਸਟਲੀ ਆਪਣਾ ਉਹੀ ਰਿਵੀਜ਼ਨ ਕਰਨੀ ਹੈ ਤੇ ਜੇ ਤੁਸੀਂ ਕਹਿੰਦੇ ਹੋ ਤਾਂ ਮੈਂ ਅੱਗੇ ਵਧਦਾ ਉਹਦੇ ਨਾਲ ਕਿਉਂਕਿ ਅੱਜ ਲੈਪਟਾਪ ਕਰੈਸ਼ ਹੋ ਗਿਆ ਜਾਂ ਤਾਂ ਮੈਨੂੰ ਕਲਾਸ ਕੈਨਸਲ ਕਰਨੀ ਪੈਂਦੀ ਲੇਕਿਨ ਮੈਂ ਕਿਹਾ ਦੇਖਦੇ ਆ ਤੁਹਾਡੇ ਨਾਲ ਗੱਲ ਕਰ ਲੈਨੇ ਕਿਦਾਂ ਕਰਨਾ ਹੈ ਆਪਾਂ ਦੇਖੋ ਪੀਟੀਐਫ ਤੁਹਾਨੂੰ ਪੰਜਾਬੀ ਵਿੱਚ ਮਿਲ ਜੂਗੀ ਕਿਉਂਕਿ ਹਜੇ ਟੀਮ ਨਹੀਂ ਆਈ ਹੈ ਮੈਂ ਕਿਦਾਂ ਤੁਹਾਡੇ ਲੈਪਟਾਪ 'ਤੇ ਠੀਕ ਨਹੀਂ ਕਰਾ ਸਕਦਾ ਟੀਮ ਆਉਗੀ ਉਹਦੇ ਕੋਲ ਲੈਪਟਾਪ 'ਤੇ ਠੀਕ ਕਰਾਵਾਂਗਾ ਤੇ ਪੰਜਾਬੀ ਵਿੱਚ ਪੀਡੀਐਫ ਤੁਹਾਨੂੰ ਮਿਲ ਜੂਗੀ ਤੁਸੀਂ ਕਹਿੰਨੇ ਹੋ ਤਾਂ ਮੈਂ ਹਿੰਦੀ 'ਚ ਪੜਾ ਦੇਣਾ ਇਹ ਤੁਸੀਂ ਮੈਨੂੰ ਦੱਸ ਦੋ ਯਾਰ ਇਹ ਥੋੜੀ ਜਿਹੀ ਪ੍ਰੋਬਲਮ ਹੋਈ ਹੈ ਜੇ ਯਾਰ ਇਹ ਤੁਸੀਂ ਦੱਸੋ ਕਿਦਾਂ ਕਰਨਾ ਹੈ ਇਹਦਾ ਹਿਸਾਬ ਕਿਤਾਬ ਮਤਲਬ ਮੇਰੇ ਹੱਥ 'ਚ ਚੀਜ਼ ਨਹੀਂ ਹੈ ਇਹ ਇਹ ਲੈਪਟਾਪ 'ਤੇ ਪ੍ਰੋਬਲਮ ਹੋਈ ਹੈ ਹੁਣ ਤੁਸੀਂ ਦੱਸੋ ਕਿਦਾਂ ਕਰੀਏ ਹਿੰਦੀ ਚ ਮੇਰੇ ਕੋਲ ਬਣੀ ਪਈ ਐ ਸਵੇਰੇ ਲਈ ਸੀ ਕਿਉਂਕਿ ਹਿੰਦੀ ਵਾਲੀ ਕਲਾਸ ਮੋਸਟਲੀ ਮੋਸਟਲੀ ਆਪਣੀ ਉਹੀ ਹੈ ਠੀਕ ਐ 80 90% ਆਪਣਾ ਉਹੀ ਵਾਲਾ ਸਾਰਾ ਸੇਮ ਹਿਸਾਬ ਕਿਤਾਬ ਬਸ ਇੱਕ ਦੋ ਚੀਜ਼ ਐਕਸਟਰਾ ਸੀਗੀ ਉਹ ਆਪਾਂ ਕੱਲ ਕਰ ਲਵਾਂਗੇ ਲੇਕਿਨ ਉਹ ਸੇਮ ਗੱਲ ਜਾਂ ਤਾਂ ਦੇਖੋ ਕਲਾਸ ਖਤਮ ਕਰਦੇ ਆ ਕਿਉਂਕਿ ਕੱਜ ਫਿਰ ਕਲਾਸ ਮੈਨੂੰ ਕੈਨਸਲ ਕਰਨੀ ਪੈਂਦੀ ਹੁਣੇ ਕਿਉਂਕਿ ਹੁਣੇ ਪੂਰੀ ਬਣ ਗਈ ਪੀਪੀਟੀ ਮੈਂ ਬਸ ਸੈਂਡ ਕਰਨ ਲੱਗਾ ਸੀ ਉਹ ਇੱਕਦਮ ਹੋ ਗਿਆ ਉਹ ਕਰਪਟ ਹੋ ਗਈ ਫਾਈਲ ਮੇਰੀ ਪੂਰੀ ਦੀ ਪੂਰੀ ਹੁਣ ਤੁਸੀਂ ਦੱਸੋ ਕਿੱਦਾਂ ਕਰੀਏ ਯਾਰ PDF ਸਾਨੂੰ ਪੰਜਾਬੀ ਚ ਮੈਂ ਦਵਾ ਦੂੰਗਾ ਲੇਕਿਨ ਦੁਪਹਿਰ ਤੱਕ ਆਉਗੀ PDF ਇੰਨਾ ਹੈ ਮਤਲਬ ਜਦੋਂ ਵੀ ਹੱਡੀ ਵਾਲੀ ਜਿਹੜੀ ਟੀਮ ਆਕੇ ਮੈਂ ਲੈਪਟਾਪ ਤਾਂ ਰੱਖਤਾ ਇੱਥੇ ਆਕੇ ਗੱਲ ਕੀਤੀ ਹੈ ਕਹਿੰਦੇ ਮੈਂ 10 ਵਜੇ ਤੱਕ ਆਉਂਗਾ ਮੈਂ 10 ਵਜੇ ਦੇਖੂਗਾ ਆਕੇ ਕੀ ਹੋਇਆ ਮਦਰਬੋਰਡ ਪਹਿਲਾਂ ਵੀ ਕਹਿੰਦਾ ਸੀ ਮਦਰਬੋਰਡ ਹਿੱਲੀ ਤੁਹਾਡਾ ਮਦਰਬੋਰਡ ਹਿੱਲੀ ਜਾਂਦਾ ਪਤਾ ਨਹੀਂ ਮਦਰਬੋਰਡ ਕਿਦਾਂ ਹਿਲਦਾ ਜੋ ਵੀ ਹੈ ਇਦਾਂ ਦਾ ਕੁਝ ਗੱਲਾਂ ਕਰਦਾ ਸੀ ਪਾਉ ਠੀਕ ਹੈ ਮੈਂ 10 ਬੋਲੂਗਾ ਪੰਜਾਬੀ ਚ ਓਬਵੀਅਸ ਜੀ ਗੱਲ ਹੈ ਹਿੰਦੀ ਚ ਥੋੜੀ ਬੋਲੂਗਾ ਮੈਂ ਬੋਲੂਗਾ ਬੱਚਿਓ ਪੰਜਾਬੀ ਚ ਹੀ ਮੈਂ ਲੇਕਿਨ ਹਾਂ ਠੀਕ ਹੈ ਪੀਡੀਫ ਤੁਹਾਨੂੰ ਪੜਾ ਦੂੰਗਾ ਪੰਜਾਬੀ ਚ ਤੇ ਨਹੀਂ ਜੇ ਕੁਝ ਰਹਿ ਗਿਆ ਤਾਂ ਆਪਾਂ ਕੱਲ ਫੇਰ ਕਰ ਲਵਾਂਗੇ ਐਕਸਟਰਾ ਕਰ ਲਾਂਗੇ ਹੈਨਾ ਚਲੋ ਸ਼ੁਰੂ ਕਰਦੇ ਆਪਾਂ ਪਹਿਲਾਂ ਥੋੜਾ ਪੰਜਾਬੀ ਬੋਲਦੇ ਹੋ ਸਰ ਹਾਂ ਚਲੋ ਸ਼ੁਰੂ ਕਰਦੇ ਆ ਪਹਿਲਾਂ ਆਪਾਂ ਸ਼ੁਰੂਆਤ ਕਰਾਂਗੇ ਆ ਕੁੜੀ ਹੈ ਜੀ ਮੈਨੂੰ ਨਾਂ ਨਹੀਂ ਪਤਾ ਕੁੜੀ ਨੇ ਭੇਜਿਆ ਨਾ ਹੈ ਅਨੀਤਾ ਐਨੀ ਤਾਂ ਜੀ ਬਹੁਤ ਹੀ ਵਧੀਆ ਲੱਗਿਆ ਮੈਨੂੰ ਤਾਂ ਮੈਂ ਤੁਹਾਨੂੰ ਕਿਹਾ ਸੀ ਆਪਾਂ ਪੜਾਂਗੇ ਵੀ ਅ ਟ੍ਰਿਕ ਬਣਾ ਕੇ ਦੇਖਾਂਗੇ 15ਵੇਂ ਫਾਈਨੈਂਸ ਕਮਿਸ਼ਨ ਦੀ ਤਾਂ ਮੈਨੂੰ ਬਹੁਤ ਖੁਸ਼ੀ ਹੋਈ ਆ ਕੁੜੀ ਨੇ ਸੋਹਣੀ ਜਿਹੀ ਇੱਕ ਟ੍ਰਿਕ ਆਪਣੇ ਵੱਲੋਂ ਤਿਆਰ ਕਰਕੇ ਦਿੱਤੀ ਹੈ ਜੀ ਕਹਿੰਦੀ ਵੀ अरविंद अरविंद ਤੋਂ ਕਿਹੜਾ ਚੇਅਰਮੈਨ ਜਿਹੜਾ ਹੋ ਗਿਆ अरविंद ਪਾਣਾਗਰੀਆ ਕਹਿੰਦੇ अरविंद ਇੱਕ ਮਿੰਟ ਰੁਕੋ ਮੈਂ ਕਲਮ ਖੋਲ ਲਵਾਂ ਤਾਂ ਤੁਹਾਨੂੰ ਪਤਾ ਹੈ ਜੀ ਤਿੰਨ ਫੁੱਲ ਟਾਈਮ ਮੈਂਬਰ ਨੇ ਇੱਕ ਪਾਰਟ ਟਾਈਮ ਮੈਂਬਰ ਹੈ ਇੱਕ ਚੇਅਰਮੈਨ ਹੈ ਤੇ ਇੱਕ ਸੈਕਟਰੀ ਹੈ ਹੈਨਾ ਤਿੰਨ ਫੁੱਲ ਟਾਈਮ ਇੱਕ ਪਾਰਟ ਟਾਈਮ ਇੱਕ ਚੇਅਰਮੈਨ ਤੇ ਇੱਕ ਹੈ ਕਿਹੜਾ ਸੈਕਟਰੀ ਹੈ ਤਾਂ ਜੀ ਕੁੜੀ ਨੇ ਬਹੁਤ ਸੋਹਣੀ ਟਰਿਕ ਬਣਾ ਕੇ ਦਿੱਤੀ ਹੈ ਮੈਨੂੰ ਵੀ ਵਧੀਆ ਹੀ ਲੱਗੀ ਮੈਂ ਤੁਹਾਡੇ ਲਈ ਮੈਂ ਲੈ ਕੇ ਆ ਗਿਆ ਜੀ ਤਾਂ ਧੰਨਵਾਦ ਜੀ ਐਨੀ ਭੈਣ ਜੀ ਦਾ ਤਾਂ ਪਹਿਲਾ ਲਿਖਿਆ ਜੀ ਅਰਵਿੰਦ ਜਿਹਨੂੰ ਨਹੀਂ ਦਿਖ ਰਿਹਾ ਉਹ ਮੈਂ ਮੋਟਾ ਕਰ ਦਿੰਨਾ ਆ ਲਓ ਜੇ ਕਿਸ ਨੂੰ ਨਹੀਂ ਦਿਖ ਰਿਹਾ ਤਾਂ ਇੱਧਰ ਲਿਖਿਆ ਹੋਇਆ ਜੀ ਅਰਵਿੰਦ ਅਰਵਿੰਦ ਤੋਂ ਕੀ ਹੋ ਗਿਆ ਅਰਵਿੰਦ ਕਿਹੜਾ ਹੈ ਅਰਵਿੰਦ ਹੈ ਜੀ ਚੇਅਰਮੈਨ ਹਨ ਅਰਵਿੰਦ ਕੌਣ ਹੈ ਅਰਵਿੰਦ ਹੈ ਚੇਅਰਮੈਨ ਅਰਵਿੰਦ ਇਹਨੇ ਲਿਖਤਾ ਅਗੇ ਪਾਂਡੇ ਅਰਵਿੰਦ ਲਿਖਿਆ ਪਾਂਡੇ ਪਾਂਡੇ ਕੌਣ ਹੈ ਜੀ ਇੱਕ ਰਤਵਿਕ ਹੈ ਜੀ ਰਤਵਿਕ ਦਾ ਨਾਂ ਤਾਂ ਰਤਵਿਕ ਰੰਜਨਮ ਪਾਂਡੇ ਐ ਸੀ ਨਾ ਵੱਡਾ ਨਾਂ ਸੀ ਰਿਤਵਿਕ ਰੰਜਨਮ ਪਾਂਡੇ ਕਹਿੰਦੇ ਰਿਤ ਅਰਵਿੰਦ ਪਾਂਡੇ ਅੱਜ ਅੱਜ ਤੋਂ ਕੀ ਹੋ ਗਿਆ ਭਲਾ ਬੱਚਿਓ ਅਜੇ ਅਜੇ ਜਹਾ ਇੱਕ ਮੈਂਬਰ ਸੀ ਅੱਜ ਆਉਣੀ 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 ਤੋਂ ਕੀ ਹੋ ਗਿਆ ਐਨੀ ਕਰ ਸਕਦੇ ਆਪਾਂ ਆਉਣੀ ਤੋਂ ਕੀ ਹੋ ਗਿਆ ਬੱਚਿਓ ਐਨੀ ਹੋ ਗਿਆ ਅੱਜ ਆਉਣੀ ਜਨ ਧਨ ਕ੍ਰਾਂਤੀ ਜਨ ਤੋਂ ਕੀ ਹੋ ਗਿਆ ਨਿਰੰਜਣ ਯਾਦ ਹੈ ਕਿ ਨਾ ਸੀ ਨਿਰੰਜਣ ਜਨ ਤੋਂ ਕੀ ਹੋ ਗਿਆ ਬੱਚਿਓ ਜਨਤ ਹੋ ਗਿਆ ਨਿਰੰਜਨ ਜਨਤ ਹੋ ਗਿਆ ਨਿਰੰਜਨ ਤਨ ਤਨ ਤੋਂ ਕੀ ਹੋ ਗਿਆ ਬੱਚੇ ਫਾਈਨੈਂਸ ਕਮਿਸ਼ਨ ਤੁਹਾਨੂੰ ਤੋਂ ਯਾਦ ਵੀ ਰਹੇ ਜੀ ਸਾਨੂੰ ਫਾਈਨੈਂਸ ਕਮਿਸ਼ਨ ਲਾਸਟ ਰਹਿ ਗਿਆ ਕ੍ਰਾਂਤੀ ਤੇ ਕ੍ਰਾਂਤੀ ਕੌਣ ਸੀ ਉਹ ਸਟੇਟ ਬੈਂਕ ਆਫ ਇੰਡੀਆ ਵਾਲੀ ਇੱਕ ਜਿਹੜੀ ਪਾਰਟ ਟਾਈਮ ਮੈਂਬਰ ਸੀਗੀ ਸੋਮਿਆ ਕਾਂਤੀ ਘੋਸ਼ ਤਾਂ ਜੀ ਬਹੁਤ ਬਹੁਤ ਧੰਨਵਾਦ ਐਨੀ ਭੈਣ ਦਾ ਬਹੁਤ ਹੀ ਸੋਹਣੀ ਟਰਿਕ ਬਣਾ ਕੇ ਦਿੱਤੀ ਹੈ ਮੇਰੇ ਤਾਂ ਐਟ ਲੀਸਟ ਯਾਦ ਹੋ ਗਈ ਇਹ ਤਾਂ ਮੈਨੂੰ ਯਾਦ ਕਰਨਾ ਪੈਣਾ ਆਈ ਥਿੰਕ ਨਹੀਂ ਇਹ ਤਾਂ ਯਾਦ ਹੋ ਗਿਆ ਦੇਖੋ ਅਰਵਿੰਦ ਪਾਂਡੇ ਅੱਜ ਆਉਣੀ ਜਨ ਤਨ ਕ੍ਰਾਂਤੀ ਅਰਵਿੰਦ ਕੌਣ ਹੈ ਜੀ ਅਰਵਿੰਦ ਦਾ ਚੇਅਰਮੈਨ ਸਭ ਤੋਂ ਇੰਪੋਰਟੈਂਟ ਬੰਦਾ ਅਰਵਿੰਦ ਪਾਣਾਗਰੀਆ ਅਰਵਿੰਦ ਪਾਂਡੇ ਪਾਂਡੇ ਕੌਣ ਹੈ ਰਿਤਵਿਕ ਰੰਜਨਮ ਪਾਂਡੇ ਅਰਵਿੰਦ ਪਾਂਡੇ ਅੱਜ ਆਉਣੀ ਅੱਜ ਤੋਂ ਕੀ ਹੋਗਾ ਅਜੇਚਾ ਅਰਵਿੰਦ ਪਾਂਡੇ ਅੱਜ ਆਉਣੀ ਆਉਣੀ ਤੋਂ ਕੀ ਹੋਗਾ ਐਨੀ ਅਰਵਿੰਦ ਪਾਂਡੇ ਅੱਜ ਆਉਣੀ ਜਨ ਜਨ ਤੋਂ ਕੀ ਹੋਗਾ ਨਿਰੰਜਨ ਅਰਵਿੰਦ ਪਾਂਡੇ ਅੱਜ ਆਉਣੀ ਜਨ ਧਨ ਧਨ ਤੋਂ ਕੀ ਹੋ ਗਿਆ ਫਾਈਨੈਂਸ ਕਮਿਸ਼ਨ ਤੇ ਕ੍ਰਾਂਤੀ ਤੋਂ ਹੋ ਗਿਆ ਸੋਮਿਆ ਕਾਂਤੀ ਕੋਸ਼ ਬਹੁਤ ਹੀ ਸੋਹਣਾ ਬਹੁਤ ਹੀ ਵਧੀਆ ਯਾਰ ਬਹੁਤ ਬਹੁਤ ਧੰਨਵਾਦ ਹੈ ਅਨੀਤਾ ਯਾਰ ਅਨੀਤਾ ਦਾ ਬਹੁਤ ਬਹੁਤ ਧੰਨਵਾਦ ਹੈ ਬਹੁਤ ਹੀ ਸੋਹਣੀ ਟ੍ਰਿਕ ਬਣਾਤੀ ਕੁੜੀ ਨੇ ਅਰਵਿੰਦ ਪਾਂਡੇ ਅੱਜ ਆਉਣੀ ਜਨ ਧਨ ਕ੍ਰਾਂਤੀ ਤਾਂ ਜਿਹਨੂੰ ਵਧੀਆ ਲੱਗੀ ਹੋਵੇ ਜਰੂਰ ਯਾਦ ਕਰ ਲਓ ਕਿਉਂਕਿ ਬਹੁਤ ਬੈਟਰ ਹੈ ਮੈਨੂੰ ਪਹਿਲੀ ਵਾਰ ਚ ਪੜ੍ਹ ਕੇ ਯਾਦ ਹੋ ਗਈ ਮੈਂ ਇੰਨੀ ਗੱਲ ਕਹਿ ਦਿੰਦਾ ਮੈਨੂੰ ਇੰਨੀ ਸੋਹਣੀ ਲੱਗੀ ਤਾਂ ਹੀ ਮੈਂ ਲੈ ਕੇ ਆ ਗਈ ਨਹੀਂ ਤਾਂ ਬਹੁਤ ਸਾਰੇ ਬੱਚੇ ਮੈਨੂੰ ਤਰ੍ਹਾਂ ਤਰ੍ਹਾਂ ਦੀ ਟ੍ਰਿਕਾ ਦਿੰਦੇ ਨੇ ਹੈਨਾ ਤਰ੍ਹਾਂ ਤਰ੍ਹਾਂ ਦੀ ਮੈਨੂੰ ਟ੍ਰਿਕਾ ਦਿੰਦੇ ਨੇ ਸਰ ਇਸ ਤੇ ਕੁਐਸਚਨ ਕੀ ਬਣੂ ਬੱਚੇ ਚੇਅਰਮੈਨ ਕੌਣ ਹੈ ਸੈਕਟਰੀ ਕੌਣ ਹੈ ਇਹਨਾਂ ਵਿੱਚੋਂ ਕਿਹੜਾ ਫੁੱਲ ਟਾਈਮ ਮੈਂਬਰ ਹੈ ਇਹ ਤਿੰਨੇ ਨੇ ਫੁੱਲ ਟਾਈਮ ਮੈਂਬਰ ਇਹਨਾਂ ਵਿੱਚੋਂ ਕਿਹੜਾ ਪਾਰਟ ਟਾਈਮ ਮੈਂਬਰ ਹੈ ਇਹ ਹੈ ਪਾਰਟ ਟਾਈਮ ਮੈਂਬਰ ਕਿੰਵੇਂ ਨੰਬਰ ਦਾ ਫਾਈਨੈਂਸ ਕਮਿਸ਼ਨਰ ਹੈ ਸਰ 16ਵੇਂ ਨੰਬਰ ਦਾ ਪਹਿਲਾ ਕਦੋਂ ਬਣਿਆ ਸੀਗਾ ਇਹ ਸਾਰੇ ਸਵਾਲ ਬਣਨਗੇ ਠੀਕ ਹੈ ਮੈਨੂੰ ਬੱਚੇ ਬਹੁਤ ਭੇਜਦੇ ਨੇ ਟ੍ਰਿਕਾਂ ਲੇਕਿਨ ਇਹ ਮੈਂ ਟ੍ਰਿਕ ਉਹੀ ਦੱਸਦਾ ਤੁਹਾਨੂੰ ਜਿਹੜਾ ਮੈਨੂੰ ਲੱਗਦਾ ਵੀ ਸਾਰਿਆਂ ਨੂੰ ਪੱਲੇ ਪੈ ਜਾਵੇ ਠੀਕ ਹੈ ਇਹ ਵੈਸੇ ਹੀ ਯਾਦ ਹੋ ਜਾਂਦਾ ਨਹੀਂ ਹੁੰਦਾ ਰਵੀ ਕੁਮਾਰ ਨਹੀਂ ਹੁੰਦਾ ਰੀਵੀਜ਼ਨ ਕਰ ਲੀਏ ਇੱਕ ਵਾਰ ਦੁਬਾਰੇ ਅਰਵਿੰਦ ਪਾਂਡੇ ਅੱਜ ਆਉਣੀ ਜਨਤਨ ਕ੍ਰਾਂਤੀ ਅਰਵਿੰਦ ਕੌਣ ਹੈ ਅਰਵਿੰਦ ਹੈ ਚੇਅਰਮੈਨ ਅਰਵਿੰਦ ਪਾਣਾਗਰੀਆ ਅਰਵਿੰਦ ਪਾਂਡੇ ਪਾਂਡੇ ਕੀ ਹੈ ਰਿਤਵਿਕ ਰੰਜਨਮ ਪਾਂਡੇ ਸੈਕਟਰੀ ਅੱਜ ਆਉਣੀ ਜਨਤਨ ਅੱਜ ਤੋਂ ਅਜੇ ਜਾ ਜਨ ਤੋਂ ਨਿਰੰਜਨ ਅੱਜ ਆਉਣੀ ਆਉਣੀ ਤੋਂ ਆਉਣੀ ਤਨ ਤੋਂ ਫਾਈਨੈਂਸ ਕਮਿਸ਼ਨ ਕ੍ਰਾਂਤੀ ਹੋ ਗਿਆ ਸੋਮਿਆ ਕਾਂਤੀ ਕੋਸ਼ ਜਿਹੜੀ ਪਾਰਟ ਟਾਈਮ ਮੈਂਬਰ ਐ ਐਂਡ ਤੇ ਖੁੰਝ ਲਈ ਹੋਈ ਹੈ ਠੀਕ ਹੈ ਜੀ ਬਹੁਤ ਵਧੀਆ ਯਾਰ ਅਨੀਤਾ ਯਾਰ ਬਹੁਤ 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 ਕੈਂਟ ਹੈ ਹੁਣ ਦੇਖ ਲੋ ਫਿਰ ਕੋਈ ਆ ਕੇ ਕਵੇ ਕਿ ਜੀ ਸਾਡੀ ਟ੍ਰਿਕ ਚੱਕ ਲਈ ਸੀਗੀ ਅਸੀਂ ਕਰਾਈ ਸੀ ਸਭ ਤੋਂ ਪਹਿਲਾਂ ਅਨੀਤਾ ਦੀ ਹੈ ਠੀਕ ਹੈ ਅਨੀਤਾ ਕੋਲ ਨੇ ਦੇਖੋ ਜੀ ਰਾਈਟ ਸੇ ਹੁਣ ਤਾਂ ਇਹ ਤਾਂ ਦੇਖੋ ਜੀ ਇਹ ਇਹ ਗੱਲ ਇਦਾਂ ਕਿਉਂਕਿ ਇਹ ਤਾਂ ਕਰੰਟ ਅਫੇਅਰ ਹੈ ਹੈਨਾ ਹਫਤਾ ਪਹਿਲਾਂ ਕਿਸੇ ਨੂੰ ਪਤਾ ਵੀ ਨਹੀਂ ਸੀ ਕੀ ਬਣਨੀ ਤਾਂ ਅਨੀਤਾ ਜੀ ਤੁਸੀਂ ਦੇਖ ਲਓ ਆਪਣਾ ਹੁਣ ਅਨੀਤਾ ਐਨੀ ਦਾ ਹੈ ਜੀ ਠੀਕ ਹੈ ਜੀ ਫਾਰਵਰਡਡ ਫਰੋਮ ਅਨੀਤਾ ਐਨੀ ਚਲੋ ਚਲਦੇ ਆ ਜੀ ਸ਼ੁਰੂਆਤ ਕਰਦੇ ਆ ਅੱਜ ਦੀ ਕਲਾਸ ਦੀ ਤਾਂ ਤਾਂ ਇਹ ਸ਼ੁਰੂਆਤ ਆਪਾਂ ਡੇ ਡੇਟ ਤੇ ਥੀਮ ਨਾਲ ਕਰਾਂਗੇ ਤਾਂ ਅੱਜ ਹੈ ਜੀ ਸਾਰਿਆਂ ਲਈ ਦਿਲ ਟੁੱਟੇ ਆਸ਼ਕਾਂ ਲਈ ਹੈਪੀ ਰੋਜ਼ ਡੇ ਦਿਲ ਟੁੱਟੇ ਆਸ਼ਕਾਂ ਲਈ ਕਿ ਸਾਰਿਆਂ ਲਈ ਤੁਹਾਨੂੰ ਪਤਾ ਆਪਾਂ ਸ਼ੁਰੂਆਤ ਹਮੇਸ਼ਾ ਡੇਜ਼ ਡੇਟ ਤੇ ਥੀਮ ਨਾਲ ਕਰਦੇ ਆਂ ਜੀ ਤੇ ਅੱਜ ਦੀ ਸ਼ੁਰੂਆਤ ਆਪਣੀ ਹੈ ਰੋਜ਼ ਡੇ ਨਾਲ ਕਿਉਂਕਿ ਅੱਜ ਰੋਜ਼ ਜੈਸਾ ਡੇ ਹੈ ਅੱਜ ਹੈ ਰੋਜ਼ ਡੇ ਤਾਂ ਜੀ ਬਹੁਤ ਬਹੁਤ ਵਧਾਈਆਂ ਤੁਸੀ ਸਾਰਿਆਂ ਨੂੰ ਜਿਨ੍ਹਾਂ ਜਿਨ੍ਹਾਂ ਦਾ ਰੋਜ਼ ਡੇ ਹੈ ਤੇ ਜਿਨ੍ਹਾਂ ਜਿਨ੍ਹਾਂ ਦਾ ਰੋਜ਼ ਡੇ ਨਹੀਂ ਹੈ ਉਹਨਾਂ ਸਾਰਿਆਂ ਨੂੰ ਵੀ ਮੇਰੇ ਵੱਲੋਂ ਰੋਜ਼ ਡੇ ਕਿਹੜਾ ਗਾਣਾ ਸੀ ਸ਼ਰੀਮਾਨ ਦਾ ਸਾਨੂੰ ਗੁਲਾਬ ਅੱਜ ਤਾਂ ਹੀ ਮਿਲਿਆ ਨਾ ਕਦੇ ਕਿਸੇ ਨੱਡੀ ਤੋਂ ਹੈ ਹੈ ਉਹ 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 ਦਿਲ ਦੀਆਂ ਜਾਣਦਾ ਸੀ ਲੋਕਾਂ ਦੇ ਹੈ ਅ ਪਿਛਲੇ ਸਾਲ ਦੀ ਗੱਲ ਹੈ ਪਿਛਲੇ ਸਾਲ ਤੇ ਨਾ ਪਿਛਲੇ ਤੋਂ ਪਿਛਲੇ ਸਾਲ ਦੀ ਯਾਦ ਨਹੀਂ ਮੈਨੂੰ ਕਿ ਬੱਚੇ ਨੇ ਮੈਨੂੰ ਗੁਲਾਬ ਭੇਜਤਾ ਸੀ ਮੈਂ ਕਿਹਾ ਇਹ ਕਿਉਂ ਕਹਿੰਦੇ ਸਰ ਵੈਸੀ ਸਰ ਬਹੁਤ ਵਧੀਆ ਪੜਾਉਂਦੇ ਸਰ ਮਜ਼ਾ ਆ ਜਾਂਦਾ ਸਰ ਤੁਹਾਡੀ ਕਲਾਸ ਲਾ ਕੇ ਸਰ ਤੁਹਾਡੀ ਜਦੋਂ ਕਲਾਸ ਨਹੀਂ ਹੁੰਦੀ ਉਸ ਦਿਨ ਐਂ ਲੱਗਦਾ ਅਧੂਰਾ ਅਧੂਰਾ ਜਿਹਾ ਲੱਗਦਾ ਕੱਲ ਪਰਸੋ ਕਿਸੇ ਨੇ ਕਮੈਂਟ ਵੀ ਕੀਤਾ ਹੋਇਆ ਸੀ ਤਾਂ ਮੈਂ ਇਹਨੂੰ ਮਨਾ ਮਨਾ ਕੀਤੀ ਮੈਂ ਕਿਹਾ ਇਹ ਕੰਮ ਨਾ ਕਰੋ ਮੈਂ ਕਿਹਾ ਯਾਰ ਜਦੋਂ ਨੌਕਰੀ ਲੱਗ ਗਏ ਉਦੋਂ ਕੁਝ ਵੀ ਕਰ ਦੋ ਆਪਣੇ ਘਰਦਿਆਂ ਦੇ ਪੈਸੇ ਤੋਂ ਕਿਉਂ ਭੇਜ ਰਹੇ ਹੋ ਪਣਾ ਕਰਦਿਆਂ ਤੇ ਪੈਸੇ ਨਾ ਵੇਸਟ ਕਰਿਆ ਕਰੋ ਹੈਨਾ ਜੇ ਕੋਈ ਅਜ ਸੋਚ ਰਿਹਾ ਹੋਵੇ ਇਦਾਂ ਤਾਂ ਜੀ ਨਹੀਂ ਠੀਕ ਹੈ ਜੀ ਫੁੱਲ ਦਿਵਸ ਦੀਆਂ ਰੋਜ ਡੇ ਦੀਆਂ ਰੋਜ ਦਿਵਸ ਦੀਆਂ ਸਾਰਿਆਂ ਨੂੰ ਲੱਖਾਂ ਲੱਖ ਕਰੋੜਾ ਕਰੋੜਾ ਮੁਬਾਰਕਾਂ ਤਾਂ ਜੀ ਇਹ ਰਹੇ ਜੀ ਇਸ ਹਫਤੇ ਦੇ ਡੇਜ਼ ਡੇਟਸ ਤਾਂ ਜੀ ਪੂਰਾ ਪੂਰਾ ਹਫਤਾ ਸਾਡੇ ਕੋਲ ਤਿਆਰ ਹੈ ਕਹਿੰਦੇ ਜੀ ਰੋਜ ਜੈ ਸਾਡੇ ਹੈ ਅੱਜ ਫਿਰ ਕੱਲ ਕਹਿੰਦੇ ਪ੍ਰੋਪੋਜ਼ ਵਾਲਾ ਡੇ ਹੈ ਕਹਿੰਦੇ ਜੀ ਚਾਕਲੇਟ ਹੈ ਟੈਡੀ ਹੈ ਪ੍ਰੋਮਿਸ ਹੈ ਹੱਗ ਹੈ ਕਿਸ ਹੈ ਵੈਲੈਂਟਾਈਨ ਹੈ ਭਾਜੀ ਲੋਕਾਂ ਨੂੰ ਦੇਖੀ ਮੈਂ ਪੂੰਡਾ ਆਸ਼ਿਕ ਕਹਿੰਦੇ ਹੁੰਦੇ ਆ ਪੂੰਡਾ ਆਸ਼ਿਕ ਸੁਣਾ ਵਰਡ ਕਾਲਜ ਦੇਖੀ ਭਾਈ ਪੂੰਡਾ ਆਸ਼ਿਕ ਚਾਕਲੇਟ ਨਾ ਡੇਰੀ ਮਿਲਕ ਨਹੀਂ ਜਾਂਦੀ ਹੁੰਦੀ ਸੀ ਚਾਕਲੇਟ ਕਿਟਕੈਟ ਨਹੀਂ ਜਾਂਦੀ ਹੁੰਦੀ ਸੀ ਚਾਕਲੇਟ ਮਿਲਕੀ ਬਾਰ ਨਹੀਂ ਜਾਂਦੀ ਹੁੰਦੀ ਸੀ ਮੈਨੂੰ ਤਾਂ ਨਾਂ ਬੋਲਣਾ ਨਹੀਂ ਆਂਦਾ ਜੀਵ ਦਾ ਨਾਂ ਸੀਗਾ ਔਰ ਐ ਸੀ ਕਿ ਉਹ ਟ੍ਰਾਇੰਗਲ ਜੇ ਟ੍ਰਾਇੰਗਲ ਜੇ ਸੀਗੀ ਚਾਕਲੇਟ ਐਂ ਕਰਕੇ ਉਹ ਚਾਕਲੇਟ ਵੀ ਐ ਸੀਗੀ ਉਹ ਟਕ ਟਕ ਟੁੱਟਦੀ ਸੀ ਇਹੋ ਜੀ ਚਾਕਲੇਟਾਂ ਲੈ ਕੇ ਆਣੀਆਂ ਕਹਿੰਦੇ ਜੀ ਹੈ ਨਾ ਭੁੰਡਾਸ਼ ਕੀ ਬੜੀ ਤਕੜੀ ਹੈ ਜੀ ਤਾਂ ਪੜ ਲਓ ਠੀਕ ਹੈ ਮੈਂ ਇਹੀ ਗੱਲ ਕਹਿਣਾ ਤਾਂ ਜਿਹੜੀ ਕੁੜੀ ਨੂੰ ਅੱਜ ਤੁਸੀਂ 350 350 400 ਦੀ ਚਾਕਲੇਟ ਦੇਣ ਲੱਗੇ ਸੀ ਇੱਕ ਗੱਲ ਸਮਝੋ ਉਹ 300 ਰੁਪਏ ਦਿਨਾਂ ਚ ਕਿਤਾਬ ਮੰਗਾ ਲਿਓ ਅਗਲੇ ਸਾਲ ਉਹਨੇ 3000 ਦੀ ਚਾਕਲੇਟ ਦੇਣ ਚੋਗੇ ਹੋ ਜਾਊਗੀ ਸਮਝੇ ਮੇਰੀ ਗੱਲ ਕੀ ਕਹਿ ਰਹਾ ਮੈਂ ਜਿਹੜੀ ਕੁੜੀ ਨੂੰ ਗੁਲਾਬ ਦੇਣਾ ਨਾ ਅੱਜ 100 ਰੁਪਏ ਦਾ 60 ਰੁਪਿਆ ਹੋਰ ਜੋੜ ਕੇ ਨਾ ਉਹਦੇ ਅੰਦਰ ਕੰਪਿਊਟਰ ਦੀ ਕਿਤਾਬ ਮੰਗਾ ਲਿਓ ਹੈਨਾ ਜਿਹੜਾ ਤੁਸੀਂ ਗੁਲਦਸਤਾ ਦੇਣਾ ਬੀਬੀ ਨੂੰ 500 ਰੁਪਏ ਦਾ 200 ਰੁਪਿਆ ਹੋਰ ਜੋੜ ਕੇ ਤਿੰਨ ਕਿਤਾਬਾਂ ਮੰਗਾ ਲਿਓ ਅਗਲੇ ਸਾਲ 2000 ਦੇ ਗੁਲਾਬ ਦੇਣ ਚੋਗੇ ਹੋ ਜੋਂਗੇ ਸਮਝੋ ਗੱਲ ਮੇਰੀ ਮੈਂ ਕਹਿਣਾ ਕੀ ਚਾਹ ਰਿਹਾ ਠੀਕ ਹੈ ਫਰੇਰੋ ਰੋਸ਼ਰ ਉਹ ਅੱਡੀ ਸਾਬੇ ਭਾਈ ਐਡਾ ਦਿੰਦੇ ਹੋ ਛੋਟੀ ਛੋਟੀ ਜੀ ਗੋਲੀਆਂ ਜੀ 5-700 ਰੁਪਏ ਦਾ ਡੱਬਾ ਹੁੰਦਾ ਲਿਆ ਵਾਹਿਗੁਰੂ ਆਏਗਾ ਔਖਾ ਕੰਮ ਬਈ ਜਨਤਾ ਤਾਂ ਬਹੁਤ ਔਖਾ ਤਾਂ ਮੇਰੀ ਸੁਣਿਓ ਮੈਂ ਮੈਂ ਕਹਿਣਾ ਕੀ ਚਾਹ ਰਿਹਾ ਇਹ ਵਾਲੇ ਜਿਹੜੇ ਲੱਛਣ ਨੇ ਨਾ ਇਹਦਾ ਨੌਕਰੀ ਲੱਗ ਜਾ ਇੱਕ ਵਾਰ ਨੌਕਰੀ ਲੱਗਣ ਤੋਂ ਬਾਅਦ ਜੋ ਕਰਨਾ ਕਰੋ ਬਾੜ ਮੇ ਜਾਓ ਕੋਈ ਫਰਕ ਨਹੀਂ ਪੈਂਦਾ ਆਪਣੇ ਪੈਸੇ ਤੋਂ ਜਾਓ ਲੈ ਕੇ ਠੀਕ ਹੈ ਤਾਂ ਜਿਹਨੂੰ ਦੇਣੇ ਸੀ ਨਾ 200 ਰੁਪਏ ਜਿਹਨੂੰ ਦੇਣੇ ਸੀਗੇ 230 ਰੁਪਏ ਜਿਹਨੂੰ ਦੇਣੇ ਸੀਗੇ 400 ਰੁਪਏ ਉਹਦੀ ਥਾਂ ਨਹੀਂ ਇਹ ਪੇਪਰ ਚਾਣੇ ਨਹੀਂ ਯਾਰ ਕਿੱਦਾਂ ਦੀ ਗੱਲਾਂ ਕਰਦੇ ਹੋ ਮਜ਼ਾਕ ਅਲੀ ਗੱਲ ਹੈ ਤੁਹਾਨੂੰ ਬਸ ਸਮਝਾਣਾ ਹੈ ਮੈਂ ਗੱਲ ਇੱਕ ਇੱਕ ਹੈਗਾ ਇੱਕ ਪਤੰਦਰ ਆਪਣੇ ਨਾਲ ਬੈਠਾ ਹੋਇਆ ਕਹਿੰਦਾ ਪੇਪਰ ਚਾਣਾ ਨਹੀਂ ਯਾਰ ਸਮਝੀਦਾ ਵੀ ਹੁੰਦਾ ਵੀਰ ਕੌਣ ਹੈ ਇਹ ਇੱਕ ਹੀ ਐਗਜ਼ਾਮ ਚਾਣਾ ਹੈ ਫਾਲਤੂ ਦੇ ਨਹੀਂ ਯਾਰ ਬਿਲਕੁਲ ਵੀ ਨਹੀਂ ਆਣਾ ਐਗਜ਼ਾਮ ਤੇ ਯੋਗੀ ਸਾਹਿਬ ਇਹ ਸਮਝਾਣ ਲਈ ਆ ਤੁਹਾਨੂੰ ਇਹ ਕੁਝ ਨਹੀਂ ਹੁੰਦੀਆਂ ਚੀਜ਼ਾਂ ਇਹ ਬੇਵਕੂਫੀਆਂ ਨੇ ਇਹ ਸਾਡਾ ਦਾ ਵੈਸੇ ਤਾਂ ਬੇਸਿਕ ਜੀ ਗੱਲ ਹੈ ਆਪਣੇ ਆਲੇ ਇਥੇ ਕੁਝ ਨਹੀਂ ਹੁੰਦਾ ਇਥੇ ਇਹ ਤੁਹਾਨੂੰ ਸਮਝਾਣ ਲਈ ਹੈ ਇਹ ਆਣੇ ਵਾਲੇ ਲੱਛਣਾਂ 'ਚ ਰਹਿਣ ਦੋ ਜੇ ਲੱਛਣ ਕਰਨਾ ਚਾਹੁੰਦੇ ਹੋ ਇੱਕ ਵਾਰ ਨੌਕਰੀ ਲੱਗ ਜਾਓ ਫਿਰ ਦੁਨੀਆਂ ਨੂੰ ਕੁਝ ਨਹੀਂ ਪਰਵਾ ਮਜ਼ਾਕ ਵਾਲੀ ਗੱਲ ਨਹੀਂ ਹੈ ਤੁਸੀਂ ਜੇ ਬੇਰੋਜ਼ਗਾਰ ਹੋ ਨਾ ਤੁਰੇ ਫਿਰ ਰਹੇ ਹੋ ਤੁਹਾਨੂੰ ਕਹਿਣ ਗੱਲ ਹੈ ਕੁਝ ਨਹੀਂ ਕਰਦਾ ਇਹ ਸਰਕਾਰੀ ਨੌਕਰੀ ਕਿਹੜੀ ਸੌਖੀ ਆ ਤੁਰੇ ਫਿਰਦਾ ਦੇਖੋ ਕੁਝ ਨਹੀਂ ਕਰਦਾ ਬਿੱਲਾ ਹੈ ਬਿੱਲੜ ਬਿੱਲੜ ਮੰਡੀਰ ਉਹ ਬੈਠੀ ਬਿੱਲੜ ਮੰਡੀਰ ਹਾਂ ਬਿੱਲੜੋਂ ਕੀ ਕਰਦੇ ਹੋ ਇੱਕ ਵਾਰ ਨੌਕਰੀ ਲੱਗ ਗਈ ਨਾ ਫਿਰ ਭਾਵੇਂ ਕੁਝ ਵੀ ਕਰੋ ਅਗਲੇ ਦੇ ਮੋੜੇ ਤੇ ਦੋਸਤ ਆ ਰਹੇ ਨੇ ਸਬ ਇਨਸਪੈਕਟਰ ਲੇਕਿਨ ਉਹ ਐਦਾਂ ਕਰਦਾ ਕੋਈ ਗੱਲ ਨਹੀਂ ਸਬ ਇਨਸਪੈਕਟਰ ਵੀ ਤਾਂ ਉਹ ਪੈਗ ਲਾਉਂਦਾ ਯਾਰ ਕੌਣ ਪੈਗ ਨਹੀਂ ਲਾਉਂਦਾ ਦਵਾਈ ਸਮਝ ਕੇ ਸਾਰੇ ਪੈਗ ਲਾਉਂਦੇ ਅਗਲਾ ਸਬ ਇਨਸਪੈਕਟਰ ਹੈ ਰਾਤੀ ਲੇਟ ਆਉਂਦੇ ਲੈ ਅਗਲਾ ਯਾਰ ਪੁਲਿਸ ਹੈ ਹੁਣ ਲੇਟ ਨਾ ਆਵੇ ਹੈ ਸਮਝ ਰਹੇ ਹੋ ਗੱਲ ਇੱਕ ਵਾਰ ਕਿਸੇ ਪੋਜੀਸ਼ਨ ਤੇ ਪਹੁੰਚ ਜਾਓ ਲੋਕਾਂ ਦੇ ਆਪਣਾ ਮੂੰਹ ਜ਼ਿੱਪ ਬੰਦ ਹੋ ਜਾਂਦੇ ਨੇ ਕਿਸੇ ਦੀ ਔਕਾਤ ਨਹੀਂ ਰਹਿੰਦੀ ਬੋਲਣ ਦੀ ਤਾਂ ਇਹ ਸਾਰੇ ਲੱਛਣ ਨਾ ਬਾਅਦ ਚ ਕਰਿਓ ਠੀਕ ਹੈ ਜਿਹੜੇ ਅੱਜ ਇਹ ਦਿੱਤ ਪੈਸੇ ਖਰਚਣੇ ਸੀ ਨਾ ਮੇਰੀ ਗੱਲ ਮੰਨਿਓ ਮੇਰੀ ਜੇ ਤੁਹਾਡੀ ਸਹੇਲੀ ਤੁਹਾਡਾ ਯਾਰ ਤੁਹਾਨੂੰ ਅੱਜ ਰੋਜ਼ ਜਾਂ ਫਿਰ ਚਾਕਲੇਟ ਦੇਣ ਕਰਕੇ ਛੱਡ ਰਿਹਾ ਨਾ ਉਹ ਤੁਹਾਡੇ ਨਾਲ ਕਦੇ ਨਹੀਂ ਖੜਾ ਹੋਣ ਵਾਲਾ ਸਮਝੋ ਗੱਲ ਮੇਰੀ ਜੇ ਨੌਕਰੀ ਹੈ ਨਾ ਤਾਂ ਹੀ ਛੋਕਰੀ ਹੈ ਆ ਜਿਹੜਾ ਮੁੰਡਾ ਸੋਹਣਾ ਹੈ ਮੁੰਡਾ 6 ਫੁੱਟ ਦਾ ਹੈ ਮੁੰਡਾ 6.5 ਫੁੱਟ ਦਾ ਹੈ ਕੁੜੀ ਸੋਹਣੀ ਹੈ ਇਹ ਨਾ 21 22 23 ਸਾਲਾਂ ਦੀਆਂ ਗੱਲਾਂ ਹੁੰਦੀਆਂ ਨੇ ਆਫਟਰ 26 27 ਸਾਲ ਕੋਈ ਸੋਹਣਾ ਨਹੀਂ ਹੁੰਦਾ ਕੋਈ ਮੋਟਾ ਨਹੀਂ ਹੁੰਦਾ ਕੋਈ ਪਤਲਾ ਨਹੀਂ ਹੁੰਦਾ ਤੁਸੀਂ ਸਿਰਫ ਸਕਸੈਸਫੁਲ ਹੁੰਦੇ ਹੋ ਜਾਂ ਤੁਸੀਂ ਬੇਰੋਜ਼ਗਾਰ ਹੁੰਦੇ ਜਾ ਤੁਸੀਂ ਸਕਸੈਸਫੁਲ ਹੋ ਜਾਂ ਤੁਸੀਂ ਬੇਰੋਜ਼ਗਾਰ ਹੋ ਚੋਇਸ ਤੁਹਾਡੀ ਹੈ ਜਿੰਨਾ ਛੇਤੀ ਸਮਝ ਲਓਗੇ ਗੱਲ ਉਨਾ ਫਾਇਦਾ ਹੈ ਜਿੰਨਾ ਛੇਤੀ ਸਮਝ ਲਓਗੇ ਗੱਲ ਭਾਵੇਂ ਤੁਹਾਡਾ 10 ਸਾਲਾਂ ਦਾ ਪਿਆਰ ਹੋਵੇ ਕੁੜੀ ਦੇ ਘਰ ਵਾਲੇ ਤੁਹਾਡੇ ਨਾਲ ਵਿਆਹ ਨਹੀਂ ਕਰਾਉਣਗੇ ਜੇ ਤੁਸੀਂ ਸਟੇਬਲ ਨਹੀਂ ਹੈ ਹੈਨਾ ਤੁਹਾਡੇ ਸੁਪਨੇ ਸਜਾਏ ਹੋਏ ਤੁਸੀਂ ਆਪਣੇ ਬੱਚਿਆਂ ਦੇ ਨਾਂ ਵੀ ਰੱਖੇ ਹੋਏ ਜੇ ਤੁਸੀਂ ਸਟੇਬਲ ਨਹੀਂ ਹੈ ਤੈਨੂੰ ਉਸ ਘਰ ਤੋਂ ਜੁੱਤੀ ਨਹੀਂ ਮਿਲਣੀ ਸਮਝ ਲੈ ਗੱਲ ਸਮਝ ਰਹੇ ਹੋ ਚਲੋ ਸ਼ੁਰੂ ਕਰਦੇ ਆਂ ਕਲਾਸ ਦੀ ਬਹੁਤ ਹੋ ਗਿਆ ਅੱਜ ਦਾ ਚਲੋ ਤਾਂ ਏ ਪੰਜਾਬੀ ਚ ਹੋ ਜਾਊਗਾ ਜਿਨ੍ਹਾਂ ਨੂੰ ਨਹੀਂ ਪਤਾ ਨਵੇਂ ਆਏ ਨੇ ਬੱਚੇ ਜੀ ਪੀਪੀਟੀ ਕਰਪਟ ਹੋ ਗਈ ਸੀ ਮੈਂ ਬੱਚਾ ਤਾਂ ਪੁੱਛ ਆ ਜਾ ਆਪਾਂ ਕਲਾਸ ਕੈਨਸਲ ਕਰਦੀ ਆ ਆਪਾਂ ਹਿੰਦੀ ਵਾਲੀ ਮੇਰੇ ਕੋਲ ਬਣੀ ਹੋਈ ਸੀਗੀ ਸਵੇਰ ਵਾਲੀ 7 ਵਜੇ ਦੀ ਤਾਂ ਕਹਿੰਦੇ ਸਰ ਇਹ ਕਰਾ ਦਿਓ ਜਿਹੜੀ ਪੀਡੀਐਫ ਮਿਲੂਗੀ ਤੁਹਾਨੂੰ ਉਹ ਤੁਹਾਨੂੰ ਪੰਜਾਬੀ ਚ ਮਿਲ ਜੂਗੀ ਦੁਪਹਿਰ ਤੱਕ ਮਿਲੂਗੀ ਕਿਉਂਕਿ ਲੈਪਟਾਪ ਠੀਕ ਹੋਗਾ ਠੀਕ ਹੈ ਆਓ ਤਾਂ ਜੀ ਅੰਤਰਰਾਸ਼ਟਰੀ ਦਿਵਸ ਸੀਗਾ ਜ਼ੀਰੋ ਟੋਲਰੈਂਸ ਦਾ ਜਿਹੜਾ ਆਪਾਂ ਪੜਿਆ ਸੀਗਾ ਫੀਮੇਲ ਜੇਨਿਟਲ ਮਿਊਟੀਲੇਸ਼ਨ ਬਾਰੇ ਤਾਂ ਉਹ 6 ਫਰਵਰੀ ਨੂੰ ਆਬਜ਼ਰਵ ਕੀਤਾ ਗਿਆ ਤੇ ਉਹਦੀ ਥੀਮ ਕੀ ਸੀ ਸ਼ਾਬਾ ਉਦੀ ਥੀਮ ਕੀ ਸੀ ਸ਼ਾਬਾਸ਼ ਉਦੀ ਥੀਮ ਕੀ ਸੀ ਇਹਦੀ ਥੀਮ ਸੀ ਬਿਲਕੁਲ ਠੀਕ ਹੈ ਇਹਦੀ ਥੀਮ ਸੀ ਬੱਚੋ ਹਰ ਵਾਇਸ ਇਹਦੀ ਥੀਮ ਕੀ ਸੀ ਹਰ ਵਾਇਸ ਤੇ ਬਿਲਕੁਲ 14 ਫਰਵਰੀ ਮਨਾਉਣ ਤੋਂ ਪਹਿਲਾਂ ਨਾ ਇੱਕ ਵਾਰ ਨਾ ਪੁਲਵਾਮਾ ਦੇ ਸ਼ਹੀਦਾਂ ਬਾਰੇ ਸੋਚ ਲਿਆ ਕਰੋ ਸਾਡੇ ਦੇਸ਼ ਖਾਤੇ ਸਾਡੇ ਸਾਡੇ ਵਰਗਿਆਂ ਲਈ ਉਹ ਸ਼ਹੀਦ ਹੋਏ ਨੇ ਉਹ ਹੈਨਾ ਚਲੋ ਅੱਗੇ ਤਾਂ ਇਹ ਆਪਾਂ ਕਰ ਲਈ ਸੀ ਗੱਲ ਇਹਦੀ ਥੀਮ ਕੀ ਸੀ ਜ਼ੀਰੋ ਵਾਇਸ ਜ਼ੀਰੋ ਹਰ ਵਾਇਸ ਅਗਲਾ ਸੇਫਰ ਇੰਟਰਨੈਟ ਡੇ ਆਪਾਂ ਕੱਲ ਗੱਲ ਕੀਤੀ ਸੀ ਵੀ ਕਿੱਦਾਂ ਇੰਟਰਨੈਟ ਤੇ ਸੇਫ ਰਹਿਣਾ ਹੈ ਇਹ ਕਦੋਂ ਮਨਾਇਆ ਜਾਂਦਾ ਹੈ ਸ਼ਾਬਾਸ਼ ਇਦੀ ਥੀਮ ਸੀ ਟੁਗੇਦਰ ਫॉर ਅ ਬੈਟਰ ਇੰਟਰਨੈਟ ਹੈ ਨਾ ਐਦਾਂ ਕਰਕੇ ਕੁਝ ਥੀਮ ਸੀ ਇਹਦੀ ਸ਼ਾਬਾਸ਼ ਸੇਫਰ ਇੰਟਰਨੈਟ ਡੇ ਹੈ ਜਿਹੜਾ ਬਿਲਕੁਲ ਇਹ ਵੀ 6 ਫਰਵਰੀ 6 ਫਰਵਰੀ ਨੂੰ ਹੀ ਜ਼ੀਰੋ ਟੋਲਰੈਂਸ ਵਾਲਾ ਸੀਗਾ ਜਿਹੜਾ ਫੀਮੇਲ ਮਿਊਟੀਲੇਸ਼ਨ ਵਾਲਾ ਸੀ ਜੈਨੀਟਲ ਮਿਊਟੀਲੇਸ਼ਨ ਤੇ 6 ਫਰਵਰੀ ਨੂੰ ਹੀ ਸੇਫਰ ਇੰਟਰਨੈਟ ਡੇ ਵੀ ਸੀਗਾ ਸਾਡਾ ਚਲੋ ਬਹੁਤ ਵਧੀਆ ਤੇ ਥੀਮ ਕੀ ਸੀ ਇਹਦੀ ਟੁਗੇਦਰ ਫॉर ਅ ਬੈਟਰ ਇੰਟਰਨੈਟ ਤੇ ਇਹ ਰਹੇ ਜੀ ਸਾਡੇ ਰੀਸੈਂਟ ਵਾਲੇ ਡੇਸ ਡੇਟਸ ਤੇ ਥੀਮ ਚਲੋ ਅਗਲਾ ਸਵਾਲ ਕਿਹੜਾ ਐਡੀਸ਼ਨ ਗ੍ਰੈਮੀ ਪੁਰਸਕਾਰਾਂ ਦਾ 2024 ਵਿੱਚ ਲਾਸ ਐਂਜਲਸ ਚ ਹੋਇਆ ਗ੍ਰੈਮੀ ਅਵਾਰਡ 2024 ਦਾ ਕਿਹੜਾ ਸੰਸਕਰਣ ਕਿਹੜਾ ਐਡੀਸ਼ਨ ਲਾਸ ਐਂਜਲਸ ਵਿੱਚ ਹੋਇਆ ਹੈ ਇਹਦੀ ਪੀਡੀਐ ਵਿੱਚ ਪੰਜਾਬੀ ਚ ਮਿਲ ਜੂਗੀ ਮੈਂ ਬਾਰ ਬਾਰ ਮੈਂ ਦੱਸ ਰਿਹਾ ਜੀ ਅੱਜ ਮੇਰਾ ਕਿ ਉਹ ਲੈਪਟਾਪ ਕਰਪਟ ਹੋ ਗਿਆ ਮੇਰੇ ਹੱਥ ਚ ਹੈ ਨਹੀਂ ਨਹੀਂ ਤਾਂ ਮੈਂ ਕਦੇ ਹਿੰਦੀ ਦੀ ਪੀਪੀਟੀ ਲੈ ਕੇ ਆ ਆਪਣੈ ਸੋਚ ਲੂ ਕਦੇ ਵੀ ਨਹੀਂ ਲਿਆ ਅੱਜ ਲੈਣੀ ਪੈਗੀ ਲੈਣੀ ਪੈਗੀ ਕੀ ਆ ਤਾਂ ਆਪਾਂ ਕਲਾਸ ਕੈਨਸਲ ਕਰਦੇ ਆ ਮੈਂ ਬੱਚਿਆਂ ਤੋਂ ਪੁੱਛਿਆ ਆਪਾਂ ਹਿੰਦੀ ਚ ਕਰਾ ਦਈਏ ਪੀਡੀਐ ਪੰਜਾਬੀ ਚ ਆਜੂ ਕਹਿੰਦੇ ਹਾਂਜੀ ਸਰ ਐ ਕਰ ਲੈਂਦੇ ਆ ਠੀਕ ਐ ਤਾਂ ਜੇ ਕੋਈ ਜਿਹਨੂੰ ਕਿਸੇ ਨੂੰ ਬਹੁਤ ਜ਼ਿਆਦਾ ਹੀ ਜ਼ੋਰ ਪੈ ਰਿਹਾ ਕਿ ਨਹੀਂ ਸਰ ਮੈਂ ਤਾਂ ਦੇਖ ਹੀ ਨਹੀਂ ਸਕਦਾ ਹਿੰਦੀ ਆਈ ਕਾਂਟ ਸਟੈਂਡ ਹਿੰਦੀ ਤਾਂ ਸੌਰੀ ਹੈ ਜੀ ਅੱਜ ਲਈ ਚਲੋ ਜਵਾਬ ਇਹਦਾ ਕੀ ਹੋਜੂ ਬਿਲਕੁਲ ਜਵਾਬ ਹੋ ਜਾਂਦਾ ਹੈ ਜਿਆ 66th ਐਡੀਸ਼ਨ ਸੀਗਾ ਆਪਾਂ ਪੜਿਆ ਸੀ ਕਿ ਵੀ ਗ੍ਰੈਮੀ ਅਵਾਰਡ ਹੋਏ ਨੇ ਗ੍ਰੈਮੀ ਕੀ ਹੁੰਦੇ ਵਿੱਚ ਸਿੰਗਿੰਗ ਵਾਲੇ ਅਵਾਰਡਸ ਹੁੰਦੇ ਨੇ ਗਾਣੇ-ਗਾਣੇ ਵਾਲੇ ਕਿਹਾ ਜਾਂਦਾ ਵੀ ਦੁਨੀਆ ਦੇ ਸਭ ਤੋਂ ਟਾਪ ਦੇ ਅਵਾਰਡ ਇਹਨਾਂ ਨੂੰ ਕਿਹਾ ਜਾਂਦਾ ਤੇ ਇਸ ਵਾਰ ਤਾਂ ਭਾਰਤ ਵੀ ਇੱਕ ਨਹੀਂ ਦੋ ਨਹੀਂ ਤਿੰਨ ਗ੍ਰੈਮੀ ਪੁਰਸਕਾਰ ਲੈ ਕੇ ਆਇਆ ਹੋਇਆ ਚਲੋ ਪੜਦੇ ਆ ਜੀ 66th ਗ੍ਰੈਮੀ ਹੋਇਆ ਲਾਸ ਐਂਜਲਿਸ ਚ ਹੋਇਆ ਅਗਲਾ ਗ੍ਰੈਮੀ ਪੁਰਸਕਾਰ ਬੈਸਟ ਗਲੋਬਲ 뮤직 ਐਲਬਮ ਲਈ ਮਿਲਿਆ ਜੀ ਬੈਂਡ ਦਾ ਨਾਮ ਕੀ ਸੀ ਸ਼ਕਤੀ ਕੀ ਨਾ ਸੀ ਬੈਂਡ ਦਾ ਬੈਂਡ ਦਾ ਨਾਮ ਸੀ ਸ਼ਕਤੀ ਸ਼ਕਤੀ ਬੈਂਡ ਨੇ ਕਿਹੜੀ ਐਲਬਮ ਗਾਈ ਸੀ ਜਿਹਦੇ ਲਈ ਇਹਨਾਂ ਨੂੰ ਕਹਿੰਦੇ ਕਹਿੰਦੇ ਸਾਲ ਦੀ ਸਭ ਤੋਂ ਘੈਂਟ ਐਲਬਮ ਦਾ ਪੁਰਸਕਾਰ ਮਿਲਿਆ ਸ਼ਕਤੀ ਬੈਂਡ ਨੂੰ ਸਾਲ ਦੀ ਸਭ ਤੋਂ ਘੈਂਟ ਐਲਬਮ ਦਾ ਪੁਰਸਕਾਰ ਮਿਲਿਆ ਕਿਹੜਾ ਬਿਲਕੁਲ ਠੀਕ ਹੈ ਦਿਸ ਮੂਮੈਂਟ ਹੈਨਾ ਕੋਈ ਆਰ ਮੂਮੈਂਟ ਵੀ ਕਹਿ ਰਿਹਾ ਉਹ ਪਾਜੀ ਥੋੜੀ ਤੇ ਅੰਜਲੀ ਦੀ ਗੱਲ ਨਹੀਂ ਹੋ ਰਹੀ ਜਿਹਨੂੰ ਤੁਸੀਂ ਅੱਜ ਫੁੱਲ ਦੇਣਾ ਤੁਹਾਡਾ ਮੂਮੈਂਟ ਨਹੀਂ ਇਹ ਉਹ ਇਹਨਾਂ ਦੀ ਮੂਮੈਂਟ ਦੀ ਗੱਲ ਹੋ ਰਹੀ ਹੈ ਕਹਿੰਦੇ ਸਰ ਅੱਜ ਤੋਂ ਰੋਜ਼ ਦੇ ਹੈ ਅੱਜ ਤੋਂ ਅੰਜਲੀ ਕੋ ਮੈਂ ਰੋਜ਼ ਦੂੰਗਾ ਹਮਾਰਾ ਇੱਕ ਆ ਮੂਮੈਂਟ ਹੋਗਾ ਥਿਸ ਮੂਮੈਂਟ ਇਜ਼ ਦਾ ਕਰੈਕਟ ਆਨਸਰ ਨਿਕਲ ਜੇ ਬਾਹਰ ਆਰ ਮੂਮੈਂਟ ਵਾਲੇ ਥਿਸ ਮੂਮੈਂਟ ਠੀਕ ਹੈ ਇਹ ਜਿਹੜਾ ਸ਼ਣ ਤੁਸੀਂ ਹੋ ਚਲੋ ਠੀਕ ਹੈ ਜੀ ਆਪਾਂ ਰਿਵੀਜ਼ਨ ਕਰਦੇ ਆ ਕਿਉਂਕਿ ਆਪਾਂ ਕੱਲ ਵੈਸੇ ਯਾਦ ਕਰ ਲਿਆ ਸੀ ਅੱਜ ਆਪਾਂ ਇਹ ਨਹੀਂ ਪੜਾਂਗੇ ਅੱਜ ਆਪਾਂ ਰਿਵਾਈਜ਼ਨ ਕਰਾਂਗੇ ਜਿਹੜਾ ਕੱਲ ਆਇਆ ਨਹੀਂ ਜੀ ਬਹੁਤ ਬਹੁਤ ਸੌਰੀ ਹੈ ਜੀ ਤੁਹਾਨੂੰ ਤਾਂ ਜੀ ਬੈਂਡ ਦਾ ਨਾਂ ਕੀ ਹੈ ਸ਼ਕਤੀ ਸ਼ਕਤੀ ਦੀ ਐਲਬਮ ਦਾ ਨਾਂ ਕੀ ਹੈ ਦਿਸ ਮੂਮੈਂਟ ਹੈ ਨਾ ਸ਼ਕਤੀ ਦੀ ਐਲਬਮ ਦਾ ਨਾਂ ਕੀ ਹੈ ਦਿਸ ਮੂਮੈਂਟ ਤੇ ਆਪਾਂ ਕੱਲ ਹੀ ਯਾਦ ਕਰ ਲਿਆ ਸੀਗਾ ਕਿਹਨੇ ਕਿਹਨੇ ਕਿਹਦੀ ਕਿਹਦੀ ਐਲਬਮ ਹੈ ਦਿਸ ਮੂਮੈਂਟ ਇਹਦੇ ਚ ਹੈ ਸ਼ੰਕਰ ਮਹਾਦੇਵਨ ਸੁਨੋ غور سے ਦੁਨੀਆ ਵਾਲੋ ਬੁਰੀ ਨਜ਼ਰ ਨਾ ਹੰਪੇ ਡਾਲੋ ਦੂਜੇ ਨੇ ਜੀ ਤਬਲਾਵਾਦਕ ਜ਼ਾਕਿਰ हुसैन ਸਾਹਿਬ ਜਿਹੜਾ ਤਾਜ ਮਹਿਲ ਚਾਹ ਦੀ ਜਿਹੜੀ ਐਡ ਆਉਂਦੀ ਆ ਉਹਦੇ ਚ ਹੁੰਦੇ ਸੀਗੇ ਇੱਕ ਸੀਗਾ ਗਿਟਾਰਿਸਟ ਠੀਕ ਹੈ ਜੀ ਜੌਨ ਮੈਕਲਾਫਲਿਨ ਕਰਕੇ ਨਾਂ ਸੀ ਉਹ ਤਾਂ ਜੌਨ ਯਾਦ ਰੱਖਿਓ ਤੇ ਦੋ ਸੀਗੇ ਗਣੇਸ਼ ਯਾਦ ਹੈ ਉਹ ਹਾਂ ਯਾ ਨਾ ਦੋ ਸੀਗੇ ਸਾਡੇ ਕੋਲ ਗਣੇਸ਼ ਤਾਂ ਜੀ ਸ਼ਕਤੀ ਬੈਂਡ ਹੈ ਦਿਸ ਮੋਮੈਂਟ ਲਈ ਬੈਸਟ ਗਲੋਬਲ 뮤직 ਐਲਬਮ ਯਾਨੀ ਕਿ ਦੁਨੀਆ ਵਿੱਚ ਸਭ ਤੋਂ ਘੈਂਟ ਜਿਹੜੀ ਐਲਬਮ ਲਈ ਇਹਨਾਂ ਰਹੀ ਦਿਸ ਮੋਮੈਂਟ ਤੇ ਕੌਣ ਕੌਣ ਸ਼ੰਕਰ ਮਹਾਦੇਵਨ ਜ਼ਾਕਿਰ ਹੁਸੈਨ ਜੌਨ ਤੇ ਗਣੇਸ਼ ਤੇ ਗਣੇਸ਼ ਇਹ ਰਹੇ ਜੀ ਜ਼ਾਕਿਰ ਹੁਸੈਨ ਸ਼ੰਕਰ ਮਹਾਦੇਵਨ ਜੌਨ ਗਣੇਸ਼ ਐਂਡ ਗਣੇਸ਼ ਠੀਕ ਹੈ ਜੀ ਚਲੋ ਅਗਲਾ ਤਾਂ ਗ੍ਰੈਮੀ ਅਵਾਰਡ ਬੈਸਟ ਗਲੋਬਲ 뮤직 ਪਰਫਾਰਮੈਂਸ ਲਈ ਇਹ ਮਿਲਿਆ ਜ਼ਾਕਿਰ ਨੂੰ ਬੇਲਾ ਨੂੰ ਮੇਅਰ ਨੂੰ ਚੌਥਾ ਕੌਣ ਸੀ ਨਾਲ ਬੈਸਟ ਗਲੋਬਲ 뮤직 ਪਰਫਾਰਮੈਂਸ ਲਈ ਸ਼ਾਬਾਸ਼ ਪਰਫਾਰਮੈਂਸ ਲਈ ਚੌਥਾ ਕੌਣ ਸੀ ਸਰਕਲ ਪੀਡੀਐਫ ਨਹੀਂ ਮਿਲੀ ਸੁਖਵੀਰ ਸੁਖੂ ਹਮੇਸ਼ਾ ਪੀਡੀਐਫ ਮਿਲਦੀ ਹੈ ਹਮੇਸ਼ਾ ਮਿਲਦੀ ਹੈ ਪੀਡੀਐਫ ਅੱਜ ਵੀ ਮਿਲੂਗੀ ਥੋੜੀ ਲੇਟ ਮਿਲੂਗੀ ਮੇਨੂੰ ਦੱਸ ਤਾਂ ਮੈਂ ਪੀਪੀਟੀ ਕਰਪਟ ਹੋਈ ਵੀ ਹੈ ਇੱਕ ਵਾਰ ਦੱਸ ਦਿਓ ਵੀਰ ਨੂੰ ਮੇਰੇ ਨੂੰ ਕਿੱਥੇ ਮਿਲੂਗੀ ਪੀਡੀਐਫ ਬਿਲਕੁਲ ਰਾਕੇਸ਼ ਚੌਰਸੀਆ ਆਓ ਇਹਨੂੰ ਵੀ ਆਪਾਂ ਇੱਦਾਂ ਲਕੋ ਕੇ ਰਿਵਾਈਜ਼ ਕਰਾਂਗੇ ધ ਬੈਸਟ ਗਲੋਬਲ 뮤직 ਪਰਫਾਰਮੈਂਸ ਸ਼ਕਤੀ ਦੀ ਥਿਸ ਮੂਮੈਂਟ ਸੀਗੀ ਐਲਬਮ ਹੁਣ ਆਪਾਂ ਗੱਲ ਕਰ ਰਹੇ ਹਾਂ ਪਰਫਾਰਮੈਂਸ ਦੀ ਤੇ ਪਰਫਾਰਮੈਂਸ ਦਾ ਨਾਮ ਕੀ ਹੈ ਪਸ਼ਤੋ ਪਸ਼ਤੋ ਇਹ ਵਿੱਚ ਇਹਦੇ ਵਿੱਚ ਦਪਾਰੇ ਜ਼ਾਕਿਰ ਸਾਹਿਬ ਨੇ ਜ਼ਾਕਿਰ ਹੁਸੈਨ ਸਾਹਿਬ ਇਹਦੇ ਵਿੱਚ ਬੇਲਾ ਹੈ ਇਦੇ ਵਿੱਚ ਮੇਅਰ ਸਾਹਿਬ ਨੇ ਤੇ ਇਹਦੇ ਚ ਰਾਕੇਸ਼ ਚੌਰਸੀਆ ਸਾਹਿਬ ਧਿਆਨ ਰੱਖਿਓ ਗੱਲ ਰਾਕੇਸ਼ ਚੌ ਰਸੀਆ ਇਹ ਹੋ ਗਿਆ ਦੂਜਾ ਸਾਡਾ ਹੈਨਾ ਇਹ ਹੋ ਗਿਆ ਦੂਜਾ ਸਾਡਾ ਆਓ ਹੁਣ ਤੀਜੇ ਦੀ ਗੱਲ ਕਰ ਲੈਨੇ ਆਪਾਂ ਚਲੋ ਗ੍ਰਾਮੀ ਪੁਰਸਕਾਰ ਬੈਸਟ ਕੰਟੈਂਪੋਰੀ ਇਨਸਟਰੂਮੈਂਟਲ ਐਲਬਮ ਬੈਸਟ ਕੰਟੈਂਪੋਰੀ ਇਨਸਟਰੂਮੈਂਟਲ ਐਲਬਮ ਇਹ ਵੀ ਇਹਨਾਂ ਚਾਰਾਂ ਨੂੰ ਜ਼ਾਕਿਰ ਬੇਲਾ ਮੇਅਰ ਤੇ ਚੌਰਸੀਆ ਨੂੰ ਕਾਦੇ ਲਈ ਮਿਲਿਆ ਸੀ ਆ ਦੱਸੋ लेट अस स्पीक वी कैन स्पीक एज वी स्पीक लेट्स स्पीक शाबाश वी कैन स्पीक ओ थोड़ी ते अंजली दी गल नहीं हो रही मेनू <laughs> बड़ा मजा आंदा है ना पूंडा आशका नु छेड़ने च देखो माफ करो जे कोई दिल दिल नाल दिल लगया लग हुआ है साडा तुसी गाने गांदे हो ने बब्बल राय दे छोटे हो वो अवाले के गांदा ਜੰਨ ਤੂੰ ਮੈਂ ਤੇਰੇ ਉਤੇ ਅੰਬਰਾਂ ਮੇ ਸਾਰੇ ਉਤੇ ਦਸ ਇੱਕ ਇੱਕ ਤੇਰਾ ਨਾਂ ਲਿਖਵਾ ਦਿਆਂ ਹੈਨਾ ਸੌਰੀ ਮੈਨੂੰ ਬੜਾ ਹਸੀ ਆਉਂਦੀ ਐ ਇਹਨਾਂ ਤੇ ਕੱਲੇ ਕੱਲੇ ਤੇਰੇ ਉਤੇ ਅੰਬਰ ਮੇ ਸਾਰੇ ਉਤੇ ਕਮਾਲ ਦੀ ਗੱਲ ਤਾਂ ਇਹ ਐ ਉਹ ਕਹਿਣ ਦੀ ਗੱਲ ਸਕੂਲ 'ਚ ਕਹਿੰਦਾ ਕਿ ਸੀਟ ਤੈਨੂੰ ਸਾਫ਼ ਕਰਨਾ ਆਂਦਾ ਨਹੀਂ ਆਸ਼ਕੀ ਕਰਨ ਚੱਲਿਆ ਤੂੰ ਤਾਂ ਭਾਜੀ ਇਹਦਾ ਜਵਾਬ ਐ ਜੀ ਐਸ ਵੀ ਸਪੀਕ ਮਾਫ ਕਰੇ ਜੇ ਕਿਸੇ ਨੂੰ ਬੁਰਾ ਲੱਗ ਰਿਹਾ ਹੋਵੇ ਲੇਕਿਨ ਮੇਰੇ ਅਕੋਰਡਿੰਗ ਦੇਖੋ ਜਦੋਂ ਤੱਕ ਤੁਸੀਂ এমਪਲੋਇਡ ਨਹੀਂ ਹੋ ਜਦੋਂ ਤੱਕ ਆਪਣੇ ਪੈਰਾਂ ਤੇ ਖੜੇ ਨਹੀਂ ਹੋ ਆਪਣੇ ਘਰ ਦੇ ਤਾਂ ਪੈਸੇ ਤੇ ਆਸ਼ਕੀ ਕਰ ਰਹੇ ਹੋ ਤੁਹਾਡਾ ਕੋਈ ਫਾਇਦਾ ਨਹੀਂ ਹੈ ਕਿਉਂਕਿ ਇੱਕ ਵਾਰ ਲੱਗ ਜਾਓ ਫਿਰ ਜੋ ਕਰਨਾ ਕਰੋ ਤੁਹਾਡੀ ਮਰਜ਼ੀ ਹੈ ਬਸ ਹੀ ਕੋਈ ਬੋਲਣ ਵਾਲੇ ਨਹੀਂ ਹੁੰਦੇ ਮੈਂ ਤਾਂ ਹੁਣ ਵੀ ਨਹੀਂ ਕੋਈ ਬੋਲਣ ਵਾਲਾ ਹੁੰਦਾ ਇਹ ਮੇਰੇ ਆਪਣੇ ਵਿਚਾਰ ਨੇ ਤੁਹਾਡੇ ਆਪਣੇ ਵਿਚਾਰ ਹੁੰਦੇ ਨੇ ਹੈਨਾ ਉਹ ਗੱਲ ਹੈ ਮਾਫ ਕਰੇ ਲੱਗੇ ਕਿਸੇ ਨੂੰ ਜੇ ਬੁਰਾ ਲੱਗ ਰਿਹਾ ਹੋਵੇ ਮੇਰੇ ਅਕੋਰਡਿੰਗ ਤੇ ਇਹੀ ਹੈ ਯਾਰ ਹੈਨਾ ਚਲ ਆਪਾਂ ਰਿਵਾਈਜ਼ ਕਰ ਲਈਏ ਫਟਾਫਟ ਬੈਸਟ ਗਲੋਬਲ 뮤직 ਐਲਬਮ सर बार बार क्यों करा रहे हो तो क्योंकि बच्चे पेपर च सवाल बनना है एह तो। करा रहा मैं कुछ होना मेरा मोटिव बेस्ट ग्लोबल म्यूजिक एल्बम मिला फिर बेस्ट ग्लोबल म्यूजिक माफ करो उस राइटिंग दी क्योंकि आप पर रिवीजन कर रहे हैं मैं किसी गल इंप्रेस कर आया हुआ बेस्ट ग्लोबल म्यूजिक परफॉर्मेंस तो बेस्ट इंसट्रूमेंटल की सूमेंटल कुछ सी मैं भूल गया कि इंस्ट्रूमेंटल इंस्ट्रूमेंटल सी ए इंस्ट् दोने ਕਿੰਨੂੰ ਮਿਲਿਆ ਹੈ ਇਹ ਦੋਨੇ ਸੇਮ ਟੀਮ ਨੂੰ ਮਿਲੇ ਨੇ ਜ਼ਾਕਿਰ ਹੁਸੈਨ ਨੂੰ ਰਾਕੇਸ਼ ਚੌਰਸੀਆ ਨੂੰ ਬੇਲਾ ਨੂੰ ਤੇ ਮੇਰ ਨੂੰ ਹੈਨਾ ਬੇਲਾ ਨੂੰ ਤੇ ਮੇਰ ਨੂੰ ਇਨਸਟਰੂਮੈਂਟਲੀ ਦਿੱਤਾ ਇਹਨਾਂ ਨੇ ਐਜ਼ ਵੀ ਸੁਪੀਕ ਨੂੰ ਪਰਫਾਰਮੈਂਸ ਮਿਲੀ ਹੈ ਪਾਸਤੋਨੂ ਬੈਸਟ ਗਲੋਬਲ 뮤직 ਐਲਬਮ ਸ਼ਕਤੀ ਸੀਗਾ ਬੈਂਡ ਦਾ ਨਾਮ ਤੇ ਸ਼ਕਤੀ ਬੈਂਡ ਦੀ ਕਿਹੜੀ ਸੀਗੀ ਦਿਸ ਮੂਮੈਂਟ ਸੀਗੀ ਕੀ ਦੀ ਕੀ ਦੀ ਸੀ ਇਹ ਦੁਬਾਰਾ ਇੱਕ ਵਾਰ ਸ਼ੰਕਰ ਮਹਾਦੇਵਨ ਜ਼ਾਕਿਰ ਹੁਸੈਨ ਜான் ਮੈਕਲਾਪਲਿਨ ਤੇ ਦੋ ਗਣੇਸ਼ ਸੀਗੇ ਇਹਦਾ ਸਕਰੀਨਸ਼ਾਟ ਲੈ ਲਓ ਰਿਵੀਜ਼ਨ ਕਰਨ ਨੂੰ ਇਹ ਮੈਂ ਬਾਰ-ਬਾਰ ਜ਼ੋਰ ਦੇ ਰਿਹਾ ਦੇਖੋ ਤੁਸੀਂ ਨੋਟਿਸ ਕੀਤਾ ਹੋਣਾ ਜਿਹੜੇ ਪੁਰਾਣੇ ਬੱਚੇ ਨੇ ਮੈਂ ਕਦੇ ਕਿਸੇ ਗੱਲ ਤੇ ਇੰਨਾ ਜ਼ੋਰ ਨਹੀਂ ਦਿੰਦਾ ਤੇ ਜੇ ਕਿਸੇ ਗੱਲ ਤੇ ਜ਼ੋਰ ਦੇ ਰਿਹਾ ਮਤਲਬ ਕਿ ਇੰਪੋਰਟੈਂਟ ਹੈ ਸਾਡੇ ਪੇਪਰ ਪੁਆਇੰਟ ਆਫ View ਤੋਂ ਆਈ ਹੋਪ ਮੇਰੇ ਵਾਲੇ ਬੱਚਿਆਂ ਨੂੰ ਤਾਂ ਘੱਟੋ-ਘੱਟ ਯਾਦ ਹੋ ਗਿਆ ਹੋਊਗਾ ਇਹ हो गया याद प्लीज यार पढ़ लो यार बहुत जरूरी चीज है पेपर पे पूछे जाते हैं पार जे ऑस्कर जितदा पार ऑस्कर बनदा है स्लैम डॉग मिलियनेर ਉੱਤੇ ਬਹੁਤ ਸਵਾਲ ਆਏ ਸੀ ਕਦੇ ਉਸ ਸਾਲ ਦਾ ਚੈੱਕ ਕਰੋ ਪੇਪਰ ਮੈਂ ਵੈਸੀ ਸਵਾਲ ਸਵਾਲ ਦੇ ਦੇਖਦਾ ਹੁੰਨਾ ਕਿ ਯਾਰ ਇੰਡੀਆ ਨੂੰ ਜੇ ਆਸਕਰ ਮਿਲਿਆ ਹੈ ਹੈਨਾ ਤਾਂ ਇੰਡੀਆ ਨੂੰ ਜਿੱਦਾਂ ਪਿਛਲੇ ਸਾਲ ਆਪਾਂ ਗੱਲ ਕਰੀਓ এলিਫੈਂਟ ਵਿਸਪਰਰ ਲਈ ਮਿਲਿਆ ਸੀਗਾ ਆਸਕਰ ਤਾਂ ਮੈਂ ਚੈੱਕ ਕੀਤਾ ਮੈਂ ਖੈਰ ਜਿਹੜੇ ਪੁਰਾਣੇ ਭਾਰਤ ਨੂੰ ਆਸਕਰ ਮਿਲੇ ਉਸ ਸਾਲ ਕਿੱਦਾਂ ਦੇ ਸਵਾਲ ਆਏ ਨੇ ਭਾਜੀ ਸਲਮ ਡੌਗ ਮਿਲੀਅਨਰ ਮਿਲੀਅਨਰ ਹੋਈ ਪਈ ਸੀਗੀ ਤਾਂ ਇਸ ਸਾਲ ਵੀ ਆਪਣੇ ਕੋਲ ਹੋ ਸਕਦਾ ਹੈ ਠੀਕ ਹੈ ਚਲੋ ਅਗਲਾ ਐਜ਼ ਵੀ ਸਪੀਕ ਹੋ ਗਿਆ ਆਪਣਾ ਬਹੁਤ ਵਧੀਆ ਹੋ ਗਿਆ ਅਗਲਾ ਕੌਣ ਬਣੀ ਹੈ ਜੀ ਪਹਿਲੀ ਆਰਟਿਸਟ ਜਿਨੇ ਕਹਿੰਦੇ ਚਾਰ ਐਲਬਮ ਆਫ ਦਾ ইয়ার ਦੇ পুরস্কার ਜਿੱਤਲੇ ਗ੍ਰੈਮੀ ਦੇ ਵਿੱਚ ਜਿਨੇ ਚਾਰ ਐਲਬਮ ਆਫ ਦਾ ইয়ার ਦੇ পুরস্কার ਜਿੱਤਲੇ ਚਾਰ ਐਲਬਮ ਆਫ ਦਾ ইয়ার ਕਮਾਲ ਦੀ ਗੱਲ ਹੈ ਪਹਿਲੀ ਵਾਰ ਹੋਈ ਹੈ ਕਹਿੰਦੇ ਇਹੋ ਜੀ ਕੁੜੀ ਬਣੀ ਹੈ ਜੀ ਤਾਂ ਕੌਣ ਹੈ ਜੀ ਉਹ ਕੁੜੀ ਦਰਜੀਆਂ ਦੀ ਕੁੜੀ ਹੈ ਕਹਿੰਦੇ ਤਾਂ ਇਹ ਟੇਲਰਾਂ ਦੀ ਹੈ ਬਿਲਕੁਲ ਟੇਲਰਾਂ ਦੀ ਹੈ ਟੇਲਰਾਂ ਦੀ ਕੌਣ ਹੈ ਜੀ ਸਵਿਫਟਸ ਇਹਨੇ ਕੀ ਕਿਹੜੀ ਐਲਬਮ ਦਾ ਨਾਮ ਕੀ ਸੀ ਇਸ ਵਾਰ ਅੱਧੀ ਰਾਤ ਰਾਤ ਦੀ ਗੇੜੀ ਕਹਿੰਦੇ ਰਿਸਕ ਦੀ ਤਾਂ ਜੀ ਕਦੀ ਰਾਤ ਮਿਡ ਨਾਈਟਸ ਲਈ ਇਹਨੂੰ ਮਿਲਿਆ ਤੇ ਬਾਕੀ 4 ਸੀਗੇ ਆਪਾਂ ਆਪਾਂ ਪੜਿਆ ਸੀਗਾ ਤਾਂ ਆ ਰਹੀ ਜੀ ਹੈ ਗੁੱਡੀ ਤਾਂ ਜੀ ਚਾਰ ਵਾਰ ਐਲਬਮ ਆਫ ਦਾ ਇਅਰ ਜਿੱਤਣ ਵਾਲੀ ਪਹਿਲੀ ਆਰਟਿਸਟ ਮੁੰਡਾ ਹੋਵੇ ਭਾਵੇਂ ਕੁੜੀ ਹੋਵੇ ਤਾਂ ਇਹ ਰਹੇ ਜੀ ਚਾਰ ਜਿਹੜੇ ਆਪਣੇ ਇੰਪੋਰਟੈਂਟ ਨੇ ਐਲਬਮ ਆਫ ਦਾ ইয়ার ਅੱਧੀ ਰਾਤਾਂ ਲਈ ਟੇਲਰ ਸਵਿਫਟ ਰికਾਰਡ ਆਫ ਦਾ ইয়ার ਥੋਲਾ ਲਈ ਮਾਈਲੀ ਸਾਇਰਸ Song ਆਫ ਦਾ ইয়ার ਬਿੱਲੀ ਨੂੰ ਮਿਲਿਆ ਜੀ ਵਾਟ ਵਾਸ ਆਈ ਮੇਡ ਫਾਰ ਤੇ ਨਿਊ ਆਰਟਿਸਟ ਬਣੀ ਹੈ ਜੀ ਵਿਕਟੋਰੀਆ ਮੋਨਟ ਇਹ ਚਾਰ ਆਪਾਂ ਰੱਖਣੇ ਨੇ ਧਿਆਨ ਠੀਕ ਹੈ ਉਦੋਂ ਮੈਨੂੰ ਇਹ ਵੀ ਦੱਸ ਦਿਓ ਨਾ ਬੱਚੇ ਕਦੋਂ ਆਰਡਰ ਕੀਤੀ ਸੀ ਕਿਤਾਬ ਹੈਨਾ ਇਹ ਨਾ ਕੋਈ ਨਾ ਸਰ ਕਿਤਾਬ ਨਹੀਂ ਪਹੁੰਚੀ ਇਹ ਨਾ ਕਹੋ ਸਰ ਹੁਣ ਕਈ ਬੱਚੇ ਨੇ ਕਹਿੰਦੇ ਸਰ 4 ਤਰੀਕ ਨੂੰ ਕਿਤਾਬ ਆਰਡਰ ਕੀਤੀ ਸੀ ਹੁਣ ਤੱਕ ਆਈ ਨਹੀਂ ਮੈਂ ਤਾਂ ਹੁਣ ਅਸੀਂ ਡਾਕੇ ਬਿਠਾ ਕੇ ਰੱਖੀਏ ਹਰ ਪਿੰਡ 'ਚ ਇੱਕ ਉਹਦੇ ਕੋਲ ਨਾਲ ਕਿਤਾਬਾਂ ਵੀ ਪਹਿਲਾਂ ਪਹਚਾ ਕੇ ਰੱਖੀਏ ਬੱਚੇ 5-7 ਦਿਨ ਦਾ ਸਮਾਂ ਦਿਆ ਕਰੋ ਹੈਨਾ 5 ਤੋਂ 7 ਡੇਸ ਗਿਵ ਇਟ 5 ਟੂ 7 ਡੇਸ ਚਲੋ ਫਿਰ ਬਾਤ ਚ ਇੱਕ ਬੈਸਟ ਪੌਪ ਸੋਲੋ ਪਰਫੋਰਮੈਂਸ ਇਹ ਵੀ ਫੁੱਲਾਂ ਵਾਲੀ ਨੂੰ ਤੇ ਬੈਸਟ ਐਲਬਮ ਦੁਬਾਰੇ ਤੋਂ ਮਿਡ ਨਾਈਟ ਟੇਲਰਾਨੋ ਅਗਲਾਓ ਇਨਾ ਵਿੱਚੋਂ ਕਿਹੜੇ ਆਰਟਿਸਟ ਨੇ ਸਭ ਤੋਂ ਜ਼ਿਆਦਾ ਗ੍ਰੈਮੀ ਪੁਰਸਕਾਰ ਜਿੱਤੇ ਨੇ? ਹੇਠਾਂ ਦਿੱਤੇ ਕਲਾਕਾਰਾਂ ਵਿੱਚੋਂ ਕਿਹਨੇ ਗ੍ਰੈਮੀ 2024 ਵਿੱਚ ਸਭ ਤੋਂ ਵੱਧ ਪੁਰਸਕਾਰ ਜਿੱਤੇ ਨੇ? ਹੁਣ ਕੱਲ ਇੱਕ ਬੱਚਾ ਕਹਿ ਰਿਹਾ ਮੈਨੂੰ ਪਰਸੋਂ ਦੀ ਗੱਲ ਹੈ ਸ਼ਾਇਦ ਕਹਿੰਦਾ ਸਰ ਮੈਂ Y383S ਲਾਇਆ ਸੀਗਾ ਮੈਨੂੰ ਵੀਡੀਓ ਲੈਕਚਰ ਨਹੀਂ ਮਿਲੇ ਗਾਈਡੈਂਸ ਕਲਾਸਾਂ ਨਹੀਂ ਮਿਲੇ ਅਟੈਚਰੀਜ਼ ਨਹੀਂ ਮਿਲੇ। ਮੈਂ ਕਿਹਾ ਮੈਨੂੰ ਆਰਡਰ ਆਈਡੀ ਭੇਜੋ। ਕਹਿੰਦਾ ਸਰ ਮੈਂ ਫਲਿੱਪਕਾਰਟ ਤੋਂ ਕੀਤੀ ਸੀ ਆਰਡਰ Google ਤੋਂ। ਮੈਂ ਕੱਲ ਤੁਸੀਂ ਕਹੋ ਜੋਮੈਟੋ ਤੇ ਮੈਂ ਲਾਇਆ ਵਾਇ 383 ਐ ਉੱਥੇ ਡਿਸਕਾਊਂਟ ਨਹੀਂ ਮਿਲਿਆ ਯਾਰ ਐ ਨਹੀਂ ਹੁੰਦਾ ਯਾਰ ਮਤਲਬ ਧੱਕਾ ਨਾ ਕਰਿਆ ਕਰੋ ਯਾਰ ਐਨਾ ਕਰਿਆ ਕਰੋ ਧੱਕਾ ਨਾ ਕਰੋ ਵੀਰ ਜੀ ਧੱਕਾ ਨਾ ਕਰਿਆ ਕਰੋ ਐ ਐ ਵੀ ਨਾ ਕਰਿਆ ਕਰੋ ਯਾਰ ਮਤਲਬ ਹੈ ਨਾ ਤਾਂ ਜਵਾਬ ਇਹਦਾ ਬਿਲਕੁਲ ਠੀਕ ਹੈ ਜੀ ਫੀਬੀ ਬ੍ਰਿਜਰਸ ਮੈਂ ਕੀ ਕਹਾਂ ਜੀ ਪੰਜਾਬੀ ਚ ਕਿੱਦਾਂ ਲਿਖਦੇ ਇਹਨੂੰ ਐ ਪੀਬੀ ਇਹਨੂੰ ਸੀਬੀ ਪੜਿਆ ਜਾਂਦਾ ਪੀਬੀ ਬ੍ਰਿਜਰਸ ਹੈ ਜੀ ਕੁੜੀ ਤਾਂ ਇਹਨੂੰ ਜੀ ਚਾਰ ਪੁਰਸਕਾਰ ਮਿਲੇ ਨੇ ਫਰੀਬੀ ਬ੍ਰਿਜਰ ਫਿਰ ਬ੍ਰਿਜਰਸ ਪੀਬੀ ਬ੍ਰਿਜਰਸ ਸਭ ਤੋਂ ਜ਼ਿਆਦਾ ਨੋਮੀਨੇਸ਼ਨਾਂ ਦੀ ਗੱਲ ਕਰੀਏ ਤਾਂ SZA ਨੂੰ ਕਿੰਨੇ ਨੋਮੀਨੇਸ਼ਨ ਮਿਲੇ ਸੀਗੇ ਇਹਨੂੰ ਗੁੱਡੀ ਨੂੰ ਨੋ ਨੋਮੀਨੇਸ਼ਨ ਮਿਲੇ ਸੀਗੇ SZA ਨੂੰ ਹੈਨਾ ICC ਅਵਾਰਡ ਕਰਾਵਾਂਗੇ ਜੀ ਯਾਰ ਕਰਾਣੇ ਯਾਰ ਟਾਈਮ ਜਾਈਂ ਲੱਗ ਰਿਹਾ ਆਪਣੇ ਆਪ ਦੇਖੋ ਯਾਰ ਅੱਜ ਕੱਲ ਚੈੱਕ ਕਰੋ ਯਾਰ ਮੈਂ ਬਹੁਤ ਜ਼ਿਆਦਾ ਬਿਜ਼ੀ ਹੁੰਨਾ ਕੱਲ ਮੈਂ ਚੰਡੀਗੜ੍ਹ ਵਾਲੇ ਇਲੈਕਸ਼ਨ ਤੇ ਵੀ ਵੀਡੀਓ ਬਣਾਈ ਆਹੋ ਪਤਾ ਹੈ ਤੁਹਾਨੂੰ ਇੱਕ ਗੱਲ ਤਾਂ ਦੋ ਦਿਨ ਪਹਿਲਾਂ ਮੁੰਡੇ ਨੂੰ ਮਿਲਿਆ ਜੀ DSP ਦਾ ਲੈਟਰ ਮੁੰਡੇ ਦਾ ਨਾਮ ਹੈ ਵਰਣੂ ਕੁਮਾਰ ਵੈਸੇ ਮੁੰਡਾ ਹਿਮਾਚਲ ਪ੍ਰਦੇਸ਼ ਤੋਂ ਹੈ ਲੇਕਿਨ ਜਲੰਧਰ ਸੈਟਲਡ ਹੈ ਹੋ ਤੇ ਭਾਰਤ ਵੱਲੋਂ ਹਾਕੀ ਖੇਡਦਾ ਹੈ 올림픽 ਚ ਬ੍ਰੌਂਜ਼ ਮੈਡਲ ਵੀ ਆਇਆ ਹੋਇਆ ਬਹੁਤ ਬਿਹਤਰ ਪਲੇਅਰ ਹੈ ਉਹਦੇ ਉੱਤੇ ਹੁਣ 5 ਸਾਲਾਂ ਤੋਂ ਕਹਿੰਦੇ ਜੀ ਇੱਕ ਕੁੜੀ ਨੇ ਇੱਕ ਰੇਪ ਕੇਸ ਪਾਤਾ ਕਹਿੰਦੀ ਮੈਂ ਇਹਦੇ ਨਾਲ ਇੰਸਟਾਗ੍ਰam ਤੇ ਕੰਟੈਕਟ ਚ ਆਈ ਸੀਗੀ ਤੇ ਜਦੋਂ ਅਸੀਂ ਕੰਟੈਕਟ ਚ ਆਏ ਸੀਗੇ ਉਦੋਂ ਸ਼ੀ ਵਾਸ ਨਬਾਲਿਕ ਯਾਨੀ ਕਿ ਸ਼ੀ ਵਾਸ ਜੂਵਨਾਈਲ ਸ਼ੀ ਵਾਸ ਅੰਡਰ 18 ਤਾਂ ਹੁਣ ਕੁੜੀ ਨੇ ਉਹਦੇ ਉੱਤੇ ਪਾਤਾ ਰੇਪ ਕੇਸ ਮੁੰਡੇ ਉੱਤੇ ਮੁੰਡੇ ਦਾ ਨਾਮ ਹੈ ਵਰੁਣ ਕੁਮਾਰ ਤਾਂ ਜਦ ਉਹਦੇ ਉੱਤੇ ਵੀਡੀਓ ਬਣਾਉਂਗਾ ਮੈਂ ਕਿਉਂਕਿ ਬਹੁਤ ਸਾਰੇ ਮੁੰਡੇ ਨੇ ਬਹੁਤ ਸਾਰੀ ਕੁੜੀਆਂ ਨੇ ਐਦਾਂ ਹੁੰਦਾ ਕਿ ਸਿੱਧੀ ਜੀ ਗੱਲ ਪਤਾ ਲੱਗ ਰਹੀ ਹੈ ਕਿ 5 ਸਾਲਾਂ ਤੋਂ ਰਿਲੇਸ਼ਨ ਚ ਹੋਣੇ ਨਹੀਂ ਤਾਂ ਜੇ ਐਦਾਂ ਗੱਲ ਸੀਗੀ ਉਹ ਕਹਿੰਦੀ ਆ ਕਿ ਵਰਣੂ ਕੁਮਾਰ ਕੋਈ ਛੋਟਾ ਨਾਤਾ ਹੈ ਨਹੀਂ ਹਾਕੀ ਖੇਡ ਰਿਆ ਹੈ ਜੀ 올림픽ਸ ਮੈਡਲ ਜਿੱਤਿਆ ਹੈ ਤਾਂ ਕੁਝ ਚੱਕਰ ਹੈ ਠੀਕ ਹੈ ਜੀ ਰਿਲੇਸ਼ਨਸ਼ਿਪ ਚ ਹੋਣੇ ਤੇ ਹੁਣ ਜੋ ਵੀ ਚੱਕਰ ਹੈ ਅੱਜ ਉਹਦੇ ਉੱਤੇ ਪ੍ਰੋਪਰ ਮੈਂ ਵੀਡੀਓ ਬਣਾ ਕੇ ਲੈ ਆ ਰਿਹਾ ਕਿ ਵਰਣੂ ਕੁਮਾਰ ਨੂੰ ਜੇਲ ਹੋ ਗਈ ਹੈ ਨਹੀਂ ਹੋਊਗੀ ਨਬਾਲਿਗ ਨਾਲ ਉਹ ਉਹਨੇ ਰਿਸ਼ਤਾ ਬਣਾਇਆ ਸੀਗਾ ਉਹਦੇ ਕਰਕੇ ਉਹਨੂੰ ਜੇਲ੍ਹ ਹੋਊਗੀ ਨਹੀਂ ਹੋਊਗੀ ਭਾਵੇਂ ਨਬਾਲਿਕ ਦੀ ਮਨਜ਼ੂਰੀ ਸੀਗੀ ਹੋਊਗੀ ਕਿ ਨਹੀਂ ਹੋਊਗੀ ਤਾਂ ਇਹਦੇ ਉੱਤੇ ਇੱਕ ਵੀਡੀਓ ਬਹੁਤ ਜ਼ਰੂਰੀ ਹੈ ਮੁੰਡਿਆਂ ਲਈ ਵੀ ਕੁੜੀਆਂ ਲਈ ਵੀ ਸਾਰੇ ਦੇਖਿਓ ਵੀਡੀਓ ਅੱਜ ਮੈਂ ਦੇਖਦਾ ਮੈਂ ਇਸ ਕਲਾਸ ਤੋਂ ਬਾਅਦ ਜਾ ਕੇ ਉਹ ਮੈਂ ਤਿਆਰ ਕਰੂੰਗਾ ਵੀ ਇੱਕ ਲਾਇਰ ਨੂੰ ਵੀ ਬਿਠਾਇਆ ਮੈਂ ਨਾਲ ਮੈਂ ਕੱਲ ਪੁੱਛੀ ਸਾਰੀ ਗੱਲਾਂ ਕਿ ਯਾਰ ਇਹਨੂੰ ਜੇਲ੍ਹ ਹੋ ਸਕਦੀ ਹੈ ਮੈਂ ਕਿਹਾ ਲੇਕਿਨ ਜੇ ਕੁੜੀ ਦਾ ਕੰਸੈਂਟ ਹੋਇਆ ਕਹਿੰਦੇ ਕੁੜੀ ਦਾ ਕੰਸੈਂਟ ਹੋਇਆ ਫਿਰ ਵੀ ਜੇਲ੍ਹ ਹੋ ਸਕਦੀ ਹੈ ਬੇਲ ਹੋ ਸਕਦੀ ਹੈ ਕੀ ਸਾਰਾ ਹਿਸਾਬ ਕਿਤਾਬ ਹੈ ਉਹ ਆਪਾਂ ਜਾਣਾਂਗੇ ਬਹੁਤ ਜ਼ਰੂਰੀ ਹੈ ਅੱਜ ਦੇ ਟਾਈਮ ਵਿੱਚ ਅੱਜ ਦੇ ਟਾਈਮ ਵਿੱਚ ਬਹੁਤ ਜ਼ਰੂਰੀ ਚੀਜ਼ ਐ ਇਹ ਠੀਕ ਹੈ ਜੀ ਤਾਂ ਵੀਡੀਓ ਜਰੂਰ ਦੇਖਿਓ ਸਾਰੇ ਹੈਨਾ ਚਲੋ ਹਾਂਜੀ ਅਗਲਾ 6ਵੀਂ ਖੇਲੋ ਇੰਡੀਆ ਯੂਥ ਗੇਮਸ ਕਿੱਥੇ ਹੋਈਆਂ ਸਨ 6ਵੀਂ ਖੇਲੋ ਇੰਡੀਆ ਯੂਥ ਗੇਮਸ ਕਿੱਥੇ ਹੋਈਆਂ ਸਨ ਸ਼ਾਬਾਸ਼ ਚਲੋ ਅੱਛਾ ਇੱਕ ਵਾਰ ਵੀਡੀਓ ਨੂੰ ਲਾਈਕ ਵੀ ਕਰ ਦਿਓ ਬੱਚੇ ਪੀਡੀਐ ਪੰਜਾਬੀ ਚ ਮਿਲੂਗੀ ਮੈਂ ਦੱਸ ਰਿਹਾ ਮੈਂ ਕਹਿ ਰਿਹਾ ਬੱਚੇ ਪੀਡੀਐ ਪੰਜਾਬੀ ਚ ਮਿਲੂਗੀ ਇਹ ਗਲਤੀ ਤੋਂ ਗਲਤੀ ਤੋਂ ਕੀ ਮੇਰੀ ਪੀਪੀਟੀ ਕਰਪਟ ਹੋ ਗਈ ਤਾਂ ਇਹ ਵਾਲੀ ਲੈ ਕੇ ਆਣੀ ਪੈਗੀ ਮੈਨੂੰ ਚਲੋ ਬਿਲਕੁਲ ਆ ਲਾਈਨ ਤੋਂ ਨਹੀਂ ਜੀ ਪਹਿਲਾ ਪਹਿਲਾ ਦੂਜਾ ਤੀਜਾ ਚੌਥਾ ਪੰਜਵਾਂ ਤੇ ਛੇਵਾਂ ਇਹ ਲੈਨ ਤੋਂ 6 ਖੇਲੋ ਇੰਡੀਆ ਯੂਥ ਗੇਮਸ ਹੋਈਆਂ ਨੇ ਤੇ ਛੇਵੀ ਕਿੱਥੇ ਹੋਈ ਹੈ ਤਾਮਿਲਨਾਡੂ ਦੇ ਵਿੱਚ ਹੋਈ ਹੈ ਜੀ ਅਗਲਾ ਸਵਾਲ ਅੰਕ ਤਾਲਿਕਾ ਭੋਲੇ ਤੋਂ ਪੁਆਇੰਟਸ ਟੇਬਲ ਵਿੱਚ ਟਾਪ ਕਿਨੇ ਕੀਤਾ ਹੂ ਟਾਪਡ ਦਾ ਅੰਕ ਤਾਲਿਕਾ ਐਟ ਦਾ ਛੇਵਾਂ ਖੇਲੋ ਇੰਡੀਆ ਯੂਥ ਗੇਮਸ who topped the points table at the 6va khelo india youth game bahut important question hai jehda koi nawa uno pehla das doun bachche assi pichle kal de aj revision kar rahe ha kal inna chizaan nu assi detail ch pad chukke ha revision kar rahe ha kyonki sir 26 minute lagge revision te bachche revision paave ek ghanta lag jaye etthe te revision pehla hogi kyonki je dimag ch cheez aayi hai je yaad hogi taahi paper ch aap likh ke aavange ਤੁਸੀਂ ਕਹਿੰਦੇ ਗਲਤ ਸਟਰੈਟਜੀ ਹੈ ਤਾਂ ਜੀ ਗਲਤ ਸਟਰੈਟਜੀ ਫੇਰ ਤਾਂ ਸੀਨੀਅਰ ਸਟੈਂਡ ਇੰਸਪੈਕਟਰ ਵਾਲੇ ਪੇਪਰ ਲਈ ਵੀ ਹੋਗੀ ਜਿੱਦੇ ਚ ਆਪਣੇ 18 ਤੋਂ 15 ਸਵਾਲ ਆ ਗਏ ਪਿਛਲੇ ਸਾਲ ਦਾ ਪਟਵਾਰੀ ਹੋਵੇ ਐਕਸਾਈਜ਼ ਹੋਵੇ ਪੀ ਟਰਪਲਸ ਵੀ ਕਲਰ ਰੱਖੋਗੇ ਫਿਰ ਤਾਂ ਸਾਰਿਆਂ ਚ ਜੀ ਗਲਤ ਸਟਰੈਟਜੀ ਕੰਮ ਕਰ ਰਹੀ ਹੈ ਆਪਾਂ ਤਾਂ ਜੀ ਇਸੇ ਗਲਤ ਸਟਰੈਟਜੀ ਤੇ ਅੱਗੇ ਵਧਾਂਗੇ ਜੇ ਤੁਹਾਨੂੰ ਲੱਗ ਰਹੀ ਹੈ ਕਿਸੇ ਨੂੰ ਗਲਤ ਸਟਰੈਟਜੀ ਆਪਾਂ ਤਾਂ ਇਹੀ ਗਲਤ ਸਟਰੈਟਜੀ ਤੇ ਅੱਗੇ ਵਧਾਂਗੇ ਕਿਉਂਕਿ ਇਸ ਗਲਤ ਸਟਰੈਟਜੀ ਨਾਲ ਜੇ ਪੇਪਰ 'ਚ ਸਵਾਲ ਆ ਰਹੇ ਨੇ ਬੱਚੇ ਮੇਰੇ ਕਰਕੇ ਆ ਰਹੇ ਨੇ ਤਾਂ ਮੈਂ ਤਾਂ ਜੀ ਗਲਤੀ ਚੱਲ है कि नहीं बिल्कुल तो टॉप किया जी बिल्कुल महाराष्ट्र ने महाराष्ट्र ने अपना टाइटल डिफेंड किया है डिफेंड का मतलब की होंगे पिछले साल भी महाराष्ट्र जितया इसे इस साल भी महाराष्ट्र जितया है चलो देखो बच्चे होंगे पता कि हूँ जो अज की क्लास मान लो कल रिविजन लंघ जाए तो कल की क्लास सिर्फ करंट अफेयर लंघूगी नमें करंट अफेयर बैलेंसड है बच्चे पूरा पूरा बैलेंसड है सारा सब कता आओ ठीक है अगला तैराक है कुड़ी स्वृति अग्रवाल ਇਹ ਜੀ ਬੈਸਟ ਐਥਲੀਟ ਕਿਹਾ ਗਿਆ ਇਹਨੂੰ ਕੁੜੀ ਨੇ ਕਹਿੰਦੇ ਜੀ 5 골ਡ ਮੈਡਲ ਜਿੱਤੇ ਤੈਰਾਕੀ ਵਿੱਚ ਕਿੱਥੋਂ ਬਿਲੋਂਗ ਕਰਦੀ ਹੈ ਵਿ੍ਰਿਤੀ ਸਰ ਅੰਤਰ ਵੀ ਨਾਲ-ਨਾਲ ਦੱਸਿਆ ਕਰੋ ਪੀਡੀਐਫ ਵਿੱਚ ਬੱਚੇ ਪਏ ਹੁੰਦੇ ਨੇ ਯਾਰ ਲਾਲ ਹੋਇਆ ਹੁੰਦਾ ਕਿੱਦਾਂ ਦੀ ਗੱਲ ਕਰਦੇ ਹੋ ਹਰ ਇੱਕ ਪੀਡੀਐਫ ਵਿੱਚ ਜਵਾਬ ਸਵਾਲ ਜਵਾਬ ਸਵਾਲ ਜਵਾਬ ਸਭ ਹੁੰਦਾ ਤਾਂ ਹੀ ਜਵਾਬ ਇਹਦਾ ਕੀ ਹੋ ਜਾਂਦਾ ਇਹਦਾ ਜਵਾਬ ਹੈ ਬਿਲਕੁਲ ਤੇਲੰਗਨਾ ਤੋਂ ਹੈ ਕੁੜੀ ਤੇਲੰਗਨਾ ਕਿੱਥੋਂ ਹੈਦਰਾਬਾਦ ਤੋਂ ਹੈ ਨਹੀਂ ਹੈ ਜੀ ਕੁੜੀ ਬ੍ਰਿਤੀ ਅਗਰਵਾਲ ਫਾਈਵ 골ਡ ਮੈਡਲ ਜਿੱਤੇ ਨੇ ਕੁੜੀ ਨੇ ਸਵੀਮਿੰਗ ਚ ਕੁੜੀ ਦੇ ਘਰ ਤਾਂ ਇਹ ਲੱਗਿਆ ਜਿਵੇਂ ਦੁਕਾਨ ਲਾਈ ਹੋਵੇ ਹਾਂਜੀ ਕਿਹੜਾ ਚਾਹੀਦਾ ਤੁਹਾਨੂੰ ਦੱਸੋ ਹਾਂਜੀ ਕਮਾਲ ਦੀ ਗੱਲ ਆ ਯਾਰ 100 ਤੋਂ ਵੱਧ ਹੋਣੇ ਨਾ ਜ਼ਿਆਦਾ ਹੀ ਹੋਣੇ ਬਲਕਿ 200 ਦੇ ਲੈਦੇ ਢੇੜੇ ਕੀ ਬਾਤ ਹੈ ਜੀ ਬਹੁਤ ਵਧੀਆ ਹੈ ਆਈ ਹੋਪ ਅੱਗੇ ਜਾ ਕੇ ਭਾਰਤ ਦਾ ਵੀ ਨਾਮ ਬਹੁਤ ਵਧੀਆ ਰੋਸ਼ਨ ਕਰੇ ਕੁੜੀ ਅੱਗੇ ਜਾ ਕੇ ਠੀਕ ਹੈ ਚਲੋ ਇਨਾਂ ਵਿੱਚੋਂ ਕਿਹੜਾ ਖੇਡ ਪਹਿਲੀ ਵਾਰ ਖੇਡਿਆ ਗਿਆ ਸੀਗਾ 6ਵੀਂ ਖੇਲੋ ਇੰਡੀਆ ਯੂਥ ਗੇਮ ਚ ਕਿਹਾ ਜਾਂਦਾ ਜੀ ਨੇ ਡੈਬਿਊ ਕੀਤਾ ਸੀ ਗਤਕਾ ਮਲਖੰਭ ਸਕਵਾਸ਼ ਜੂਡੋ ਗਤਕਾ ਮਲਖੰਭ ਸਕਵਾਸ਼ ਜੂਡੋ ਸਰ ਮੈਂ ਕਿਹੜੇ ਰੰਗ ਦਾ ਰੋਸ ਦਵਾਂ ਇਹ ਤਾਂ ਪਹਿਨਾ ਗੱਲ ਤੇ ਫਿਰ ਜਿਹੜਾ ਰੰਗ ਹੋ ਜਾਂਦਾ ਉਹ ਵਾਲਾ ਸਮਝ ਲਓ ਯਾਰ ਮੇਰੀ ਗੱਲ ਮਤਲਬ ਵੱਡਾ ਭਰਾ ਸਮਝ ਕੇ ਮੇਰੀ ਗੱਲ ਸਮਝੋ ਇਹ ਵਾਲੀ ਕੀ ਚੀਜ਼ ਹੈ ਨਾ ਚਲਦੀਆਂ ਰਹਿਣੀ ਆ ਮਜ਼ਾਕ ਵਾਲੀ ਗੱਲ ਨਹੀਂ ਅੱਜ ਜਿਹੜਾ ਤੂੰ ਖਰਚਾ ਕਰਨਾ ਹੋਇਆ ਜੇ ਫੁਲਾਬ ਉੱਤੇ ਮਜ਼ਾਕ ਵਾਲੀ ਗੱਲ ਨਹੀਂ ਇਹ ਵਾਲਾ ਖਰਚਾ ਤੂੰ ਕਿਤਾਬਾਂ ਤੇ ਕਰ ਲਾ ਅਗਲੇ ਸਾਲ ਜਿਹੜਾ 200 ਰੁਪਏ ਦਾ ਗਲਾਬ ਲੈਣਾ ਉਹ 2000 ਦਾ ਬਣ ਸਕਦਾ ਘਰ ਵਾਲੇ ਵੀ ਕੁਝ ਨਹੀਂ ਕਹਿਣਗੇ ਕਿ ਜੀ ਮੁੰਡਾ ਮੇਰਾ ਲੱਗ ਗਿਆ ਠੀਕ ਹੈ ਨਹੀਂ ਤਾਂ ਇਹ ਜਦੋਂ ਪਿਆ ਨਾ ਕੰਨ ਤੇ ਹੈ ਨਾ ਇੱਥੇ ਗੁੱਦੀ ਤੇ ਤੇਰੇ ਕਹੇਗਾ ਗੁੱਦੀ ਪਾ ਮਾਰਾਂਗਾ ਤੇਰੇ ਖਿੱਚ ਕੇ ਇੱਕ ਫਿਰ ਗੁੱਦੀ ਪਾ ਪੜਾ ਨਾ ਤੇ ਦਵਾੜਾ ਇੱਕ ਖਿੱਚ ਕੇ ਫਿਰ ਬੋਲੇਗਾ ਕਹਾ ਵੀ ਹਾਈ ਸੀ 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 ਸਮਝ ਰੋ ਗੱਲ ਮੇਰੀ ਮਹਾਲ ਦੀ ਗੱਲ ਆ ਯਾਰ ਮਜ਼ਾਕ ਸਮਝਿਆ ਵਿਛੋਕ ਰਿਆ ਨੇ ਤਾਂ ਬਿਲਕੁਲ ਠੀਕ ਐ ਸਕੁਆਸ਼ ਅੱਛਾ ਇੱਕ ਸਵਾਲ ਐ ਰੀਸੈਂਟਲੀ ਇੱਕ ਸਕੁਆਸ਼ ਖਿਡਾਰੀ ਨੂੰ ਪਦਮ ਸ਼੍ਰੀ ਪੁਰਸਕਾਰ ਵੀ ਦਿੱਤਾ ਗਿਆ ਰੀਸੈਂਟਲੀ ਇੱਕ ਸਕੁਆਸ਼ ਖਿਡਾਰੀ ਨੂੰ ਪਦਮ ਸ਼੍ਰੀ ਪੁਰਸਕਾਰ ਵੀ ਦਿੱਤਾ ਗਿਆ ਦੱਸੋ ਮੈਨੂੰ ਕਿਹਨੂੰ ਦਿੱਤਾ ਗਿਆ ਇਹ ਹਨਾ ਕੰਨ ਕਿਹੜੇ ਰੰਗ ਦਾ ਰੰਗ ਦਾ ਗਲਾਬ ਦੇ ਵੀ ਦੱਸੋ ਮੈਨੂੰ ਇੱਕ ਰੀਸੈਂਟਲੀ ਇੱਕ ਖਿਡਾਰੀ ਨੂੰ ਚਨੱਪਾ ਕੌਣ ਨikhil ਰੋੜੀ ਦਾਲਾ ਰੋੜੀ ਦਾਲਾ ਸਪਲਟ ਸਿਰਨਾ ਚੰਡਾ ਨikhil ਚ ਨ 50 ਬਲਾ ਕੇ ਦੀਪਿਕਾ ਪੱਲੀਕਲ ਨਹੀਂ ਯਾਰ ਜੋਸ਼ਨਾ ਚਨੱਪਾ ਨੂੰ ਮਿਲਿਆ ਜੀ ਜੋਸ਼ਨਾ ਚਨੱਪਾ ਦੀਪਿਕਾ ਪੱਲੀਕਲ ਦਿਨੇਸ਼ ਹਾਰਤਿਕ ਦੀ ਘਰ ਵਾਲੀ ਉਹ ਨਹੀਂ ਉਹਦੇ ਨਾਲ ਜਿਹੜੀ ਖੇਡਦੀ ਹੈ ਕੁੜੀ ਜੋਸ਼ਨਾ ਚਨੱਪਾ ਇਹਨੂੰ ਮਿਲਿਆ ਜੀ ਇਸ ਵਾਰ ਸਕਵਾਸ਼ ਲਈ ਪਦਮਸ਼ਰੀ ਪੁਰਸਕਾਰ ਧਿਆਨ ਰੱਖਿਓ ਠੀਕ ਹੈ ਇਹ ਤੁਸੀਂ ਆ ਸ਼ਾਇਦ ਕਲਾਸ ਲਾਈ ਨਹੀਂ ਹੋਣੀ ਜਦੋਂ ਮੈਂ ਦੱਸਿਆ ਸੀ ਕਿ ਖੇਲੋ ਇੰਡੀਆ ਯੂਥ ਗੇਮ ਦਾ ਉਦਘਾਟਨ ਕੀਤਾ ਉਦੋਂ ਟਰੋਫੀ ਫੜੀ ਹੋਈ ਸੀ ਯਾਦ ਕਰੋ ਅਨੁਰਾਗ ਠਾਕੁਰ ਸਾਹਿਬ ਸੀਗੇ ਤੇ ਜੋਸ਼ਨਾ ਚਿਨੱਪਾ ਸੀਗੇ ਤੇ ਜੋਸ਼ਨਾ ਚਿਨੱਪਾ ਸੀ ਕਹਿੰਦੀ ਬਹੁਤ ਹੈਵੀ ਹੈ ਯਾਦ ਹੈ ਕੁੜੀ ਨਹੀਂ ਦੱਸਿਆ ਸੀ ਐ ਬੋਲ ਰਹੀ ਹੈ ਬਹੁਤ ਹੈਵੀ ਹੈ ਯਾਦ ਹੈ ਕੁਛ ਮੈਂ ਦਿਖਾਈ ਸੀ ਵੀਡੀਓ ਦਿਖਾਈ ਸੀ ਅਨੁਰਾਗ ਠਾਕੁਰ ਜੋਸ਼ਨਾ ਚਿਨੱਪਾ ਫੜੀ ਹੋਈ ਚਿਨੱਪਾ ਕਹਿੰਦੀ ਬਹੁਤ ਹੈਵੀ ਹੈ ਹੈਨਾ ਤਾਂ ਸਪੈਲਿੰਗ ਅੜ ਜਾਂਦੇ ਭਾਜੀ ਕਿਹਨੇ ਕਿਹ ਸਪੈਲਿੰਗ ਯਾਦ ਕਰਨ ਨੂੰ ਤੁਸੀਂ ਚੂਨਾ ਯਾਦ ਕਰ ਲਓ ਚਾਈਨਾ ਯਾਦ ਕਰ ਲਓ ਚਾਈਨਾ ਹੋ ਜੂ ਯਾਦ ਆਪਣੇ ਚਾਈਨਾ ਦੀ ਸਪੈਲਿੰਗ ਤਾਂ ਔਖੀ ਨਹੀਂ ਹੋ ਗਿਆ ਯਾਦ ਆਪਣਾ ਚਾਈਨਾ ਯਾਦ ਕਰ ਲਓ ਬੱਚੇ ਆਪਣੇ ਕੋ ਤਾਂ ਪਾਣੀ ਕਢਣਾ ਹੈ ਨਾਰੀਅਲ ਪਾਣੀ ਜਦੋਂ ਲੈਣੇ ਹੋਏ ਤਾਂ ਨਹੀਂ ਪੁੱਛਦੇ ਕਿੱਥੋਂ ਆਇਆ ਕੀ ਪਤਾ Shimla ਤੋਂ ਆਇਆ ਸਰ Shimla ਤਾਂ ਲੱਗਦਾ ਨਾਰੀਅਲ ਪਾਣੀ ਭਾਇ ਤੋਂ ਪੀਂਨ ਵਰਤ ਧਿਆਨ ਦੇਣਾ ਇਹ ਤਾਂ ਕੋਈ ਗੈਂਡਰਾ ਵੀ Tamil Nadu ਤੋਂ ਆ ਨਾਰੀਅਲ ਜਾਂ Shimla ਤੋਂ ਆ ਚਾਈਨਾ ਯਾਦ ਕਰ ਲੋ ਚਲੋ ਤਾਂ ਜੀ ਉਹੀ ਗੱਲ ਹੈ ਜੀ ਸਕਵਾਸ਼ ਪਹਿਲੀ ਵਾਰ ਖੇਡਿਆ ਗਿਆ ਤੇ ਇੱਕ ਖੇਡ ਸੀਗਾ ਸਿਲੰਬਮ ਨਾਤਾ ਕਿਹੜੇ ਨਾਮ ਦਾ ਮੈਂ ਦੱਸਿਆ ਸੀ ਤੁਹਾਨੂੰ ਸਿਲੰਬਮ ਨਾ ਦਾ ਵੀ ਇੱਕ ਖੇਡ ਸੀਗਾ ਉਹ ਇਸ ਵਾਰ ਇੱਕ ਪ੍ਰਦਰਸ਼ਨੀ ਖੇਡ ਦੇ ਤੌਰ ਤੇ ਆ ਪ੍ਰਦਰਸ਼ਨੀ ਦਾ ਮਤਲਬ ਕੀ ਹੁੰਦਾ ਵੀ ਮੈਡਲ ਨਹੀਂ ਮਿਲਿਆ ਵੈਸੀ ਹੀ ਦਿਖਾਇਆ ਲਾਓ ਫਿਰ ਅਗਲਾ ਸਵਾਲ ਵੀ ਸਿਲੰਬਮ ਖੇਡ ਕਿਹੜੀ ਸਟੇਟ ਤੋਂ ਹੈ ਜਿੱਦਾਂ ਪੰਜਾਬ ਤੋਂ ਗਤਕਾ ਆਪਾਂ ਗੱਲ ਕਰਦੇ ਆ ਹਨਾ ਕੇਰਲਾ ਤੋਂ ਆਪਾਂ ਕਲਰੀ ਪੈਟੂ ਗੱਲ ਕਰਦੇ ਆ ਮਹਾਰਾਸ਼ਟਰ ਤੋਂ ਆਪਾਂ ਮਲਖੰਭ ਗੱਲ ਕਰਦੇ ਆ ਸਿਲੰਬਮ ਦੱਸੋ ਕਿਹੜੀ ਸਟੇਟ ਦਾ ਹੋ ਪਲਾ ਸਿਲੰਬਮ ਕਿਹੜੀ ਸਟੇਟ ਦਾ ਹੋਊਗਾ ਸਰ ਜਦੋਂ ਪੇਪਰ ਚ ਆਉ 옵ਸ਼ਨ ਇੰਗਲਿਸ਼ ਚ ਹੋਗੇ ਕਿ ਪੇਪਰ ਚ ਦੋਨੇ ਹੁੰਦੇ ਨੇ ਅੰਗਰੇਜ਼ੀ ਚ ਵੀ ਹੁੰਦੇ ਨੇ ਪੰਜਾਬੀ ਚ ਵੀ ਹੁੰਦੇ ਨੇ ਪੇਪਰ ਚ ਦੋਨੇ ਹੁੰਦੇ ਨੇ ਪੇਪਰ ਐ ਹੁੰਦਾ ਵੀ ਜਿੱਦਾਂ ਪੇਪਰ ਹੈ ਨਾ ਇਸ ਪਾਸੇ ਸਾਰਾ ਅੰਗਰੇਜ਼ੀ ਚ ਲਿਖਿਆ ਹੋਊਗਾ ਇਸ ਪਾਸੇ ਸਾਰਾ ਪੰਜਾਬੀ ਚ ਲਿਖਿਆ ਹੋਊਗਾ ਐ ਹੁੰਦਾ ਬਹੁਤ ਵਧੀਆ ਕਿਆ ਬਾਤ ਹੈ ਤਾਮਿਲਨਾਡੂ ਦੇਖੋ ਤਾਮਿਲਨਾਡੂ ਵਿੱਚ ਹੋ ਰਿਹਾ ਤਾਂ ਤਾਮਿਲਨਾਡੂ ਵਾਲੇ ਆਪਣਾ ਕਲਚਰ ਦਿਖਾਣਾ ਚਾਹੁੰਦੇ ਨੇ ਤਾਂ ਇਹਨਾਂ ਨੇ ਇੱਕ ਪ੍ਰਦਰਸ਼ਨੀ ਸਪੋਰਟ ਪਾਤਾ ਵੀ ਸਿਲੰਬਮਨਾਦ ਆਪਾਂ ਸਪੋਰਟ ਕਰਾਂਗੇ ਤਾਂ ਜੀ ਐਸੀ ਗੱਲਬਾਤ ਅਗਲਾ ਮਾਸਕੋਟ ਕੌਣ ਸੀਗਾ ਛੇਵੇਂ ਖੇਲੋ ਇੰਡੀਆ ਯੂਥ ਗੇਮ ਦਾ ਤਾਂ ਬੱਚੇ ਮੈਨੂੰ ਬਹੁਤ ਟਾਈਮ ਤੋਂ ਟੈਲੀਗ੍ਰਾਮ ਤੇ ਕਹ ਰਹੇ ਸੀਗਾ ਕਿ ਸਰ ਮਾਸਕੋਟ ਕਰਾ ਦਿਓ ਮਾਸਕੋਟ ਕਰਾ ਦਿਓ ਤਾਂ ਬਹੁਤ ਹੀ ਸ਼ੇਤੀ ਤੁਹਾਡੇ ਲਈ ਸੈਸ਼ਨ ਲੈ ਕੇ ਆ ਰਹਾ ਮੈਂ ਪਿਛਲੇ 6 ਮਹੀਨੇ ਜਿੰਨੇ ਵੀ ਇੰਪੋਰਟੈਂਟ ਮੈਸਕੋਟ ਸੋਏ ਪਿਛਲੇ 6 ਮਹੀਨੇ ਵੀ ਜਿੰਨੇ ਵੀ ਇੰਪੋਰਟੈਂਟ ਏ ਆਈ ਹੋਏ ਨੇ ਪੜਨੇ ਨਾ ਏ ਆਈ ਵੀ ਤਾਂ ਬਹੁਤ ਸਾਰੇ ਏ ਆਈ ਹੋ ਗਏ ਬਹੁਤ ਸਾਰੇ ਮੈਸਕੋਟ ਹੋ ਚੁੱਕੇ ਤਾਂ ਜੀ ਸੈਸ਼ਨ ਮੈਂ ਤਿਆਰ ਕਰ ਰਿਹਾ ਬਸ ਜਿੱਦਾਂ ਹੀ ਸੈਸ਼ਨ ਤਿਆਰ ਹੋਊਗਾ ਲੈ ਲਵਾਂਗੇ ਆਪਾਂ ਟੈਨਸ਼ਨ ਨਹੀਂ ਲੈਣੀ ਭਰਾ ਖੜਾ ਦੇਖੋ ਇੰਨੀ ਮੈਂ ਗਾਰੰਟੀ ਕਹਿੰਦਾ ਦੇਖੋ ਯਾਰ ਜੇ ਤੁਸੀਂ ਸ਼ਿੱਦਤ ਨਾਲ ਇੱਕ ਤਾਂ 9:00 AM ਦੀ ਕਲਾਸ ਲਾ ਰਹੇ ਹੋ ਤੇ ਦੂਜੇ ਜਿਹੜੇ ਛੋਟੇ-ਮੋਟੇ ਸੈਸ਼ਨ ਆਂਦੇ ਨੇ ਕਦੇ ਮੈਂ 9:4 ਉਹ ਵਾਲੇ ਸੈਸ਼ਨ ਜ਼ਰੂਰ ਦੇਖ ਲਿਆ ਕਰੋ ਗਾਰੰਟੀ ਮੇਰੀ ਹੈ ਕਰੰਟ ਅਫੇਅਰ ਤੁਹਾਡਾ ਕੋਈ ਬਾੜ ਬਾਂਕਾ ਨਹੀਂ ਕਰ ਸਕਦਾ ਅੱਛਾ ਅੱਜ ਸ਼ਾਮੀ 7:15 ਪੀਐਮ ਤੇ ਬੱਚੋ ਟ੍ਰਿਕ ਵਾਲਾ ਸੈਸ਼ਨ ਹੈ ਅੱਜ ਅੱਜ 7:30 7 ਵਜੇ ਆ ਜਿਓ ਜਿਹਨੇ ਟ੍ਰਿਕਾਂ ਕਰਨੀ ਹੋਣ ਅਸੀਂ G20, G7, ਆਸ਼ੀਆਨ, ਸਾਰਕ, ਟ੍ਰੋਪਿਕ ਆਫ ਕੈਂਸਰ ਦੀਆਂ ਸਟੇਟਾਂ, ਪ੍ਰਾਈਮ ਮੈਰੀਡੀਅਨ ਵਾਲੀਆਂ ਸਟੇਟਾਂ ਆਪਾਂ ਮਾਂ 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 ਬ੍ਰਿਕਸ ਆਪਾਂ ਸਾਰੀਆਂ ਟ੍ਰਿਕਾਂ ਕਰ ਲਈਆਂ ਅੱਜ ਨਵੀਆਂ ਟ੍ਰਿਕਾਂ ਹੋਰ ਕਰਾਂਗੇ 7:30 ਵਜੇ ਦਰਸ਼ਨ ਦੇ ਦੇਓ ਬਾਕੀ ਤੁਹਾਡੀ ਮਰਜ਼ੀ ਆਪਣੀ ਆਪਣੀ ਤਾਂ ਜਵਾਬ ਇਹਦਾ ਹੋ ਜਾਂਦਾ ਬੱਚੋ ਵੀਰਾ ਮੰਗਈ ਸ਼ਿਕਾਰੂ ਕਾਦਾ ਸੀਗਾ ਜਿਹੜਾ 12 ਜਨਵਰੀ ਨੂੰ ਨੈਸ਼ਨਲ ਯੂਥ ਫੈਸਟੀਵਲ ਹੋਇਆ ਸੀਗਾ 나ਸ਼ਿਕ ਵਿਖੇ ਉਹਦਾ ਮਾਸਕੋਟ ਸੀਗਾ ਸ਼ਿਕਾਰੂ ਇਹ ਸ਼ਿਕਾਰੀ ਕੌਣ ਸੀ ਗਲੈਰੀ ਸੀਕ ਸਕੁਇਰਲ ਗਲੈਰੀ ਉਜਵਲਾ ਇੱਕ ਸੀਗੀ ਸਪੈਰੋ ਇਹ ਪਹਿਲੀ ਜਿਹੜੀ ਖੇਲੋ ਇੰਡੀਆ ਪੈਰਾ ਖੇਡਾਂ ਹੋਈਆਂ ਸੀਗੇ ਨਈ ਦਿੱਲੀ ਵਿੱਚ ਉਹਦੀ ਸੀ ਤੇ 55 ਜਿਹੜੀ ਚੌਥੀ ਪੈਰਾ ਏਸ਼ੀਅਨ ਗੇਮਸ ਹੋਈਆਂ ਸੀਗੇ ਗੁਆਂਗਜ਼ੂ ਚਾਈਨਾ ਵਿਖੇ ਉਹਦੀ ਮੈਸਕੋਟ ਸੀ ਤੇ ਇਹਦੀ ਕੋਣ ਹੈ ਵੀਰਾ ਮੰਗਈ ਇਹਨੂੰ ਇਹ ਵੀ ਕਿਹਾ ਜਾਂਦਾ ਰਾਨੀ ਵੈਲੂ ਨੇਚੀਅਰ ਰਾਨੀ ਵੈਲੂ ਨੇਚੀਅਰ ਵੀ ਕਿਹਾ ਜਾਂਦਾ ਹੈ ਤਮਿਲ ਚ ਮਤਲਬ ਹੁੰਦਾ ਹੈ ਬਹਾਦਰ ਮਹਿਲਾ ਧਿਆਨ ਰੱਖਿਓ ਗੱਲ ਬਹਾਦਰ ਮਹਿਲਾ ਠੀਕ ਹੈ ਸਰ 6.50 ਹੋ ਰਹੀ ਹੈ ਕਾਦੇ ਤੇ 6.50 ਹੋ ਰਹੀ ਹੈ ਪਤਾ ਨਹੀਂ ਕੀ ਕਿਹਾ 6.5 ਸ਼ੋ ਹੋ ਰਹੀ ਹੈ ਪਤਾ ਨਹੀਂ ਕਿਧੇ ਤੇ ਕਿਹਾ ਸੀ ਤਾਂ ਇਹ ਰਿਹਾ ਜੀ ਟੇਬਲ ਪੰਜਾਬ ਦੀ ਆਪਾਂ ਰੰਗ ਧਿਆਨ ਰੱਖਣੀ ਟੌਪ ਤੇ ਨਿਆਦ ਰੱਖਾਂਗੇ ਪਹਿਲਾ ਮਹਾਰਾਸ਼ਟਰ ਤਾਮਿਲਨਾਡੂ ਤੇ ਹਰਿਆਣਾ ਤੇ ਪੰਜਾਬ 11 골ਡ 13 ਸਿਲਵਰ 15 ਬ੍ਰੌਂਜ਼ ਨਾਲ ਟੋਟਲ 39 ਮੈਡਲਸ ਆਏ ਨੇ ਪੰਜਾਬ ਦੇ ਧਿਆਨ ਰੱਖਾਂਗੇ ਗੱਲ ਆਪਾਂ ਬੈਰੀ ਇੰਪੋਰਟੈਂਟ ਹੈ ਜੀ ਇੱਕ ਵਾਰ ਵੀਡੀਓ ਨੂੰ ਲਾਈਕ ਵੀ ਕਰ ਦਿਓ ਬੱਚੇ ਸਭ ਹੋਵਗੇ ਸਭ ਹੋਗੇ ਟੈਨਸ਼ਨ ਨਾ ਲਓ ਜਨੂਰੀ ਕੰਪਾਈਲੇਸ਼ਨ ਵੀ ਕਰਾ ਦੂੰਗਾ ਮੈਂ ਟੈਨਸ਼ਨ ਨਹੀਂ ਲੈਣੀ ਤੁਸੀਂ ਤੁਸੀਂ ਕਹੋਗੇ ਸਰ ਵੀਕਲੀ ਕਰਾ ਦਿਓ ਵੀਕਲੀ ਵੀ ਕਰਾ ਦਵਾਂਗੇ ਤੁਸੀਂ ਕਿਹਾ ਨਾ ਮੈਸਕੋਟ ਸੱਚੀ ਕਿਹਾ ਮੈਂ ਤਾਂ ਕਿਹਾ ਨਹੀਂ ਤੁਸੀਂ ਮੰਗਿਆ ਨਾ ਸਰ ਮੈਸਕੋਟ ਮੈਂ ਕਹਿ ਤਬ ਕਰਾਉਂਗਾ ਤਾਂ ਮੈਂ ਕਰਾਉਂਗਾ ਬਸ ਮੇਰੀ ਪੀਪੀਟੀ ਬੰਨਣ ਦਿਓ ਤੁਸੀਂ ਕਿਹਾ ਸੀ ਏਆਈ ਮੈਂ ਕਰਾਉਂਗਾ ਤੁਸੀਂ ਹੋਰ ਦੱਸ ਦਿਓ ਤੁਸੀਂ ਕਮੈਂਟਾਂ 'ਚ ਪਾ ਦਿਆ ਕਰੋ ਕਿ ਸਰ ਇਹ ਹੈ ਜਿਹੜੇ ਮੇਰੇ ਨਾਲ ਬੱਚੇ ਜੁੜੇ ਹੋਏ ਨੇ ਟੈਲੀਗ੍ਰਾਮ ਤੇ ਉਹ ਮੈਨੂੰ ਉੱਥੇ ਦੱਸ ਦਿੰਦੇ ਨੇ ਠੀਕ ਹੈ ਜਿਹੜੇ ਕੋਈ ਕੁਝ ਇੰਸਟਾਗ੍ਰਾਮ ਤੇ ਬੱਚੇ ਭੇਜ ਦਿੰਦੇ ਨੇ ਰਿਪਲਾਈ ਕਰਨਾ ਥੋੜਾ ਔਖਾ ਹੋ ਜਾਂਦਾ ਮੇਰੇ ਲਈ ਲੇਕ ਤਾਂ ਇਹ ਗੱਲ ਹੈ ਨਾ ਚਲ ਅੱਗੇ ਚੱਲਦੇ ਆਪਾਂ ਤਾਂ ਇਹ ਦੀ 1 2 3 4 5 ਤੇ ਰਹਿ ਗਿਆ ਹੁਣ 6 ਏ ਆਈ ਕਰਾਣੇ ਨੇ ਮੈਥ ਕੋਟ ਕਰਾਣੇ ਨੇ ਆਈ ਸੀ ਸੀ ਅਵਾਰਡ ਕਰਾਣੇ ਨੇ ਜਨਵਰੀ ਦੇ ਐਮ ਸੀ ਕਯੂ ਕਰਾਣੇ ਨੇ ਠੀਕ ਹੈ ਡੰਡੀਲੇ ਚਲੋ ਅੱਗੇ ਚੱਲਦੇ ਆਪਾਂ ਲੈ ਇਹ ਹੋ ਗਿਆ ਜੀ ਆਪਣੇ ਅੱਜ ਦੇ ਕੱਲ ਦੇ ਕਰੰਟ ਅਫੇਅਰ ਦੀ ਰਿਵੀਜ਼ਨ ਖਤਮ ਹੁਣ ਆਪਾਂ ਅੱਜ ਦੇ ਸ਼ੁਰੂ ਕਰਦੇ ਆਂ ਵਾਹਿਗੁਰੂ ਥਾ ਗੈਰ ਮੈਂ ਚਲੋ ਤੁਹਾਨੂੰ ਕੈਂਟ ਦੀ ਚੀਜ਼ ਕਰਾਉਣਾ ਅੱਜ ਮੈਂ ਨੋਟ ਦੇਖਿਆ ਨੋਟ ਪੈਸੇ ਹੁੰਦੇ ਨੇ ਪੈਸਾ ਕਿੱਥੇ ਛੱਪਦਾ ਹੈ ਸਿੱਕੇ ਕਿੱਥੇ ਛੱਪਦੇ ਨੇ ਕਿੰਨੇ ਰੁਪਏ ਦਾ ਨੋਟ ਸਭ ਤੋਂ ਵੱਡਾ ਅੱਜ ਤੱਕ ਹੋਇਆ ਹੈ ਇੱਕ ਨੋਟ ਉੱਤੇ ਕਿੰਨੀਆਂ ਭਾਸ਼ਾਵਾਂ ਲਿਖੀਆਂ ਹੁੰਦੀਆਂ ਨੇ ਨੋਟ ਕਿਹੜੀ ਚੀਜ਼ ਤੋਂ ਬਣਿਆ ਹੁੰਦਾ ਹੈ ਕੀ ਇੱਕ ਸੀਰੀਜ਼ ਵਾਲੇ ਦੋ ਨੋਟ ਹੋ ਸਕਦੇ ਨੇ ਇਸ ਸਾਰੇ ਬਹੁਤ ਘੈਂਟ ਦਾ ਇੱਕ ਤਿਆਰ ਕੀਤਾ ਹੋਇਆ ਤੁਹਾਡੇ ਲਈ ਤਾਂ ਜੁੜੇ ਰਹੋ ਮਜ਼ਾ ਆਊਗਾ ਪੇਪਰ 'ਚ ਸਵਾਲ ਆਏ ਹੋਏ ਨੇ ਪੇਪਰ 'ਚ ਸਵਾਲ ਆਏ ਹੋਏ ਨੇ ਠੀਕ ਹੈ ਚਲੋ ਸ਼ੁਰੂ ਕਰਦੇ ਆਂ ਤੇ ਹਾਂਜੀ ਹਾਂਜੀ ਕਿਤਾਬਾਂ ਤੇ ਹੈਗਾ ਡਿਸਕਾਊਂਟ ਅੱਜ ਵੀ ਹੈ ਅਜ ਐਕਸਟੈਂਡ ਕਰਤਾ ਕੱਲ ਤੱਕ ਸੀ ਵੈਸੇ ਅੱਜ ਐਕਸਟੈਂਡ ਕਰਤਾ Y383 ਐਸ ਲਾਉਂਗੇ ਮੇਰੀ ਜ਼ਿੰਮੇਵਾਰੀ ਹੋਗੀ ਐਂਡ ਤੇ ਦੱਸਦਾ ਕਲਾਸ ਤੇ ਠੀਕ ਹੈ ਪੜ੍ਹ ਲਓ ਮੈਂ ਆਪਣੇ ਆਂ बताऊंगा ਯਾਰ ਕਿਤਾਬਾਂ ਮੈਂ ਆਪਣੇ ਲਈ ਨਹੀਂ ਬਣਾਈਆਂ ਹੋਈਆਂ ਅੱਡਾ 247 ਨੇ ਵੀ ਆਪਣੇ ਲਈ ਨਹੀਂ ਤੁਹਾਡੇ ਲਈ ਬਣਾਈਆਂ ਹੋਈਆਂ ਐਂਡ ਤੇ ਦੱਸੂ ਰੁਕ ਜਾ ਯਾਰ ਬਰੋਸਾ ਰੱਖੋ ਇਤਨਾ ਮੇਰੇ ਪਾਸ ਭ ਚਲੋ ਗੁਰਵਿੰਦਰ ਢਾਲੀਵਾਲ ਮੈਨੂੰ ਆਪਣੀ ਆਰਡਰ ਆਈਡੀ ਦੇ ਦੋ ਨਾ ਬੱਚੇ ਮੈਂ ਕਿੱਦਾਂ ਤੁਹਾਨੂੰ ਦੱਸਾਂ ਵੀ ਯਾਰ ਤੁਸੀਂ ਕੀ ਕੀਤਾ ਸੀ ਗੁਰਵਿੰਦਰ ਮੇਰਾ ਵੀਰ ਆ ਆ ਦੇਖੋ ਤਾਂ ਜੀ ਆਰਬੀਆਈ ਕਹਿੰਦਾ ਵੀ ਜਿਹੜੇ 2000 ਦੇ ਨੋਟ ਸੀਗੇ 97.5% ਨੋਟ ਕਹਿੰਦੇ ਵਾਪਸ ਆ ਚੁੱਕੇ ਨੇ ਸਰ ਵਾਪਸ ਆ ਚੁੱਕੇ ਨੇ ਮਤਲਬ ਯਾਦ ਹੋਊਗਾ ਤੁਹਾਨੂੰ ਪਿਛਲੇ ਸਾਲ ਮਈ ਵਿੱਚ ਮਈ ਦਾ ਮਹੀਨਾ ਸੀ ਤਾਰੀਖ ਸੀਗੀ 19 ਮਈ 2023 ਆਰਬੀਆਈ ਨੇ ਕਿਹਾ ਸੀ ਕਿ ਅਸੀਂ 2000 ਰੁਪਏ ਦੇ ਨੋਟ ਬੰਦ ਕਰ ਰਹੇ ਆ ਹੈਨਾ ਤੇ ਇਹਨਾਂ ਕਿਹਾ ਸੀਗਾ ਯਾਰ ਕਿ ਅਕਤੂਬਰ ਤੱਕ ਦਾ ਤੁਹਾਨੂੰ ਟਾਈਮ ਦਿੰਦੇ ਆ ਤੁਸੀਂ ਸਾਨੂੰ ਵਾਪਸ ਭੇਜ ਦਿਓ ਤੁਸੀਂ ਚੇਂਜ ਕਰਾ ਲਓ ਆਪਣੇ SBI ਜਾ ਕੇ ਜਿੱਥੇ ਜਿਹੜਾ ਬੈਂਕ ਆ ਤੁਹਾਡਾ ਉਹਦੇ ਕੋਲ ਜਾ ਕੇ ਤੁਸੀਂ ਆਪਣੇ ਨੋਟ ਵਗੈਰਾ ਬੰਦ ਕਰਵਾ ਲਓ ਤਾਂ ਇਹਨਾਂ ਨੇ ਕਿਹਾ ਮਤਲਬ ਬਦਲਵਾ ਲਓ 97.5% ਨੋਟ ਕਹਿੰਦੇ ਵਾਪਸ ਆ ਚੁੱਕੇ ਨੇ ਉਹ ਪੜਦੇ ਆ ਇਹਦੇ ਬਾਰੇ ਗੱਲਬਾਤ ਤਾਂ ਕਹਿੰਦੇ ਸਾਢੇ 3 ਲੱਖ ਕਰੋੜ ਰੁਪਏ ਨੋਟ ਸੀਗੇ 19 ਮਈ ਨੂੰ ਰੁਪਈਆ ਕਿੰਨਾ ਸੀ ਰੁਪਈਆ 3.5 ਲੱਖ ਕਰੋੜ 2019 ਮਈ 19 2023 ਨੂੰ ਤੇ ਆਪਾਂ ਹੁਣ ਦੀ ਗੱਲ ਕਰੀਏ ਵੀ ਜਨਵਰੀ 31 2024 ਤੱਕ ਆਂਦੇ ਆਂਦੇ ਇਹ ਘੱਟ ਕੇ ਸਿਰਫ 8897 ਕਰੋੜ ਰਹਿ ਚੁੱਕਾ ਹੈ ਯਾਨੀ 99.7% ਨੋਟ ਵਾਪਸ ਆ ਚੁੱਕਾ ਹੈ ਸਿਰ ਵਾਪਸ ਕਿੱਦਾਂ ਆ ਗਿਆ ਬਸ ਲੋਕਾਂ ਨੇ ਵਾਪਸ ਭੇਜਤਾ ਜਿੱਦਾਂ ਥੋੜੇ ਮੇਰੇ ਵਰਗੇ ਗਏ ਸੀਗੇ ਬੈਂਕਾਂ 'ਚ ਜਾ ਕੇ ਬਦਲਵਾ ਕੇ ਆ ਗਏ ਠੀਕ ਹੈ ਇਹ ਕਹਿੰਦੇ ਵੀ ਅਸੀਂ ਅਕਤੂਬਰ 9 ਤੱਕ ਦੀ ਡੇਟ ਦਿੱਤੀ ਸੀਗੀ ਕਿ ਜਾ ਕੇ ਆਪਣੇ ਆਪਣੇ ਬੈਂਕਾਂ ਵਿੱਚ ਜਾ ਕੇ ਤੁਸੀਂ ਜਮਾ ਕਰਕੇ ਆ ਜਾਓ ਹੈਨਾ ਲੋਕਾਂ ਨੇ ਕੀਤੇ ਨਹੀਂ ਸਰ ਆਰਬੀਆਈ ਕਹਿੰਦਾ ਹਜੇ ਤਾਂ ਆਏ ਨਹੀਂ ਨੋਟ ਹਰ ਵੀ ਕਹਿੰਦਾ ਕੋਈ ਗੱਲ ਨਹੀਂ ਐ ਕਰੋ ਆਰਬੀਆਈ ਦੇ ਕਿੰਨੇ ਆਫਿਸ ਨੇ 19 19 ਇਸ਼ੂ ਆਫਿਸ ਕਿਹਾ ਜਾਂਦਾ ਚੰਡੀਗੜ੍ਹ ਵਿੱਚ ਵੀ ਹੈ 17 ਦੇ ਨੇੜੇ 17 ਚ ਹੀ ਹੈ ਸ਼ਾਇਦ ਹੈਨਾ ਤਾਂ ਆਰਬੀਆਈ ਨੇ ਕੀ ਕਿਹਾ ਪੀਤ ਐ ਕਰੋ ਤੁਸੀਂ ਸਾਡੇ ਆਫਿਸਾਂ 'ਚ ਆ ਕੇ ਜਮਾ ਕਰਾ ਦਿਓ ਲੋਕ ਕਹਿੰਦੇ ਉਹ ਵੀ ਨਹੀਂ ਕੀਤਾ ਕਹਿੰਦਾ ਠੀਕ ਹੈ ਕਹਿੰਦੇ ਪੋਸਟ ਤਾਂ ਕਰ ਸਕਦੇ ਹਾਂ ਕਹਿੰਦੇ ਐ ਕਰੋ ਪੋਸਟ ਆਫਿਸ ਤੋਂ ਸਾਨੂੰ ਨੋਟ ਭੇਜ ਦਿਓ ਆਪਣਾ ਅਕਾਊਂਟ ਨੰਬਰ ਭਰ ਕੇ ਭੇਜ ਦਿਓ ਅਸੀਂ ਉਹ ਪੈਸੇ ਤੁਹਾਡੇ ਅਕਾਊਂਟ ਵਿੱਚ ਜਮ੍ਹਾਂ ਕਰ ਦਵਾਂਗੇ ਤੇ ਹੁਣ ਐਦਾਂ ਕਰਦੇ 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 ਜਨਵਰੀ 31 ਤੱਕ ਕਹਿੰਦੇ ਸਾਡੇ ਕੋਲ 97.5% 2000 ਰੁਪਏ ਦੇ ਨੋਟ ਆ ਚੁੱਕੇ ਨੇ ਹੁਣ ਸਵਾਲ ਇਹ ਬਣਦਾ ਹੈ ਸਰ ਨੋਟ ਸ਼ਾਬਦਾ ਕੌਣ ਹੈ ਸੁਣਿਆ ਸੋਚਿਆ ਕਦੇ ਕਰੇ ਪ੍ਰਿੰਟਰ ਥੋੜੀ ਲੱਗੇ ਹੁੰਦਾ ਹੈ ਸ਼ਕਤੀ ਭਾ ਦੇ ਕਰੇ ਪ੍ਰਿੰਟਰ ਹੋਣਾ ਮੋਦੀ ਹੁਣਾਂ ਦਾ ਫੋਨ ਆਇਆ ਹਾਂ ਸ਼ਕਤੀ ਮੇਰਾ ਵੀਰ ਮੇਰਾ ਭਰਾ ਕੀ ਕਰਦਾ ਸ਼ਕਤੀ ਕਹਿੰਦਾ ਸਰ ਉੱਠਿਆ ਹਜੇ ਸ਼ਕਤੀ ਫਟਾਫਟ 2000 ਰੁਪਏ ਦੇ 10 ਨੋਟ ਛਾਪ ਕੇ ਦੇ ਕਰਾਰੇ ਕਰਾਰੇ ਫਰਾਂਸ ਤੋਂ ਮੈਕਰੋਨ ਆਇਆ ਉਹਨੂੰ ਮੈਕਰੋਨੀ ਖਲਾਨੀ ਬਣਾ ਕੇ ਸ਼ਕਤੀ ਕੌਣ ਆਰਬੀਆ ਦਾ ਗਵਰਨਰ ਸ਼ਕਤੀਕਾਂਤ ਦਾਸ ਮਜ਼ਾਕ ਕਰ ਰਿਹਾ ਠੀਕ ਹੈ ਹੁਣ ਸੁਣੋ ਬੈਂਕ ਦੇ ਜਿਹੜੇ ਨੋਟ ਹੁੰਦੇ ਨੇ ਨਾ ਉਹ ਚਾਰ ਪ੍ਰੈਸਾਂ ਖੁੱਲੀਆਂ ਹੋਈਆਂ ਨੇ ਸਿਰਫ ਚਾਰ ਪੂਰੇ ਭਾਰਤ ਵਿੱਚ ਓਨਲੀ ਚਾਰ ਪ੍ਰੈਸਾਂ ਨੇ ਜਿਨ੍ਹਾਂ ਨੂੰ ਦੋ ਸਰਕਾਰ ਦੇ ਅੰਡਰ ਨੇ 아니 ਗਵਰਨਮੈਂਟ ਆਫ ਇੰਡੀਆ ਦੇ ਅੰਡਰ ਤੇ ਬਾਕੀ ਦੋ ਜਿਹੜੇ ਨੇ ਉਹ ਰਿਜ਼ਰਵ ਬੈਂਕ ਆਫ ਇੰਡੀਆ ਦੇ ਅੰਡਰ ਨੇ ਠੀਕ ਹੈ ਇਹ ਨਹੀਂ ਹੁੰਦਾ ਵੀ ਮੋਦੀ ਹੁਣਾਂ ਨੇ ਫੋਨ ਕੀਤਾ ਸ਼ਕਤੀ ਭਾਣੇ ਸ਼ਾਪ ਤੇ ਨਹੀਂ ਆਹ ਦੇਖੋ ਜਿਹੜੀ ਦੋ ਭਾਰਤੀ ਸਰਕਾਰ ਦੇ ਅੰਡਰ ਨੇ ਉਹਨਾਂ ਨਾਂ ਦੇਖੋ ਕੀ ਹੈ ਸਿਕਿਉਰਿਟੀ ਪ੍ਰਿੰਟਿੰਗ ਐਂਡ ਮਿੰਟਿੰਗ ਕਾਰਪੋਰੇਸ਼ਨ ਆਫ ਇੰਡੀਆ ਲਿਮਿਟਿਡ ਕਿੱਥੇ ਹੈ 나ਸੀਕ ਵਿੱਚ ਹੈ ਇੱਕ ਦਿਵਾਸ ਮੱਧ ਪ੍ਰਦੇਸ਼ ਵਿੱਚ ਹੈ ਇਹ ਸਰਕਾਰ ਦੇ ਅੰਦਰ ਹੈ ਨਹੀਂ ਕਿ ਗਵਰਨਮੈਂਟ ਆਫ ਇੰਡੀਆ ਦੇ ਅੰਦਰ ਤੇ ਜਿਹੜੀ ਬਾਕੀ ਦੋ ਨੇ ਉਹ ਰਿਜ਼ਰਵ ਬੈਂਕ ਆਫ ਇੰਡੀਆ ਦੇ ਅੰਦਰ ਉਹ ਕਿੱਥੇ ਕਿੱਥੇ ਹੈ ਉਹ ਮੈਸੂਰੂ ਕਰਨਾਟਕਾ ਚ ਹੈ ਤੇ ਉਹ ਸਾਲਬੋਨੀ West ਬੰਗਾਲ ਚ ਇਹਦਾ ਨਾਂ ਕੀ ਹੈ ਭਾਰਤੀ ਰਿਜ਼ਰਵ ਬੈਂਕ ਨੋਟ ਮੁਦਰਨ ਪ੍ਰਾਈਵੇਟ ਲਿਮਿਟਿਡ ਆ ਵੇਖੋ ਜੀ ਬੈਂਕ ਨੋਟ ਪੇਪਰ ਮਿਲ ਪ੍ਰਾਈਵੇਟ ਲਿਮਿਟਿਡ ਤਾਂ ਇੱਥੇ ਛੱਪਦੇ ਨੇ ਦੋ ਹੋ ਗਏ ਗਵਰਨਮੈਂਟ ਆਫ ਇੰਡੀਆ ਦੇ ਹੇਟ ਹੈਡਕੁਆਟਰ ਕਿੱਥੇ ਕਿੱਥੇ ਉਹਨਾਂ ਦਾ ਇੱਕ ਤਾਂ ਦੇਵਾਸ ਮੱਧ ਪ੍ਰਦੇਸ਼ ਨਾਸਿਕ ਮਹਾਰਾਸ਼ਟਰ ਤੇ ਦੋ ਆਰਬੀਆਈ ਛਾਪਦੀ ਹੈ ਮੈਸੂਰੂ ਕਰਨਾਟਕਾ ਤੇ ਸਾਲਬੋਣੀ ਵੈਸਟ ਬੰਗਾਲ ਉਦਾਂ ਹੀ ਸਿੱਕੇ ਸਿੱਕੇ ਇਹੀ ਛਾਪਦਾ ਇਕੱਲਾ ਐਸਪੀਐਮਸੀਆਈਐਲ ਮਤਲਬ ਕਿ ਸਿੱਕੇ ਸਾਰਾ ਦਾ ਸਾਰਾ ਗਵਰਨਮੈਂਟ ਆਫ ਇੰਡੀਆ ਛਾਪਦਾ ਆ ਦੇਖੋ ਜੀ ਸਿੱਕੇ ਕਹਿੰਦੇ ਚਾਰ ਥਾਵਾਂ ਤੇ ਛਾਪੇ ਜਾਂਦੇ ਨੇ ਮੁੰਬਈ ਹਦਰਾਬਾਦ ਕੋਲਕਾਤਾ ਤੇ ਨੌਇਡ ਸਿੱਕੇ ਨਿਕਲਦੇ ਨਾ ਉਹ ਇਨ੍ਹਾਂ ਚਾਰਾਂ ਥਾਵਾਂ ਤੇ ਤੇ ਸਿੱਕਾ ਦੇਉ ਤੇ ਪੂਰਾ ਪੂਰਾ ਹੱਕ ਗਵਰਨਮੈਂਟ ਆਫ ਇੰਡੀਆ ਦਾ ਹੈ ਗਵਰਨਮੈਂਟ ਆਫ ਇੰਡੀਆ ਸਿੱਕੇ ਬਣਾਉਂਦਾ ਹੈ ਤੇ ਅੱਗੇ ਆਰਬੀਆ ਨੂੰ ਦਿੰਦਾ ਤੇ ਆਰਬੀਆ ਨੂੰ ਕਹਿੰਦਾ ਸ਼ਕਤੀ ਮੇਰੇ ਵੀਰ ਮੇਰੇ ਭਰਾ ਵੰਡ ਦੇ ਇਹਨੂੰ ਸ਼ਕਤੀ ਕੌਣ ਜਿਹਨੂੰ ਨਹੀਂ ਪਤਾ ਆਰਬੀਆ ਦਾ ਗਵਰਨਰ ਸ਼ਕਤੀ ਕਾਂਤਾ ਦਾਸ ਸਰ ਇਸ ਵਿੱਚ ਜੌਬ ਕਿਵੇਂ ਆਂਦੀਆਂ ਨੇ ਨਾ ਨਿਕਲਦੀਆਂ ਨੇ ਵੈਕੈਂਸੀ ਬਹੁਤ ਘੱਟ ਵੈਕੈਂਸੀ ਨਿਕਲਦੇ 17 ਵੈਕੈਂਸੀ 23 ਵੈਕੈਂਸੀ 25 ਵੈਕੈਂਸੀ ती आर बी आई जो ग्रेड बी का पेपर होंगे तो लग के तो अगर थोड़ा इतने भेजा जा सकता है आर बी आई असिस्टेंट का पेपर निकलता है उत्थे लग के थो भेजा जा सकता है इदा होंदिया ने गल हूँ यीज़ी तो इंस्टाग्राम से बहुत देखी होनी क्या आपको पता है आपके सिक्के के ऊपर अगर डायमंड का साइन बना हुआ है इसका मतलब क्या है आपके सिक्के के ऊपर गोल साइन है इसका मतलब क्या है आपके सिक्के के ऊपर सितारा है इसका मतलब क्या है और आपके सिक्के पर एक बिंदु है तो इसका मतलब क्या है ਤੇ ਇੰਸਟਾਗ੍ਰam ਤੋਂ ਬਾਹਰ ਨਿਕਲ ਕੇ ਪੜਾਈ ਵਾਲਾ ਕੰਮ ਵੀ ਹੈ ਆ ਵੇਖੋ ਜੀ ਤਾਂ ਜਿਹਦੇ ਤੇ ਬਣਿਆ ਹੋਇਆ ਡਾਇਮੰਡ ਇਹ ਬਣਦੇ ਨੇ ਸਿੱਕੇ ਕਹਿੰਦੇ ਮਹਾਰਾਸ਼ਟਰਾਂ ਚ ਜਿਹਦੇ ਚ ਬਣਿਆ ਹੋਇਆ ਕਹਿੰਦੇ ਜੀ ਗੋਲਾ ਠੀਕ ਹੈ ਜੀ ਜਾਂ ਫਿਰ ਸੀ ਲਿਖਿਆ ਹੋਇਆ ਇਹ ਬਣਦਾ ਜੀ ਕੋਲਕੱਤਾ ਚ ਜਿਹਦੇ ਤੇ ਬਣਿਆ ਹੋਇਆ ਸਿਤਾਰਾ ਇਹ ਬਣਦੇ ਹੈਦਰਾਬਾਦ ਚ ਜਿਹਦੇ ਤੇ ਬਣਿਆ ਹੋਇਆ ਕਿ ਬਿੰਦੂ ਡਾਟ ਇਹ ਬਣਦੇ ਨੇ ਨੌਇਡਾ ਦੇ ਵਿੱਚ ਤੇ ਇਹ ਚਾਰੇ ਕਿੱਥੇ ਕਿਹੜੇ ਕਿਹੜੇ ਅੰਡਰ ਆਉਂਦੇ ਨੇ ਮੈਂ ਦੱਸਿਆ ਤੁਹਾਨੂੰ ਭਾਰਤੀ ਸਰਕਾਰ ਦੇ ਅੰਡਰ ਆਉਂਦੇ ਨੇ ਯਾਨੀ ਕਿ ਗਵਰਨਮੈਂਟ ਆਫ ਇੰਡੀਆ ਦੇ ਅੰਡਰ ਆਉਂਦੇ ਨੇ ਅੱਛਾ ਕਜ਼ ਬਹੁਤ ਵਧੀਆ ਮੰਦੀ ਚਲ ਹੁਣ ਕਰਦਾ ਕੀ ਆਰਬੀਆਈ ਮੈਂ ਜਿੱਦਾਂ ਕਿਹਾ ਤੁਹਾਨੂੰ ਐ ਨਹੀਂ ਹੁੰਦਾ ਨਾ ਕਿ ਜਦੋਂ ਪੈਸੇ ਦੀ ਲੋੜ ਪਈ ਹੈ ਨਾ ਤਾਂ ਆਪਣੀ ਫਾਈਨੈਂਸ ਮਿਨਿਸਟਰ ਨਿਰਮਲਾ ਤਾਈ ਜੀ ਕਹਿੰਦੇ ਜੀ ਤਾਈ ਜੀ ਦਾ ਫੋਨ ਆਇਆ ਜੀ ਸ਼ਕਤੀ ਭਾਣੋ ਟੇ ਹਾਂ ਜੀ ਸਤਿ ਸ੍ਰੀ ਅਕਾਲ ਤਾਈ ਜੀ ਕੀ ਕਰਦੇ ਜੀ ਕਹਿੰਦੇ ਜੀ ਬਜਟ ਕਰਤਾ ਪਏ ਕਹਿੰਦਾ ਬਹੁਤ ਵਧੀਆ ਤਾਈ ਜੀ ਵਧੀਆ ਲੱਗਿਆ ਮੈਨੂੰ ਬਜਟ ਤੁਹਾਡਾ ਐਂ ਕਰ ਫਿਰ ਸ਼ਕਤੀ ਕਹਿੰਦੇ ਵੀ ਲੱਖ ਰੁਪਏ ਦੇ 500 500 ਦੇ ਨੋਟ ਸ਼ਾ ਆਉਦੇ ਕਰ ਦਿੰਨੇ ਆਪਾਂ ਐ ਨਹੀਂ ਹੁੰਦਾ ਹੁੰਦਾ ਕੀ ਯਾਰ ਇਹ ਆਰਬੀਆਈ ਨਾ ਪੈਸੇ ਨਾ ਛਾਪ ਕੇ ਰੱਖਦਾ RBI ਨਾ ਸਟੋਰ ਕਰਕੇ ਰੱਖਦਾ ਹੈ ਆਪਣੇ ਕੋਲ ਨਹੀਂ ਰੱਖਦਾ ਸਟੋਰ ਆਪ RBI ਬੈਂਕਾਂ ਨੂੰ ਦੇ ਦਿੰਦਾ ਹੈ ਕਿ ਇਹ ਵਾਲਾ ਜਿਹੜਾ ਟ੍ਰੰਕ ਹੈ ਐ ਸਮਝ ਲਓ ਵੀ ਤੁਹਾਡੇ ਘਰਾਂ ਚ ਪਿੰਡਾਂ ਚ ਜਿਹੜੇ ਰਹਿ ਰਹੇ ਹੋ ਜਿਹੜੇ ਪਿੰਡਾਂ ਤੋਂ ਬਿਲੋਂਗ ਕਰਦੇ ਨੇ ਤੁਹਾਡੇ ਘਰੇ ਟ੍ਰੰਕ ਹੋਣੇ ਵੱਡੇ ਵੱਡੇ ਨਾਲ ਲੋਹੇ ਜਿਹੇ ਦੇ ਮਤਲਬ ਜਿਹੜੀ ਜਦੋਂ ਮੇਰੀ ਮੰਮੀ ਜਦੋਂ ਵਿਆਹ ਕਰਕੇ ਆਏ ਸੀਗੇ ਤਾਂ ਮੰਮੀ ਆਪਣੇ ਨਾਲ ਨਾ ਟਰੰਕ ਲੈ ਕੇ ਆਏ ਸੀਗੇ ਵੱਡੇ ਵੱਡੇ ਸਿਲਵਰ ਜਿਹੇ ਹੁੰਦੇ ਨੇ ਐਡੇ ਵੱਡੇ ਵੱਡੇ ਦੇ ਟਰੰਕ ਹੁੰਦੇ ਨੇ ਉਹਦੇ ਅੰਦਰ ਰਜਾਈਆਂ ਗੱਦੇ ਗਦੈਲੇ ਸਰਾਣੇ ਪਤਾ ਨਹੀਂ ਕੀ ਕੁਝ ਪਿਆ ਹੁੰਦਾ ਤਾਂ ਐਦਾਂ ਦੇ ਇਹਨਾਂ ਨੇ ਟਰੰਕ ਬਣਾਏ ਹੁੰਦੇ ਨੇ ਠੀਕ ਹੈ ਜੀ ਉਹ ਟਰੰਕ ਆਰਬੀਆਈ ਪੈਸੇ ਨਾਲ ਭਰ ਕੇ ਕਿਸੇ ਬੈਂਕਾਂ ਵਿੱਚ ਰੱਖ ਕੇ ਆਉਂਦੀ ਹੈ ਤੇ ਕਹਿੰਦੇ ਵੀ ਇਹ ਤੁਸੀਂ ਸਾਡੇ ਵਿਆਹ ਤੇ ਇਹਨਾਂ ਦੀ ਸਿਕਿਉਰਿਟੀ ਰੱਖੋਗੇ ਤੇ ਜਦੋਂ ਸਾਨੂੰ ਲੋੜ ਹੋਈ ਅਸੀਂ ਲੈ ਜਾਵਾਂਗੇ ਇਹ ਹੁੰਦਾ ਹੈ ਹਨ ਤਾਂ ਉਹੀ ਹੈ ਕਹਿੰਦੇ ਵੀ ਬੈਂਕ ਨੋਟਾਂ ਤੇ ਰੁਪਈਆਂ ਤੇ ਸਿੱਕਿਆਂ ਦੇ ਵੰਤਰਣ ਲਈ ਯਾਨੀ ਕਿ ਉਹਨਾਂ ਨੂੰ ਵੰਡਣ ਲਈ ਇੱਕ ਕਰੰਸੀ ਚੈਸਟ ਹੈ ਤਾਂ ਐਜ਼ ਆਫ ਮਾਰਚ 31 2023 ਐਜ਼ ਆਫ ਮਾਰਚ 31 2023 ਪੂਰੇ ਭਾਰਤ ਵਿੱਚ ਐਦਾਂ ਦੇ 2838 ਕਰੰਸੀ ਚੈਸਟ ਨੇ ਯਾਨੀ ਕਿ ਪੂਰੇ ਭਾਰਤ ਵਿੱਚ 3838 2800 2838 ਇਹੋ ਜੇ ਟਰੰਕ ਪਏ ਹੋਏ ਨੇ ਜਿਨ੍ਹਾਂ ਵਿੱਚ ਪੈਸਾ ਪਿਆ ਹੁੰਦਾ ਤੇ ਜਦੋਂ ਲੋੜ ਪੈਂਦੀ ਹੈ ਬੈ ਆਰਬੀ ਆ ਕਹਿੰਦਾ ਐ ਕਰੋ ਵੰਡ ਦੋ ਆਪਣੇ ਨੇੜੇ ਤੇ ਏਸ ਹਿਸਾਬ ਕਤਾ ਠੀਕ ਹੈ ਪੇਟੀਆਂ ਠੀਕ ਹੈ ਇਹ ਹੈ ਪੇਟੀ ਦਾ ਛੋਟਾ ਭਰਾ ਹੁੰਦਾ ਟਰੰਕ ਠੀਕ ਹੈ ਜੀ ਇਹ ਹੈ ਉਦਾਂ ਹੀ ਬੱਚੇ ਸਿੱਕਿਆਂ ਲਈ ਵੀ ਹੁੰਦਾ ਹੁਣ ਇਹ ਬੜੀਜੀਬ ਗੱਲ ਲੱਗੀ ਮੈਨੂੰ ਇਹ ਛੋਟਾ ਸਿੱਕਾ ਡਿਪੋ ਯਾਨੀ ਕਿ ਸਮਾਲ ਕੋਇਨ ਡਿਪੋਟ ਇਹ ਕਹਿੰਦੇ ਵੀ ਇਹਦੇ ਚ ਉਹ ਸਿੱਕੇ ਹੁੰਦੇ ਨੇ ਜਿਨ੍ਹਾਂ ਦੀ ਵੈਲਿਊ ਜਿਨ੍ਹਾਂ ਦੀ ਕੀਮਤ 1 ਰੁਪਏ ਤੋਂ ਘੱਟ ਹੁੰਦੀ ਹੈ ਮੈਨੂੰ ਸਮਝ ਨਹੀਂ ਆ ਯਾਰ ਮੈਂ 75 ਪੈਸੇ ਦਾ ਸਿੱਕਾ 50 ਪੈਸੇ ਦਾ ਸਿੱਕਾ 25 ਪੈਸੇ ਦਾ ਸਿੱਕਾ ਕਦੇ ਨਹੀਂ ਦੇਖਿਆ ਲੇਕਿਨ ਆਰਬੀਆਈ ਹਜੇ ਵੀ ਸਟੋਰ ਕਰਦੀ ਹੈ ਤੇ ਆਰਬੀਆਈ ਨੇ ਐਜ਼ ਆਫ ਮਾਰਚ 31 2023 2293 ਥਾਮਾ ਉੱਤੇ ਇਹ ਛੋਟੇ-ਛੋਟੇ ਸਿੱਕੇ ਰੱਖੇ ਹੋਏ ਨੇ ਅੱਜ ਦੀ ਡੇਟ ਵਿੱਚ ਵੀ ਦੇਖ ਲਓ ਆਪਣਾ ਮਾਰਚ 31 ਨੂੰ ਆਪਾਂ ਸਭ ਆਪਾਂ ਨੂੰ ਦੁਬਾਰੇ ਤੋਂ ਇਹ ਵਾਲੇ ਇਹ ਵਾਲੇ ਜਿਹੜੇ ਨੰਬਰ ਨੇ ਪਿੱਛੇ ਸੀਗਾ 2838 ਤੇ 2293 ਇਹ ਨੰਬਰ ਸਾਨੂੰ ਦੁਬਾਰੇ ਰਿਵਾਈਜ਼ ਕਰਨਾ ਪੈਣਾ ਆਪਾਂ ਕਰ ਲਵਾਂਗੇ ਇਹ ਹੋ ਗਿਆ ਠੀਕ ਹੈ ਸਾਸਕੋਟਣੀ ਕਟਣੀ ਸੰਧੂਕਾਂ ਉਲੇ ਹੈ ਤੇਰੇ ਸੱਤ ਲੈ ਕੇ ਚਲ ਜਾ ਆਗੀ ਵੈ ਕੁੱਟ ਹੁਣ ਹੈ ਅਗਲਾ ਹੁਣ ਦੇਖੋ ਕਿਹਦੇ ਕੋਲ ਹੈ ਹੱਕ ਭਾਰਤ ਦੇ ਵਿੱਚ ਨੋਟ ਛਾਪਣ ਦਾ ਅਸੀਂ ਵੈਸੀ ਕਹਦਾ ਹਾਂਗੇ ਆਰਬੀਆਈ ਕੋਲ ਲੇਕਿਨ ਆਰਬੀਆਈ ਸਿਰਫ ਆਰਬੀਆਈ ਕੋਲ ਹੱਕ ਨਹੀਂ ਆਹ ਪੜੋ ਹੁਣ ਸੈਕਸ਼ਨ 22 ਹੈ ਜਿਹੜਾ ਆਰਬੀਆਈ ਐਕਟ ਆਫ 1934 ਦਾ ਠੀਕ ਹੈ ਆਰਬੀਆਈ ਐਕਟ ਆਫ 1934 ਦਾ ਸੈਕਸ਼ਨ 22 ਹੈ ਇਹ ਕੀ ਕਹਿੰਦਾ ਹੈ ਰਿਜ਼ਰਵ ਬੈਂਕ ਕੋਲ ਸਿਰਫ ਇਕੱਲਾ ਹੱਕ ਹੈ ਭਾਰਤ ਦੇ ਵਿੱਚ ਬੈਂਕ ਇਸ਼ੂ ਕਰਨ ਦਾ ਸਿਰਫ ਆਰਬੀਆਈ ਕੋਲ ਹੱਕ ਹੈ ਉਹਦਾ ਹੀ ਸੈਕਸ਼ਨ 25 ਕਹਿੰਦਾ ਹੈ ਵੀ ਨੋਟ ਦਾ ਡਿਜ਼ਾਈਨ ਹੋ ਗਿਆ ਨੋਟ ਦੀ ਸ਼ੇਪ ਹੋ ਗਈ ਨੋਟ ਦਾ ਮਟੀਰੀਅਲ ਹੋਗਾ ਇਹ ਕੌਣ ਡਿਸਾਈਡ ਕਰਦਾ ਹੈ ਇਹ ਡਿਸਾਈਡ ਕੀਤਾ ਜਾਂਦਾ ਹੈ ਅਪਰੂਵਲ ਮਿਲਦਾ ਹੈ ਭਾਰਤੀ ਸਰਕਾਰ ਵੱਲੋਂ ਕਹਿੰਦੇ ਵੀ ਰეკਮੈਂਡੇਸ਼ਨ ਬਣਾਵਾਂਗੇ ਸੈਂਟਰਲ ਬੋਰਡ ਆਫ ਆਰਬੀਆਈ ਆਰਬੀਆਈ ਇੱਕ ਬੋਰਡ ਬਣਾਉਂਦਾ ਹੈ ਆਰਬੀਆਈ ਬੋਰਡ ਬਣਾ ਕੇ ਕਹਿੰਦਾ ਜੀ ਆਪਾਂ ਐ ਕਰਦੇ ਹਾਂ ਜੀ ਗਾਂਧੀ ਜੀ ਬਹੁਤ ਪੁਰਾਣੇ ਲੱਗ ਰਹੇ ਨੇ ਗਾਂਧੀ ਜੀ ਨੂੰ ਆਪਾਂ ਕਾਲਾ ਚਸ਼ਮਾ ਲਾ ਦਈਏ ਠੀਕ ਹੈ ਤੇ ਉਹ ਕਹਿੰਦੇ ਨਹੀਂ ਮੋਦੀ ਜੀ ਸਰਕਾਰ ਮੋਦੀ ਸਰਕਾਰ ਨੂੰ ਕੀ ਐ ਕਰੋ ਚਸ਼ਮਾ ਲਾ ਦੀ ਮੋਦੀ ਜੀ ਕਹਿਣਗੇ ਡਨ ਡੀਲ ਹੁਣ ਜੇ ਕੱਲ ਮੋਦੀ ਜੀ ਦੇ ਸ਼ਕਲ ਵਾਲੇ ਨੋਟ ਆ ਜਾਣ ਆ ਸਕਦੇ ਨੇ ਬਿਲਕੁਲ ਆ ਸਕਦੇ ਨੇ ਆਰਬੀਆਈ ਨੇ ਕਿਹਾ ਹੈ ਸੈਂਟਰਲ ਗਵਰਨਮੈਂਟ ਨੇ ਘੁੱਗੀ ਮਾਰਨੀ ਹੈ ਸੈਂਟਰਲ ਗਵਰਨਮੈਂਟ ਨੇ ਕਿਹਾ ਹੈ ਤੇ ਐਗਰੀ ਹੋ ਜਾਊਗਾ ਹੁਣ ਕਹਿੰਦੇ ਸਰਾ ਹਮ ਨਹੀਂ ਰੱਖਾਂਗੇ ਐ ਤਾਂ ਯਾਰ ਗਾਂਧੀ ਜੀ ਨੂੰ ਕਿੰਨੇ ਲੋਕ ਪਸੰਦ ਨਹੀਂ ਕਰਦੇ ਮਹਾਤਮਾ ਗਾਂਧੀ ਦਾ ਪੰਜਾਬ ਪਸੰਦ ਨਹੀਂ ਕਰਦਾ ਹੈਨਾ ਕਹਿੰਦੇ ਨੇ ਭਗਤ ਸਿੰਘ ਨੂੰ ਬਚਾ ਸਕਦੇ ਸੀਗੇ ਨਹੀਂ ਜੀ ਤਾਂ ਗੱਲ ਬਿਲਕੁਲ ਸਹੀ ਗੱਲ ਹੈ ਗੱਲ ਹੀ ਨਹੀਂ ਕੀਤੀ ਬਾਈ ਨੇ ਲੇਕਿਨ ਪੈਸਾ ਹੈ ਤਾਂ ਕਿ ਹਰ ਕਿਸੇ ਦੀ ਜੇਬ ਚ ਗਾਂਦੀ ਪਿਆ ਵੀ ਰਹਿੰਦਾ ਹੈ ਹੈਨਾ ਤਾਂ ਉਹ ਗੱਲ ਹੈ ਜੀ ਡਿਜ਼ਾਈਨ ਹੋ ਗਿਆ ਫਾਰਮ ਹੋ ਗਿਆ ਸਾਰਾ ਕੁਝ ਇਹ ਹੋ ਗਿਆ ਜਿਹੜਾ ਹਸਾਬ ਕਿਤਾਬ ਉਹ ਆਰਬੀਆਈ ਇੱਕ ਬੋਰਡ ਬਣਾਉਂਦਾ ਹੈ ਤੇ ਉਸ ਤੋਂ ਬਾਅਦ ਭਾਰਤੀ ਸਰਕਾਰ ਨਾਲ ਸਲਾਹ مشورہ ਕਰਦਾ ਹੈ ਕਿ ਯਾਰ ਐਂ ਛਾਪ ਦੀ ਨੋਟ ਆਪ ਕਹਿੰਦੇ ਛਾਪ ਤੋਂ ਇਹ ਹੁੰਦੀ ਹੈ ਗੱਲਬਾਤ ਹੈਨਾ ਬਾਬਾ ਸਾਹਿਬ ਜੀ ਦੇ ਬਾਬਾ ਸਾਹਿਬ ਜੀ ਦੇ ਅੰਬੇਡਕਰ ਸਾਹਿਬ ਦੇ ਆ ਰਹਿ ਤਾਂ ਯਾਰ ਬਣਦੀ ਆ ਯਾਰ ਦੇਖੋ ਸੁਭਾਸ਼ ਚੰਦਰ ਬੋਸ ਜਿਹਦੇ ਬਣਦਾ ਆਣਾ ਭਗਤ ਸਿੰਘ ਦਾ ਬਣਦਾ ਆਣਾ ਯਾਰ ਬਾਲ ਗੰਗਾਦਰ ਤਿਲਕ ਜੀ ਦਾ ਬਣਦਾ ਆਣਾ ਜਿਨ੍ਹਾਂ ਨੇ ਯਾਰ ਇੰਡੀਪੈਂਡੈਂਸ ਲਈ ਘਟੋਕਟ ਸ਼ਹੀਦੀਆਂ ਦਿੱਤੀਆਂ ਉਹਨਾਂ ਦਾ ਤਾਂ ਬਣਦਾ ਯਾਰ ਆਣਾ ਹੈਨਾ ਚਲੋ ਯਾਰ ਜਦੋਂ ਆਪਾਂ ਜਾਵਾਂਗੇ ਕਰਾ ਦੂੰਗਾ ਮੈਂ ਪੱਕਾ ਕਰਾਉਂਗਾ ਮੈਂ ਗਾਰੰਟੀ ਦਿੰਦਾ ਮੈਂ ਇੱਕ ਨੋਟ ਯਾਰ ਬਦਲਵਾ ਕੇ ਆਉ ਚਲੋ ਹੁਣ ਸਿੱਕੇ ਦੀ ਗੱਲ ਕਰੀ ਹੁਣ ਮੈਂ ਕੀ ਕਿਹਾ ਸੀ ਸਿੱਕੇ ਕਿੱਥੇ ਬਣਦੇ ਨੇ ਸਿੱਕੇ ਬਣਦੇ ਨੇ ਇੱਥੇ ਐਸ ਪੀ ਐਮ ਸੀ ਆਈ ਐਲ SPMCIL ਤੇ ਇਹ ਕਿਹਦੇ ਹੇਠ ਹੈ ਇਹ ਡਾਇਰੈਕਟ ਹੇਠ ਹੈ ਗਵਰਨਮੈਂਟ ਆਫ ਇੰਡੀਆ ਦਾ ਦਿੱਤਾ ਜਿੰਨੇ ਵੀ ਸਿੱਕੇ ਬਣਦੇ ਨੇ ਸਿੱਕੇ ਸਾਰੇ ਛਾਪਣ ਦਾ ਆਰਡਰ ਦੇਣ ਦਾ ਸਾਰਾ ਕੰਮ ਹੁੰਦਾ ਹੈ ਭਾਰਤੀ ਸਰਕਾਰ ਦੇ ਅੰਦਰ RBI ਸਿਰਫ ਸਿੱਕਿਆਂ ਨੂੰ ਵੰਡਣ ਦਾ ਕੰਮ ਕਰਦੀ ਹੈ RBI ਸਿਰਫ ਸਿੱਕਿਆਂ ਨੂੰ ਵੰਡਣ ਦਾ ਕੰਮ ਕਰਦੀ ਹੈ ਤਾਂ ਇਹ ਹੋ ਗਿਆ ਜੀ ਗੱਲ ਆ ਦੇਖੋ ਜੀ ਅੱਜ ਤੱਕ ਦਾ ਸਭ ਤੋਂ ਵੱਡਾ ਨੋਟ ਜਿਹੜਾ ਆਇਆ ਸੀਗਾ ਕਹਿੰਦੇ ਸਾਲ 2 ਦਾ 10000 ਰੁਪਏ ਦਾ ਆਇਆ ਸੀਗਾ ਸਾਲ 1938 ਵਿੱਚ ਫਿਰ ਆਜ਼ਾਦੀ ਤੋਂ ਪਹਿਲਾਂ 1946 ਵਿੱਚ ਇਹਨੂੰ ਬੰਦ ਕਰਤਾ ਲekin 1954 ਚ ਪਤੰਦਰ ਫੇਰ ਲੈ ਕੇ ਆਗੇ ਤੇ 1978 ਦੇ ਵਿੱਚ ਦੁਬਾਰੇ ਬੰਦ ਕਰਤਾ ਇਹ ਸੀਗਾ ਜੀ ਅੱਜ ਤੱਕ ਦਾ ਸਾਡਾ ਸਭ ਤੋਂ ਵੱਡਾ ਨੋਟ ਕਿੰਨੇ ਰੁਪਏ ਦਾ ਨੋਟ ਤੁਹਾਡੇ ਸਾਹਮਣੇ 10000 ਰੁਪਏ ਦਾ ਨੋਟ ਹੈਨਾ ਤੇ ਹੁਣ ਅੱਗੇ ਤੋਂ ਕੋਈ ਤੁਹਾਨੂੰ ਕਹੇ ਜੇ ਓ ਮਾਈ ਗੋਡ ਆ ਵੇਖੋ ਯੂਕੇ ਦੇ ਨੋਟ ਹੁੰਦੇ ਨੇ ਪਲਾਸਟਿਕ ਦੇ ਸਾਡੇ ਤਾਂ ਬੇਕਾਰ ਹੁੰਦੇ ਨੇ ਸਾਡੇ ਤਾਂ ਕਾਗਜ਼ ਦੇ ਹੁੰਦੇ ਨੇ ਨਹੀਂ ਆਰਬੀਆਈ ਦੀ ਸਾਈਟ ਤੇ ਮੇਰੇ ਬੱਚਿਓ ਮੈਂਸ਼ਨਡ ਹੈ ਇਹ ਨੋਟ ਬਣਦਾ ਹੈ ਜੀ 100% ਕਾਟਨ ਨਾਲ ਤੋ ਸਰ ਕੱਪੜੇ ਵਰਗਾ ਲੱਗਦਾ ਤਾਂ ਹੈ ਨਹੀਂ ਓਬਵੀਅਸਲੀ ਸਿਰਫ ਕੱਪੜਾ ਸਿਰਫ ਕੱਪੜਾ ਥੋੜੀ ਲਾਣਗੇ ਹੋਇਆ ਨਾ ਕਿ ਉਹ ਸਰ ਹੁਣ ਗੋਂਦ ਵੀ ਵਰਤੀ ਜਾਂਦੀ ਹੈ ਡਾਈ ਵੀ ਹੁੰਦੀ ਹੈ ਤਾਂ ਹੋਰ ਵੀ ਚੀਜ਼ਾਂ ਐਡ ਹੁੰਦੀਆਂ ਨੇ ਲੇਕਿਨ ਪੇਪਰ ਨਹੀਂ ਹੈ ਜੀ ਇੱਕ ਸਪੈਸ਼ਲ ਤਰੀਕੇ ਦਾ ਪੇਪਰ ਕਹਿ ਲਓ ਸਪੈਸ਼ਲ ਤਰੀਕੇ ਦਾ ਇਟਸ ਨਾਟ ਪੇਪਰ ਆਰਬੀਆ ਦੇ ਸਾਈਡ ਤੇ ਮੈਂਸ਼ਨਡ ਹੈ ਇਟ ਇਜ਼ 100% ਕਾਟਨ ਦਾ ਬਣਿਆ ਹੁੰਦੇ ਨੇ ਜਿਹੜੇ ਸਾਡੇ ਜਿਹੜੇ ਸਾਰੇ ਨੋਟ ਹੁੰਦੇ ਨੇ ਇਹਦੇ ਅੰਦਰ ਕੋਈ ਚੀਜ਼ ਬਣਾਈ ਜਾਂਦੀ ਤਾਂ ਜੇ ਉਹਦੀ ਐਂ ਕਰ ਦਿੰਨਾ ਫੜ ਕੇ ਤੁਸੀਂ ਨੋਟ ਹੈ ਇਹਨੂੰ ਐ ਕਰੋਂਗੇ ਫਿਰ ਕਰਦਾ ਨਾ ਆਵਾਜ਼ ਘੈਂਟ ਲੱਗਦੀ ਹੈ ਸੁੰਗਦੇ ਨੇ ਲੋਕ ਕਹੀ ਉਹ ਕੀ ਹੁੰਦਾ ਉਹ ਡਾਈਆਂ ਡੂਈਆਂ ਪਈਆਂ ਹੁੰਦੀਆਂ ਨੇ ਉਹ ਡਾਈ ਦੀ ਮੁਸ਼ਕ ਹੁੰਦੀ ਆ ਠੀਕ ਹੈ ਜੀ ਉਹ ਆਵਾਜ਼ ਕਰਨ ਲਈ ਵੀ ਕਰਾਰਾ ਨੋਟ ਕਰਨ ਲਈ ਵੀ ਕੁਝ ਪਾਇਆ ਜਾਂਦਾ ਵੈਸੇ ਸਾਈਟ ਤੇ ਇੰਨੀ ਗੱਲ ਦਿਖੀ ਹੋਈ ਹੈ ਕਿ 100% ਕਾਟਰ ਸਰ ਆ ਤਾਂ ਪਾਣੀ ਦੀ ਗੱਲ ਜਾਂਦੇ ਮੈਂ ਕਰਦਾ ਸ਼ਕਤੀ ਨਾਲ ਗੱਲ ਸ਼ਕਤੀ ਐ ਕਿਉਂ ਲਿਖਿਆ ਹੋਇਆ ਠੀਕ ਹੈ ਮੈਂ ਪੜ੍ਹ ਕੇ ਦੇਖਦਾ ਉਹ ਗੱਲ ਹੋ ਗਈ ਪਿਕਚਰ ਨਹੀਂ ਉਹ ਕਿਹੜੀ ਸੀ 2000 ਰੁਪਏ ਕਮਾਏ ਕਹਿੰਦੇ ਦੋ ਮੁੰਡਿਆਂ ਨੇ ਕਹਿੰਦੇ ਲਾਦਦਾ ਦੇ ਕੰਦਾਲ ਹੈ ਕੰਨਾ ਪਾੜ ਕੇ ਦੇਖਦਾ ਤਾਂ ਇਹ ਹੈ ਜੀ ਸਰ ਇੰਗਲਿਸ਼ ਪ੍ਰੈਕਟਿਸ ਬੁੱਕ ਦਾ ਲਿੰਕ ਪਰਮਜੀਤ ਮੈਂ बताऊंगा यार ਖੜਦਾ 5 ਮਿੰਟ ਹੋਰ ਹੋਣ ਵਾਲਾ ਨਹੀਂ ਬੜਨ ਲੱਗਿਆ ਅਗਲਾ ਹੁਣ ਆ ਬਹੁਤ ਇੰਪੋਰਟੈਂਟ ਸਵਾਲ ਹੈ ਜੀ ਆਪਣੇ ਪੇਪਰਾਂ ਚ ਬਹੁਤ ਕਾਮਨ ਬਣਦਾ ਐਸਐਸਸੀ ਦੇ ਪੇਪਰਾਂ ਚ ਬਹੁਤ ਕਾਮਨ ਬਣਦਾ ਕਿ ਬੈਂਕ ਦੇ ਨੋਟ ਉੱਤੇ ਕਿੰਨੀਆਂ ਭਾਸ਼ਾਵਾਂ ਲਿਖੀਆਂ ਹੁੰਦੀਆਂ ਨੇ ਆਓ 1 2 3 4 5 6 7 8 9 10 11 12 13 14 15 ਤਾਂ ਤੁਹਾਡੇ ਸਾਹਮਣੇ ਹੈ ਜੀ ਬੈਂਕ ਦੇ ਨੋਟਾਂ ਉੱਤੇ ਟੋਟਲ 15 ਭਾਸ਼ਾਵਾਂ ਪਲੱਸ ਹਿੰਦੀ ਐਂਡ ਅੰਗਰੇਜ਼ੀ ਦੇਖੋ ਇਹ ਭਾਸ਼ਾਵਾਂ ਛੋਟੀ-ਛੋਟੀਆਂ ਲਿਖੀਆਂ ਹੋਈਆਂ ਨੇ ਆ ਤੁਹਾਡੇ ਸਾਹਮਣੇ ਆ ਆ ਪੰਜਾਬੀ ਲਿਖੀ ਹੋਈ ਹੈ ਦੇਖੋ ਇਹ ਛੋਟੀਆਂ-ਛੋਟੀਆਂ ਨੇ ਨੋਟ ਜੇ ਪਿਆਰ ਨੇੜੇ ਜਿਹੜੇ ਉਹਨੂੰ ਖੋਲ ਕੇ ਦੇਖੋ ਫਟਾਫਟ ਫਟਾਫਟ ਕਹੋ ਮੰਮੀ ਨੋਟ ਦਿਓ ਪੈਸਾ ਪਾਪਾ 1 ਰੁਪਏ ਦਾ 2 ਰੁਪਏ ਦਾ 10 ਰੁਪਏ ਦਾ 20 ਰੁਪਏ ਦਾ ਕੋਈ ਵੀ ਨੋਟ ਮੰਗ ਲਓ ਮੰਗ ਲਿਆ ਹੁਣ ਨੋਟ ਖੋਲ ਕੇ ਦੇਖੋ ਵੱਡਾ ਵੱਡਾ ਵਿਚਾਲੇ ਲਿਖਿਆ ਹੋਗਾ ਹਿੰਦੀ ਨਾਲ 10 ਰੁਪਏ ਤੇ ਉਹਨੂੰ ਪਲਟੋਗੇ ਪਿੱਛੇ ਲਿਖਿਆ ਹੋਗਾ 10 ਰੁਪੀਸ ਤਾਂ 10 ਰੁਪਈਆ ਤੇ 10 ਰੁਪੀਸ ਉਹ ਵੱਡਾ ਲਿਖਿਆ ਹੁੰਦਾ ਬਾਕੀ ਛੋਟਾ ਛੋਟਾ 15 ਤਾਂ ਟੋਟਲ 17 ਭਾਸ਼ਾਵਾਂ ਨੇ ਹੈਨਾ ਨਾਲੇ ਕਲਾਸ ਨੂੰ ਲਾਈਕ ਵੀ ਕਰ ਦਿਓ ਹਾਂਜੀ ਟੋਟਲ 17 ਭਾਸ਼ਾਵਾਂ ਨੇ ਗੜਬੜ ਨਾ ਕਰਕੇ ਅੱਜ ਕਿਉਂਕਿ ਇਹ ਮੈਂ ਗੜਬੜ ਆਪਣੈ ਮੈਂ ਕਰ ਚੁੱਕਾ ਜੀ ਸਵੈਮ ਮੈਂ ਕਰ ਚੁੱਕਾ ਗੜਬੜ ਤਾਂ ਮੈਨੂੰ ਸੀਗਾ ਮੈਂ ਨੋਟਸ ਬਣਾਉਂਗਾ ਮੈਂ ਕੀ ਕੀਤਾ 15 ਲੈਂਗੁਏਜਿਸ ਆ ਰਿਪੀਟਿੰਗ ਇੰਨਾ ਲੈਂਗੁਏਜਿਸ ਮੈਂ ਕਹ ਲਿਆ ਵੀ ਨੋਟ ਉਤੇ ਕਿੰਨੀ ਭਾਸ਼ਾਵਾਂ ਹੁੰਦੀਆਂ ਨੇ 15 ਯਾਰ ਹੁਣਾਂ ਨੇ ਤਾਂ ਪੜਿਆ ਨਹੀਂ ਕਿ ਹਿੰਦੀ ਵੀ ਆਉਂਦੀ ਹੈ ਤੇ ਅੰਗਰੇਜ਼ੀ ਵੀ ਆਉਂਦੀ ਹੈ ਤੇ ਪੇਪਰ 'ਚ ਸਵਾਲ ਇਹੀ ਆ ਗਿਆ ਕਿ ਭਾਈ ਕਿੰਨੀਆਂ ਭਾਸ਼ਾਵਾਂ ਹੁੰਦੀਆਂ ਨੇ ਯਾਰ 15 ਲਿਖ ਕੇ ਆ ਗਏ ਤਾਂ ਬਾਅਦ ਚ ਦੇਖਿਆ 17 ਸੀਗੇ ਠੀਕ ਹੈ ਚਲੋ ਹੁਣ ਸਵਾਲ ਹੈ ਇੱਕ ਕਹਿੰਦੇ ਕਿ ਆ ਇੱਕ ਹੀ ਸੀਰੀਅਲ ਨੰਬਰ ਕੇ ਸਾਥ ਦੋ ਜਾਂ ਦੋ ਸੇ ਅਧਿਕ ਬੈਂਕ ਨੋਟ ਰੱਖਣਾ ਸੰਭਵ ਹੈ ਇਹ ਸਵਾਲ ਤੁਹਾਡੇ ਕੋਲੋਂ ਇੱਕ ਹੀ ਸੀਰੀਅਲ ਨੰਬਰ ਦੇ ਦੋ ਨੋਟ ਹੋ ਸਕਦੇ ਨੇ ਸੋਚੋ ਇੱਕ ਵਾਰ ਇੱਕ ਹੀ ਸੀਰੀਅਲ ਨੰਬਰ ਦੇ ਦੋ ਨੋਟ ਹੋ ਸਕਦੇ ਨੇ ਉਹ ਹਾਂ ਮੇਰੇ ਲਾਲ ਹੋ ਸਕਤੇ ਹਨ ਆ ਦੇਖ ਹੁਣ yes it is possible ਕਿ ਦੋ ਜਾਂ ਦੋ ਤੋਂ ਜ਼ਿਆਦਾ ਨੋਟ ਬਸ਼ਰਤੇ ਉਹਦਾ ਇਨਸਰਟ ਲੈਟਰ ਦਾ ਬਦਲਿਆ ਹੋਵੇ ਜਾਂ ਫਿਰ ਉਹਦਾ ਜਿਹੜਾ ਪ੍ਰਿੰਟ ਹੋਇਆ ਉਹ ਸਾਲ ਬਦਲਿਆ ਹੋਵੇ ਜਾਂ ਫਿਰ ਉਹਦੇ ਉੱਤੇ ਗਵਰਨਰ ਨੇ ਜਿਹੜੀ ਘੁੱਗੀ ਮਾਰੀ ਹੁੰਦੀ ਹੈ ਅਲੱਗ ਗਵਰਨਰ ਨੇ ਮਾਰੀ ਹੋਵੇ ਮਤਲਬ ਕਿ ਮੰਨ ਲਓ ਹੁਣ ਸ਼ਕਤੀਪਾ ਨੇ ਮਾਰੀ ਹੋਈ ਹੈ ਪੁਰਾਣਾ ਕਦੇ ਰਗੂਪਾ ਨੇ ਮਾਰੀ ਹੋਣੀ ਹੈ ਐਦਾਂ ਕਰਕੇ ਇੱਕ ਨਾ ਅਲਫਾਬੈਟ ਪ੍ਰਿੰਟ ਹੁੰਦਾ ਦੇਖਿਓ ਜਿੱਦਾਂ ਨਾ ਆ ਦੇਖੋ ਇਹ ਆ ਨੋਟ inset letter ne inset letter ایتھے ਲਿਖਿਆ ਹੁੰਦਾ ਇਹਨਾਂ ਨੇ ਗਲਤ ਗੋਲਾ ਪਾਇਆ ਹੋਇਆ ਏ ਇਹ ਜਿੱਦਾਂ ਇੱਕ inset letter ਹੋ ਗਿਆ ਇਹ ਬਦਲਿਆ ਹੋ ਸਕਦਾ ਹੈ ایتھے ਰਗੂਰਾਮ ਰਾਜਨ ਜੀ ਦਾ ਸਾਈਨ ਹੈ ਇੱਥੇ ਹੁਣ ਸ਼ਕਤੀਪਾ ਦਾ ਸਾਈਨ ਹੋਇਆ ਹੋਊਗਾ ਤਾਂ ਐਦਾਂ ਕਰਕੇ ਤਾਂ ਸੀਰੀਜ਼ ਸੇਮ ਹੋ ਸਕਦੀ ਹੈ ਯੈਸ ਸਾਰੀ ਇਨਫੋਰਮੇਸ਼ਨ RBI ਦੀ ਸਾਈਟ ਉੱਤੇ ਹੈ ਮਨ ਤੋਂ ਨਹੀਂ ਬਣਾ ਰਿਹਾ ਮੈਂ RBI ਦੀ ਸਾਈਟ ਉੱਤੇ ਇੱਕ ਇੱਕ ਇਨਫੋਰਮੇਸ਼ਨ ਅਵੇਲੇਬਲ ਹੈ ਹੁਣ ਜਾਓ ਆਪਣੇ ਆਫਲਾਈਨ ਵਾਲੇ ਯਾਰਾਂ ਦੋਸਤਾਂ ਨਾਲ ਫੁਕਰੀ ਮਾਰ ਕੇ ਉਹ ਦਬਾ ਕੇ ਕਿੰਨੀਆਂ ਭਾਸ਼ਾਵਾਂ ਹੁੰਦੀਆਂ ਨੇ ਕਿਹਦੇ ਨਾਲ ਬਣਿਆ ਹੁੰਦਾ ਹੈ ਨੋਟ ਸੇਮ ਦਸਰੀ ਦਾ ਹੋ ਸਕਦਾ ਹੈ ਕਿ ਨਹੀਂ ਕਿੱਥੇ ਕਿੱਥੇ ਬਣਦੇ ਨੇ ਸਿੱਕੇ ਕੌਣ ਸ਼ਾਬਦਾ ਹੈ ਕਿੰਨੇ ਰੁਪਏ ਦਾ ਨੋਟ ਹੋ ਸਕਦਾ ਹੈ ਫੋਟੋ ਕੌਣ ਡਿਸਾਈਡ ਕਰਦਾ ਹੈ ਮਾਰ ਕੇ ਆ ਹਵਾ ਕਰਕੇ ਆ ਠੀਕ ਹੈ ਐਸ਼ ਕਰੋ ਜਿਉਂਦੇ ਵਸਦੇ ਰਹੋ ਰੱਬ ਖੈਰ ਕਰੇ ਤੇ ਬਸ ਜਾਂਦੇ ਜਾਂਦੇ ਬੱਚਾ ਪਾਰਟੀ ਉਹੀ ਗੱਲ ਹੈ ਅੱਜ ਵੀ ਕਿਤਾਬਾਂ ਉੱਤੇ ਸੇਲ ਹੈ ਮੇਰੀ ਗੱਲ ਸਮਝੋ ਕੋਈ ਵੀ ਤੁਹਾਡੇ ਵਿੱਚ ਸੋਚ ਰਿਹਾ ਕਿ ਇਸ ਪੂਰੇ ਹਫ਼ਤੇ ਮੈਂ ਕਿਸ ਨੂੰ ਚਾਕਲੇਟ ਦੇ ਦੇ ਦਿੰਨਾ ਮੈਂ ਫੁੱਲ ਦੇ ਦੇਵਾਂ ਅੰਜਲੀ ਸੈੱਟ ਹੋ ਜਾਏਗੀ ਅੰਜਲੀ ਅੰਜਲੀ ਮੇਰੇ ਬੱਚੋ ਕੀ ਮਾਂ ਬਣੇਗੀ ਅੰਜਲੀ ਕੋ ਮੈਂ ਘਰ ਲੈ ਕੇ ਆਉਂਗਾ ਮੰਮੀ ਕੋ ਬਤਾਉਂਗਾ ਦੇਖੋ ਮੰਮੀ ਇਹ ਅੰਜਲੀ ਹੈ ਅੰਜਲੀ ਕਾ ਘਰ ਵਾਲੇ ਹੀ ਨਹੀਂ ਮੰਨਣਗੇ ਬੇਟਾ ਅਗਰ ਤੂੰ ਹੀ ਨਾ ਮਾਨਾ ਠੀਕ ਹੈ ਇਹ ਨਹੀਂ ਦਿਖਾ ਰਿਹਾ ਮੈਂ ਤੁਹਾਨੂੰ ਮੈਂ ਤੁਹਾਨੂੰ ਉਹ ਦਸਣਾ ਹੈ ਵੀ ਕਿੰਨਾ ਕਿੰਨਾ ਕਿਤਾਬਾਂ ਤੇ ਆਫ ਹੈ ਅੱਜ ਤਾਂ ਉਹੀ ਪੈਸਾ ਜੇ ਮੈਂ ਕਹਿੰਨਾ ਤੁਸੀਂ ਕਿਤਾਬਾਂ ਤੇ ਲਾ ਦੋ ਫਾਇਦਾ ਨਹੀਂ ਹੋ ਜੂ ਅੱਜ ਹੈਨਾ ਤਾਂ ਬੱਚੇ ਸਾਰੀਆਂ ਕਿਤਾਬਾਂ ਤੇ ਡਿਸਕਾਊਂਟ ਹੈ ਮੈਥ ਦੀ ਕਿਤਾਬ ਹੋਵੇ ਕੰਪਿਊਟਰ ਦੀ ਹੋਵੇ ਪੰਜਾਬ ਜੀ ਕੇ ਤਿੰਨਾਂ ਨਾਲ ਵੀਡੀਓ ਲੈਕਚਰ ਮਿਲਦੇ ਨੇ ਤੇ ਪ੍ਰੀਵੀਅਸ ইয়ার পেপার ਦੀ ਕਿਤਾਬ ਹੈ 2011 ਤੋਂ ਲੈ ਕੇ 24 ਤੱਕ ਦੇ ਸਾਰੇ ਪੇਪਰ 11000 ਤੋਂ ਜ਼ਿਆਦਾ ਐਮਸੀਕਿਊ ਤੇ ਸਾਰਾ ਉੱਤੇ ਭਰ ਕੇ ਡਿਸਕਾਊਂਟ ਹੈ ਕਿੱਥੇ 350 ਦੀ 315 ਦੀ ਰਹੇਗੀ ਤੁਸੀਂ ਕਹਿੰਦੇ ਸਰ ਪੰਜਾਬ ਜੀ ਕੇ ਮੈਥ ਦੇ ਕੰਪਿਊਟਰ ਮੈਂ ਇਕੱਠੇ ਮੰਗਾ ਲਵਾਂ ਕਿੱਥੇ 704 ਦੀ 650 ਦੀ ਰਹੇਗੀ ਤੇ ਕਿੱਥੇ ਚਾਰੇ ਕਿਤਾਬਾਂ ਪ੍ਰੀਵਿਅਸ ইয়ার ਮਿਲਾ ਕੇ 987 ਦੇ 972 ਦੀ ਰਕ ਹੈ ਇਹ ਸਭ ਕਿਦਾਂ ਹੋ ਰਿਹਾ ਹੈ ਵਾਏ 383 ਐਸ ਲਾ ਕੇ ਹੋ ਰਿਹਾ ਹੈ ਇਹ ਗੱਲ ਧਿਆਨ ਰੱਖਿਓ ਕੁੜੀ ਦਾ ਵੀ ਮੈਸੇਜ ਆ ਰਿਹਾ ਮੈਨੂੰ ਕਿਸਰ ਗਾਈਡੈਂਸ ਕਲਾ ਉਹ ਵੀਡੀਓ ਲੈਕਚਰ ਨਹੀਂ ਮਿਲੇ ਮੈਨੂੰ ਚਾਰ ਕਿਤਾਬਾਂ ਨਾਲ ਉਹ ਮੈਂ ਚੈੱਕ ਕਰਾਇਆ ਉਹ ਵੀਡੀਓ ਲੈਕਚਰ ਸੀਗੇ ਨਹੀਂ ਸੱਚੀ ਤਾਂ ਉਹ ਤਾਂ ਵਿਚਾਰੀ ਬੱਚ ਗਈ ਕੁੜੀ ਕਿਉਂਕਿ ਉਹਨੇ ਵਾਏ 383 ਐਸ ਲਾਇਆ ਸੀਗਾ ਅੱਗੇ ਲਈ ਧਿਆਨ ਰੱਖਿਓ ਸਾਰੇ ਹੈਨਾ ਅੰਜਲੀ ਵਿਚਾਰੀ ਤਾਂ ਬਚ ਗਈ ਅੱਗੇ ਲਈ ਧਿਆਨ ਰੱਖਿਓ ਠੀਕ ਹੈ ਉਦਾਂ ਹੀ ਬੱਚੇ ਉਹ ਅੰਗਰੇਜ਼ੀ ਦੀ ਕਿਤਾਬ ਹੈ ਇੱਕ ਹੈਂਡ ਰਿਟਰਨ ਨੋਟਸ ਆ ਦੇਖੋ ਬਹੁਤ ਸੋਹਣੇ ਨੋਟਸ ਬਣੇ ਹੋਏ ਨੇ ਤੁਸੀਂ ਇੱਕ ਬੁੱਕ ਚੱਕਦੇ ਹੋ ਤੁਸੀਂ ਕਾਪੀ ਚੱਕਦੇ ਹੋ ਤੁਸੀਂ ਕਾਪੀ ਤੋਂ ਬੁੱਕ ਤੇ ਨੋਟ ਕਰਦੇ ਹੋ ਕਾਪ ਇਹਨਾ ਨੋਟਬੁੱਕ ਤੇ ਨੋਟ ਕਰਦੇ ਹੋ ਇਹ ਆਲਰੇਡੀ ਨੋਟਸ ਬਣੇ ਹੋਏ ਨੇ ਤੇ ਨਾਲ ਹੀ ਇਹਦੇ ਇੱਕ ਪ੍ਰੈਕਟਿਸ ਵਾਲੀ ਕਿਤਾਬ ਵੀ ਹੈ ਟ੍ਰੋਪਿਕ ਵਾਈਜ਼ ਵੀ ਹੈ ਐਡਜੈਕਟਿਵ ਕਨਜੰਕਸ਼ਨ ਫਲਾਣਾ ਥਿਮਕਾ ਤੇ ਉਦਾਂ ਹੀ ਉਹ ਦੋ ਕਿਤਾਬਾਂ ਨੇ ਸੇਮ ਚੀਜ਼ ਬੱਚੋ ਵਾਏ 383 ਐਸ ਵਰਤਨਾ ਹੈ ਇਹ ਗਲਤ ਧਿਆਨ ਰੱਖਿਓ ਹੁਣ ਕਿੱਦਾਂ ਆਰਡਰ ਕਰਨੀਆਂ ਇਹਦੇ ਲਿੰਕ ਕਿੱਥੇ ਨੇ ਹੁਣ ਦੇਖਿਓ ਇਹਦੀ ਡਿਸਕ੍ਰਿਪਸ਼ਨ ਤੇ ਨਹੀਂ ਜਾਣਾ ਇਹ ਵੀਡੀਓ ਦੇ ਕਮੈਂਟਾਂ ਵਿੱਚ ਲੱਗਿਆ ਹੋਊਗਾ ਇਹ ਲਿੰਕ ਆ ਵੇਖੋ ਚਾਰ ਕਿਤਾਬਾਂ ਪ੍ਰੀਵਿਅਸ ਇਅਰ ਮੈਥ ਪੰਜਾਬ ਜੀ ਕੰਪਿਊਟਰ ਤਿੰਨ ਕਿਤਾਬਾਂ ਮੈਥ ਪੰਜਾਬ ਜੀ ਕੰਪਿਊਟਰ ਮੈਥ ਪ੍ਰੀਵਿਅਸ ਇਅਰ ਪੰਜਾਬ ਜੀ ਕਾ ਕੰਪਿਊਟਰ ਇੰਗਲਿਸ਼ ਹੈਂਡ ਰਿਟਨ ਇੰਗਲਿਸ਼ ਪ੍ਰੈਕਟਿਸ ਕੁੜੀ ਪੁੱਛਦੀ ਸੀ ਆ ਰਹੀ ਜੀ ਅੰਗਰੇਜ਼ੀ ਦੀ ਹੁਣ ਤੁਸੀਂ ਕਹਿਣਾ ਸਰ ਮੈਂ ਚਾਰੇ ਕਿਤਾਬਾਂ ਮੰਗਾ ਲੈਣਾ ਠੀਕ ਹੈ ਤਿੰ ਹੁਣ ਦੇਖਿਓ ਕਿਤਾਬਾਂ ਨਾਲ ਵੀਡੀਓ ਲੈਕਚਰ ਤਾਂ ਮਿਲਣਗੇ ਹੀ ਮਿਲਣਗੇ ਹੋਰ ਕੀ ਕੁਝ ਮਿਲਦਾ 846 ਆਪਣੇ ਆਪ ਡਿਸਕਾਊਂਟ ਕੋਡ 676 ਆਪਾਂ ਹੋਰ ਘਰਾਣਾ ਹੈ ਆਪਾਂ ਕਿੰਨੇ ਦਾ ਕਰ ਦੇਣਾ ਇਹਨੂੰ ਆਪਾਂ Y383S ਲਾਣਾ ਹੈ ਆਪਾਂ Y383S ਲਾਣਾ ਹੈ ਤੇ ਪੈ ਜਾਣਾ ਮੈਨੂੰ 659 ਦਾ ਐਪ ਤਾਂ ਲਓਗੇ Y383S ਨਾਲ ਬੱਚੇ ਕੌਇਨਸ ਮਿਲਣਗੇ ਇਹ ਸਾਨੂੰ ਪੈ ਜਾਣਾ ਕਿੰਨੇ ਦਾ 650 ਦਾ ਇਹ ਤੋਂ ਬਾਅਦ ਕੀ ਕਰਨਾ ਇਹ ਤੋਂ ਬਾਅਦ ਬਸ ਬੱਚੇ ਕੰਟੀਨਿਊ ਦਬਣਾ ਤੇ ਆਪਣਾ ਨਾਮ ਨੰਬਰ ਈਮੇਲ ਐਡਰੈਸ ਬਹੁਤ ਧਿਆਨ ਨਾਲ ਭਰਨਾ ਹੈ ਆਪਣਾ ਨਾਮ ਨੰਬਰ ਈਮੇਲ ਐਡਰੈਸ ਈਮੇਲ ਉਹ ਭਰਿਓ ਜਿੱਤੇ ਤੁਹਾਡੀ ਕਲਾਸਾਂ ਚੱਲਣਗੇ ਜਿਹੜੇ ਤੁਸੀਂ ਈਮੇਲ ਚ ਲਾਂਦੇ ਹੋ ਫੋਨ ਨੰਬਰ ਉਹ ਭਰਿਓ ਜਿੱਤੇ ਡਾਕਿਆ ਫੋਨ ਕਰੋ ਫਿਰ ਕਰਨਾ ਬੱਚੋ ਕੰਟੀਨਿਊ ਠੀਕ ਹੈ ਜੀ ਫਿਰ ਕੀ ਕਰਨਾ ਬੱਚੋ ਫਿਰ ਕਰਨਾ ਬੱਚੋ ਕੰਟੀਨਿਊ ਕੰਟੀਨਿਊ ਕਰਨ ਤੋਂ ਬਾਅਦ ਇਹ ਬੋਲੂਗਾ ਇਨਕਰੈਕਟ ਐਡਰੈਸ ਨਹੀਂ ਇਹ ਕਹਿੰਦਾ ਵੀ ਰਿਕਵਰ ਐਡਰੈਸ ਦੁਬਾਰੇ ਪੜ ਲਾ ਮੰਨ ਲਿਆ ਤੂੰ y383s ਲਾਇਆ ਹੈ ਲੇਕਿਨ ਜੇ ਗਲਤ ਆ ਗਈ ਕਿਤਾਬ ਫਿਰ ਟਾਈਮ ਲੱਗ ਜਾਊਗਾ ਆਣੇ ਜਾਣ ਚ ਗਲਤ ਹੈ ਤਾਂ ਐਡਿਟ ਕਰ ਲੈ ਨਹੀਂ ਕਰ ਲੈ ਕਨਫਰਮ ਤੇ ਇੱਥੇ ਕਰਤੀ ਪੇਮੈਂਟ ਆ ਦੇਖੋ ਕੀ ਕੁਝ ਮਿਲ ਰਿਹਾ ਇੱਥੇ 208 ਲਾਈਵ ਕਲਾਸਿਸ ਠੀਕ ਹੈ ਜੀ ਇਹਦੇ ਨਾਲ ਬਲਕਿ ਤੁਹਾਨੂੰ ਮੈਚ ਦੀ ਪੰਜਾਬ ਜੀ ਕੇ ਦੀ ਬਲਕਿ ਪੁਰਾਣੀ ਕਰੰਟ ਅਫੇਅਰ ਦੀ ਕਲਾਸਾਂ ਵੀ ਪਈਆਂ ਨੇ ਟੈਸਟ ਸੀਰੀਜ਼ਾਂ ਦੁਨੀਆ ਭਰ ਦੀ ਠੀਕ ਹੈ ਤੁਹਾਡੇ ਸਾਹਮਣੇ ਲਿਖਿਆ ਹੋਇਆ ਸਭ 17 ਈ-ਬੁੱਕਾਂ ਕਰੰਟ ਅਫੇਅਰ ਇਨਕਲੂਡਿੰਗ ਇਹਦੇ ਵਿੱਚ 3 ਨਾਲੀਆਂ ਠੀਕ ਹੈ ਕੋਈ ਵੀ ਕਿਤਾਬ ਐਦਾ ਤੁਸੀਂ ਆਰਡਰ ਕਰਨੀ ਹੈ ਤੁਸੀਂ ਬੋਲੋਗੇ ਸਰ ਮੈਂ ਚਾਰ ਕਿਤਾਬ ਆਰਡਰ ਕਰ ਲੈਣਾ ਚਾਰ ਕਿਤਾਬਾਂ ਦਾ ਵੀ ਸੇਮ ਹਿਸਾਬ ਕਿਤਾਬ ਸਭ ਕੁਝ ਇਹਦੇ ਚ ਵੀ ਮਿਲੂਗਾ 1204 963 ਟੈਨਸ਼ਨ ਕੋ ਨਹੀਂ ਡਿਸਕਾਊਂਟ ਕੋਡ Y383S ਲਾਣਾ ਇਹ ਪੈ ਗਈ ਇੱਥੇ 939 ਦੀ ਐਪ ਤੇ ਕੌਇਨਸ ਲਾ ਕੇ 927 ਦੀ ਤੇ ਫਿਰ ਉਹ ਤੋਂ ਬਾਅਦ ਸੇਮ ਚੀਜ਼ ਕਨਫਰਮ ਬਸ ਇੰਪੋਰਟੈਂਟ ਚੀਜ਼ ਧਿਆਨ ਕੀ ਰੱਖਣੀ ਹੈ ਬੱਚੋ ਕੋਈ ਵੀ ਕਿਤਾਬ ਆਰਡਰ ਕਰਦੇ ਹੋ ਕੋਈ ਵੀ ਦਿੱਕਤ ਨਾ ਆਵੇ ਭਰਾ ਖੜਾ ਮਿਲੂ Y383S ਲਾਣਾ ਹੈ ਠੀਕ ਹੈ ਤੇ ਜਿਹਦੀ ਕਿਤਾਬ ਨਹੀਂ ਆਈ ਉਹ ਮੇਰੇ ਲਾਲ ਕਮੈਂਟਾਂ ਵਿੱਚ ਆਪਣੀ ਆਰਡਰ ਆਈਡੀ ਛੱਡ ਜਾ ਮੇਰਾ ਵੀਰ ਤੇ ਕਿਹੜੀ ਡੇਟ ਨੂੰ ਆਰਡਰ ਕੀਤੀ ਸੀ ਮੇਰੇ ਕੋਲ ਜੇ ਤੁਸੀਂ 7388 ਐਸ ਲਾਇਆ ਮੇਰੇ ਕੋਲ ਫੋਨ 'ਚ ਹੋਊਗਾ ਤੁਹਾਡਾ ਮੋਸਟ ਪ੍ਰੋਬੇਬਲੀ ਮੈਂ ਤੁਹਾਨੂੰ ਦੱਸ ਦੂੰਗਾ ਲੇਕਿਨ ਕਮੈਂਟਾਂ 'ਚ ਛੱਡਤਾ ਜਾਓ ਮੇਰਾ ਵੀਰ ਹਾਂਜੀ ਕੱਲੇ बोलेंगे ਤਾਹੀ ਆਪਾਂ ਨੂੰ ਸੁਣਗਾ ਨਾ ਕਿ ਹਰ ਰਹਿਮਨ ਰਹਿਤ ਪਤਨੀ ਕੀ ਕਿਹਾ ਹੈ ਸਰ ਮੇਰਾ ਜੋ ਡਾਊਟ ਸੀ ਕੁਆਲੀਫਿਕੇਸ਼ਨ ਰਿਲੇਟਡ ਮੈਂ ਵਾਇਸ ਨੋਟ ਸੈਂਡ ਕਰਤੇ ਮੈਂ ਪੜ ਲਊਗਾ ਲਵਪ੍ਰੀਤ ਬਿਲਕੁਲ ਯਾਰ ਮੈਂ ਥੋੜਾ ਟਾਈਮ ਨਹੀਂ ਪੈ ਰਿਹਾ ਯਾਰ ਪਟਵਾਰੀ ਇਗਜ਼ਾਮ ਐਕਸਪੈਕਟਿਡ ਮੰਦ ਫੈਬਰੂਰੀ ਚ ਆਜੂ ਨੋਟੀਫਿਕੇਸ਼ਨ ਮਈ ਚ ਜੇ ਇਲੈਕਸ਼ਨ ਹੋਏ ਤਾਂ ਜੂਨ ਚ ਹੋ ਪੇਪਰ ਜੇ ਜੂਨ ਚ ਇਲੈਕਸ਼ਨ ਹੋਗੇ ਤਾਂ ਪਿਛਲੇ ਸਾਲ ਦੇ ਵਾਂਗੂ ਮਈ ਚ ਹੋ ਪੇਪਰ ਸਰ ਕਿ ਇਹ ਸੀਰੀਅਸਲੀ ਕਾਟਨ ਨਾਲ ਬਣਿਆ ਹੁੰਦਾ ਯਾਰ ਬੱਚੇ ਤੁਹਾਡੇ ਇਹ ਦੇਖੋ ਮੈਂ ਆਰਬੀਆਈ ਦੀ ਸਾਈਟ ਖੋਲਦਾ ਰੁਪੀ ਨੋਟ ਮੇਡ ਆਫ ਆ ਦੇਖ ਰੁਪੀ ਨੋਟ ਮੇਡ ਆਫ ਆ ਦੇਖੋ ਆਰ ਬੀ ਆਈ ਦੀ ਸਾਈਟ ਆ ਵਾਟ ਇਜ਼ ਅ ਲੀਗਲ ਟੈਂਡਰ ਦ ਪੇਪਰ ਕਰੰਟਲੀ ਬੀਇੰਗ ਯੂਜ਼ਡ ਫਾਰ ਪ੍ਰਿੰਟਿੰਗ ਆਫ ਬੈਂਕ ਨੋਟਸ ਇਨ ਇੰਡੀਆ ਇਜ਼ ਮੇਡ ਆਫ ਕਿਹੜੀ ਸਾਈਟ ਆ ਬੱਚੇ ਰਿਜ਼ਰਵ ਬੈਂਕ ਆਫ ਇੰਡੀਆ ਮੈਂ ਕਿਹਾ ਤਾਂ ਮੈਂ ਮਨ ਕਰਾਂ ਤਾਂ ਥੋੜੀ ਬਤਾਉਂਗਾ ਤੁਮ ਨੂੰ ਮਜ਼ਾ ਥੋੜੀ ਆ ਰਸਵਾਦ ਲੈਣਾ ਥੋੜੀ ਆ ਮੈਂ ਪੜਾਣਾ ਆ ਤੁਹਾਨੂੰ ਯਾਰ ਗਲਤ ਕਿ ਬਿੜਾਉਂਗਾ ਮੈਂ ਯਾਰ ਸਰ ਸੂਰਮਾ ਬੁੱਕ ਚਾਹੀਦੀ ਖਤਮ ਹੋ ਗਈ ਜੀ ਸਰ ਆ ਮਨਪ੍ਰੀਤ ਮਨਪ੍ਰੀਤ ਐਵੇਂ ਹੀ ਬੋਲੀ ਜਾਂਦਾ ਮਨਪ੍ਰੀਤ ਤੇਰਾ ਵੀ ਦੇਖ ਲਿਆ ਕੀ ਬੋਲੀ ਜਾਂਦਾ ਮਨਪ੍ਰੀਤ ਤੁਹਾਡੀ ਗਰਲਫ੍ਰੈਂਡ ਦੱਸੋ ਸਰ ਹੈਗੀ ਆ ਕੀ ਕਰੇਗਾ ਬਾਈ ਤੂੰ ਸਰ ਸੂਰਮਾ ਬੁੱਕ ਚਾਹੀਦਾ ਸੂਰਮਾ ਇਜ਼ ਨਾਟ ਅਵੇਲੇਬਲ ਯਾਰ ਸੂਰਮਾ ਇਜ਼ ਨਾਟ ਅਵੇਲੇਬਲ ਜੀ ਪੰਜਾਬ ਪੁਲਿਸ ਕਾਂਸਟੇਬਲ ਯਾਰ ਮੈਂ ਇਹ ਕਾਂਸਟੇਬਲ ਬਾਰੇ ਮੈਂ ਗੱਲ ਹੀ ਨਹੀਂ ਕਰ ਰਹਾ ਕਿਉਂਕਿ ਸੱਚੀ ਮੈਨੂੰ ਨਹੀਂ ਪਤਾ ਜੇ ਕੋਈ ਕਹਿੰਦਾ ਤੁਹਾਨੂੰ 200 1800 ਪੋਸਟ ਆ ਰਹੀਆਂ ਨੇ ਉਹਨਾਂ ਤੋਂ ਪੁੱਛੋ ਦੇਖੋ ਯਾਰ ਜਿਹੜੀ ਚੀਜ਼ ਮੈਨੂੰ ਪਤਾ ਹੁੰਦੀ ਮੈਂ ਪਹਿਲਾਂ ਤੁਹਾਨੂੰ ਦੱਸ ਦਿੰਦਾ ਮੈਂ ਕਹਿ ਰਿਹਾ ਪਟਵਾਰੀ ਦੇ ਇਸ ਮਹੀਨੇ ਆਉਗੀ ਮੈਂ ਠੋਕ ਕੇ ਕਹਿ ਰਿਹਾ ਪਟਵਾਰੀ ਦੀ ਆਉਗੀ ਕਾਂਸਟੇਬਲ ਦਾ ਮੈਨੂੰ ਸੱਚੀ ਆਈਡੀਆ ਹੈ ਨਹੀਂ ਮੈਂ ਨਹੀਂ ਚਾਹੁੰਦਾ ਮੈਂ ਤੁਹਾਨੂੰ ਝੂਠੇ ਸੁਪਨੇ ਦਿਖਾਵਾਂ ਤੇ ਫਿਰ ਜਦੋਂ ਨੋਟੀਫਿਕੇਸ਼ਨ ਨਾ ਆਵੇ ਤੁਹਾਡਾ ਵੀ ਦਿਲ ਟੁੱਟ ਜਾਵੇ ਹੈਨਾ ਮੈਂ ਨਹੀਂ ਚਾਹੁੰਦਾ ਉਹ ਕੰਮ ਕਰਨਾ ਜ ਠੀਕ ਹੈ ਚਲੋ ਵਾਹਿਗੁਰੂ ਸਰ ਕਰੰਟ ਅਫੇਅਰ ਦੇ ਟੈਸਟ ਬਾਰੇ ਕੀ ਸੋਚਿਆ ਤੁਸੀਂ ਸਾਡੀ ਮੈਨੇਜਰ ਯਾਰ ਵਿਆਹ ਚ ਗਈ ਹੋਈ ਹੈ ਭਰਾ ਦਾ ਵਿਆਹ ਮੈਡਮ ਦੀ ਸਾਡੀ ਦਾ ਤਾਂ ਓਕੇ ਅਰੇ ਮਨਪ੍ਰੀਤ ਯਾਰ ਬਹੁਤ ਬਧਾਈ ਯਾਰ ਸਿਲੈਕਸ਼ਨ ਹੋ ਗਈ ਆਪਣੇ ਮੁੰਡੇ ਦੀ ਕੀ ਆ ਬਾਤ ਹੈ ਜੀ ਚਲੋ ਠੀਕ ਹੈ ਮਿੱਤਰੋ ਧਿਆਨ ਰੱਖਿਓ ਤੇ ਕੁਝ ਵੀ ਚੱਕਰ ਹੁੰਦਾ ਵਿੱਚ ਆ ਡਿਸਕਾਊਂਟ ਕੋਡ ਬਸ ਧਿਆਨ ਰੱਖਿਓ ਜੈ ਹਿੰਦ ਜੈ ਭਾਰਤ ਜੈ ਪੰਜਾਬ